भाई जी वो सिख परवार, भाई जी वो सिख परवार। चलो अखां बंद कर लो, अपने अंदर चल जाओ। सब कुछ घर में, बाहर ना ही, बाहर टोले सो परम पुलाही। गुरप्रसादी जी ने अंतर पाया, सो अंतर बाहर सुहेला जियो। पहला अंदरों सुखी होवोगे, फिर बाहरों होवोगे। अंदर जाओगे, अंदर दी सैर करोगे, अंदर वाले ना गल करोगे। जो उपर वाले ना कर दियो ना, कभी अंदर वाले नाल नहीं कीती। अपने अंदर वाहिगुरु 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 महसूस करके, वाहिगुरु उहदी होंद नूं महसूस करना। वाहिगुरु वाहिगुरु इहो ही अखर है जिहनूं सारा संसार बोलदा पिया। कोई राम कह के, कोई रहीम कह के, कोई अल्लाह कह के, कोई किसे नाल, कोई किसे नाल। इहो ही अखर उस परमात्मा नाल जो जिंदा जागदा परमात्मा है, जो साढ़े रोम रोम च वस रहा, यही अखर उहदे नाल मिला दिंदा है। वाहिगुरु जिन हर जपिया से हर होए, जिन हर जपिया से हर होए। जिन्होंने जपिया जीव नाल ही जपोगे। जपण का मतलब ही वार वार बोलना, वार 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 याद करना, जपना, रसना नाल बोलना। जिन्होंने बोलिया वो बोलते बोलते उहो ही हो गए। ਤੁਸੀਂ ਉਹ ਹੀ ਹੋ ਜੋ ਬੋਲਦੇ ਹੋ। ਬੋਲੋ ਵਾਹਿਗੁਰੂ। ਤੁਸੀਂ ਉਹ ਹੀ ਹੋ ਜੋ ਤੁਸੀਂ ਚੇਤਾ ਕਰ ਰਹੇ ਹੋ ਆਪਣੇ ਚੇਤੇ 'ਚ, ਤੁਹਾਡੇ 'ਚ। ਹੋਰ ਕੁਛ ਨਹੀਂ ਹੈ ਤੁਸੀਂ ਅਤੇ ਮੈਂ ਵੀ। ਜੋ ਸਾਡੇ ਚਿੰਤਨ 'ਚ ਆ, ਜੋ ਸਾਡੇ ਵਿਚਾਰਾਂ 'ਚ ਆ, ਜੋ ਅਸੀਂ ਸੋਚ ਰਹੇ ਹਾਂ, ਅਸੀਂ ਉਹੋ ਹੀ ਹਾਂ। ਅਤੇ ਸਾਡੇ ਵਿਚਾਰਾਂ ਵਿੱਚ ਵਿਕਾਰ ਨੇ ਅਤੇ ਅਸੀਂ ਵਿਕਾਰੀ ਹਾਂ। ਜੇ ਸਾਡੇ ਵਿਚਾਰਾਂ ਵਿੱਚ ਵਿਕਾਰ ਚੱਲ ਰਹੇ ਨੇ, ਉਹ ਤਾਂ ਕੁਛ ਬੁਰਾ ਚੱਲ ਰਿਹਾ, ਕੁਛ ਚਿੰਤਨ ਅੱਛਾ ਨਹੀਂ ਹੈ, ਤਾਂ ਇਹਦਾ ਮਤਲਬ ਮੈਂ ਵੀ ਅੱਛਾ ਨਹੀਂ ਹਾਂ। ਚੱਲਣਾ ਕੀ ਚਾਹੀਦਾ ਸੀ? ਨਿਰੰਕਾਰ। ਚੱਲ ਕੀ ਰਿਹਾ? ਆਕਾਰ। ਅਸੀਂ ਇੱਥੇ ਕੀ ਦੇਖ ਰਹੇ ਹਾਂ? ਆਕਾਰ। ਪਹਾੜ ਨੇ, ਇਹ ਨਹੀਂ ਸੀ ਦੇਖਣਾ, ਇਹਦੇ ਪਿੱਛੇ ਬਣਾਉਣ ਵਾਲੇ ਨੂੰ ਦੇਖਣਾ ਸੀ, ਜਿਹਨੇ ਹਾਂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ। ਫਿਰ ਵੀ ਸਮਾਧ 'ਤੇ ਜਾਣਾ ਸੀ। ਆ ਦੇ ਕਿੰਨੀਆਂ ਸੋਹਣੀਆਂ ਘਾਟੀਆਂ ਬਣਾਈਆਂ, ਕਿੰਨਾ ਸੋਹਣਾ ਬਣਾ ਦਿੱਤਾ। ਕੌਣ ਇਹ ਬਣਾਉਣ ਵਾਲਾ? ਤਜ ਚਿੱਤਰ ਹੈ, ਚਿੱਤੋ ਚਿੱਤਕਾਰੀ। ਚਿੱਤਰ ਨੂੰ ਛੱਡ ਦਿਓ, ਜਿਹਨੇ ਇਹ ਚਿੱਤਰ ਬਣਾਇਆ ਨਾ ਉਹਨੂੰ ਚੇਤਾ ਕਰੋ ਜੇ ਸੁਖੀ ਹੋਣਾ ਤਾਂ। ਸਮਝ ਲੱਗੀ? ਜਿਹਨੇ ਇਹ ਚਿੱਤਰ, ਸਾਰਾ ਚਿੱਤਰ ਬਣਾਇਆ, ਸਾਰਾ ਜਿੱਥੋਂ ਤੁਸੀਂ ਆਏ ਹੋ ਉੱਥੋਂ ਲੈ ਕੇ ਇੱਥੇ ਤੱਕ, ਤਾਂ ਫਿਰ ਅੱਗੇ ਤੱਕ ਮੁੱਕਦਾ ਹੀ ਨਹੀਂ। ਐਡਾ ਵੱਡਾ ਜਿਹਨੇ ਚਿੱਤਰ ਰਚਿਆ, ਇਹ ਸਾਰੇ ਚਿੱਤਰ 'ਚ ਨਾ ਉਲਝ ਜਾਓ। ਅਸੀਂ ਸਾਰੇ ਉਲਝੇ ਕਿੱਥੇ ਹਾਂ? ਉਹਦੀ ਰਚਨਾ 'ਚ, ਉਹਦੀ ਮਾਇਆ 'ਚ। ਇਹ ਬਾਬਾ ਮਾਇਆ ਰਚਨਾ ਧੋ, ਇਹ ਧੋਖਾ ਆ, ਇਹ ਸਾਰਾ ਹੀ ਧੋਖਾ ਆ। ਅੰਦਲੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਅਗਿਆਨਤਾ ਵਿੱਚ ਰੱਬ ਨੂੰ ਭੁੱਲ ਗਏ, ਪਰਮੇਸ਼ਰ ਨੂੰ ਭੁੱਲ ਗਏ, ਉਹਦਾ ਨਾਮ ਚੇਤਾ ਕਰਨਾ ਭੁੱਲ ਗਏ। ਨਾ ਦੁਨੀਆ ਮਿਲੀ, ਨਾ ਧਰਮ ਰਿਹਾ, ਨਾ ਦੀਨ ਮਿਲਿਆ। ਨਾ ਤਿਸ ਇਹ ਨਾ ਉਹ, ਉਹ ਮੈਨੂੰ ਵਾਹਿਗੁਰੂ, ਨਾ ਵਾਹਿਗੁਰੂ ਹੀ ਮਿਲਿਆ, ਨਾ ਉਹਦੀ ਰਚਨਾ ਹੀ ਮਿਲੀ, ਕਿਉਂਕਿ ਇਹ ਤਾਂ ਧੋਖਾ ਸੀ। ਧੋਖੇ ਵਿੱਚ ਕੁਛ ਹੱਥ ਆਉਣ ਵਾਲਾ ਨਹੀਂ, ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ, ਇਹ ਤਾਂ ਜਾਦੂਗਰੀ ਦਾ ਖੇਲ ਆ। ਕੋਈ ਵੀ ਜਾਦੂਗਰ ਤੁਹਾਨੂੰ ਖੇਲ ਵਿਖਾਉਂਦਾ ਤਾਂ ਤੁਹਾਡੇ ਸਾਹਮਣੇ ਪੈਸੇ ਵੀ ਕੱਢ ਦਿੰਦਾ, ਰੁਪਈਏ ਕੱਢ ਦਿੰਦਾ, ਹੋਰ ਕਈ ਕੁਛ ਚੀਜ਼ਾਂ ਵਸਤਾਂ ਕੱਢ ਕੱਢ ਕੇ ਰੱਖੀ ਜਾਂਦਾ, ਪਰ ਅੰਤ ਨੂੰ ਕੁਛ ਵੀ ਨਹੀਂ ਹੁੰਦਾ ਉਹਦੇ ਹੱਥ 'ਚ, ਤੁਹਾਡੇ ਹੱਥ ਵਿੱਚ ਕੁਛ ਨਹੀਂ ਹੁੰਦਾ। ਬਾਅਦ 'ਚੋਂ ਪੈਸੇ ਮੰਗਦਾ ਹੁੰਦਾ ਲੋਕਾਂ ਕੋਲ, ਜੇ ਉਹ ਪੈਸੇ ਬਣਾ ਸਕਦਾ, ਕੱਢ ਸਕਦਾ, ਤਾਂ ਫਿਰ ਮੰਗਦਾ ਕਿਉਂ? ਇਹ ਜੋ ਦੁਨੀਆ ਸਿਰ ਮੇਲਾ, ਇਹ ਤਾਂ ਵਿਖਾਵਾ ਆ, ਭਰਮਾਉਣ ਵਾਸਤੇ ਆ, ਜਿਹੜੇ ਇਹਦੇ 'ਚ ਉਰਜ ਗਏ। ਅਤੇ ਇਸ ਕਰਕੇ ਮਹਾਰਾਜ ਕਿਹਾ, ਵਿਖੇ ਬਾਅਦ 'ਚ ਹਰ ਰਾਹ 'ਚ ਸਮਝ ਮਨ ਬੋਰਾ ਰੇ, ਮੇਰੇ ਪਾਗਲ ਮਨ ਸਮਝ, ਵਿਛੇ ਵਿਕਾਰਾਂ ਦੀ ਜ਼ਿੰਦਗੀ ਤੋਂ ਬਚ, ਪਰਮਾਤਮਾ ਦੇ ਵਿੱਚ ਆਪਣੇ ਲੀਨ ਹੋ। ਵਾਹਿਗੁਰੂ 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 ਵਾਹਿਗੁਰੂ। ਵਿਖੇ ਬਾਅਦ 'ਚ, ਵਿਖੇ ਬਾਅਦ 'ਚ, ਵਿਛੇ ਵਿਕਾਰਾਂ ਤੋਂ ਬਚ, ਜਿਹਦੇ ਤੁਸੀਂ ਬਚਦੇ ਨਹੀਂ।
ਸਮਝ ਹਰ ਰਾਜ ਸਮਝ ਮਨ ਬਵਰਾਰੇ ਆਪਣੇ ਆਪ ਨੂੰ ਸਮਝਾ ਰਹੇ ਉੱਤਮ ਪੁਰਖ ਚ ਮਹਾਰਾਜ ਸਾਨੂੰ ਉਪਦੇਸ਼ ਕਰ ਰਹੇ ਕਬੀਰ ਜੀ ਨਿਰਭੈ ਹੋਏ ਨਾ ਹਰ ਭਜੇ ਮਨ ਬਵਰਾਰੇ ਗਏ ਉਹਨਾਂ ਰਾਮ ਜਹਾਜ਼ ਤੁਸੀਂ ਰੋਜ਼ ਪੜ੍ਹਦੇ ਹੋ ਨਾ ਵਾਹਿਗੁਰੂ ਨਾਮ ਇਹ ਛੱਡ ਦਿੱਤਾ ਉੱਦਾਂ ਸਿੱਖਾਂ ਨੇ ਇਹਨੂੰ ਪੜ੍ਹਨਾ ਹੁਣ ਉੱਥੇ ਤੱਕ ਰਹਿ ਜਾਂਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਅਤੇ ਸਭ ਤੋਂ ਵੱਡੇ ਆਕੀ ਵੀ ਅਸੀਂ ਆਪ ਹੀ ਹਾਂ ਹੋਰ ਆਕੀ ਕੋਈ ਨਹੀਂ ਆਕੀ ਕੌਣ ਆ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਆਕੀ ਕਿਹਨੂੰ ਕਹਾਂਗੇ ਆਪਾਂ ਵੀ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਆਕੀ ਆ ਅਤੇ ਅੱਜ ਸਭ ਤੋਂ ਜ਼ਿਆਦਾ ਤਾਂ ਆਕੀ ਸਿੱਖ ਨੇ ਇਸ ਵੇਲੇ ਦੇਖੋ ਤੇ ਸਿੱਖ ਜਗਤ ਦਾ ਜੋ ਹਾਲ ਆ ਉਹ ਦੇਖੋ ਤੁਸੀਂ ਗੁਰਦੁਆਰਿਆਂ ਦਾ ਜੋ ਹਾਲ ਆ ਉਹ ਦੇਖੋ ਤੁਸੀਂ ਸਾਨੂੰ ਬੇਹਾਲ ਹੋਏ ਹਾਂ ਪੜ੍ਹੀ ਜਾਂਦੇ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਮੈਂ ਕਿਹਾ ਆਪਣੀ ਜੜ ਆਪੇ ਹੀ ਪੁੱਟੀ ਜਾਂਦੇ ਆਪਣੇ ਹੱਥੀਂ ਆਪਣੀ ਜੜ ਆਪ ਹੀ ਪੁੱਟੀ ਆਕੀ ਵੀ ਆਪ ਹੈ ਅਤੇ ਖੜਾ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਹੀ ਜਾਂਦਾ ਆਕੀ ਰਹੇ ਨਾ ਕੋਈ ਜਾਂ ਤਾਂ ਤੂੰ ਸਨਮੁੱਖ ਹੋਏ ਨਾ ਫਿਰ ਕਹਿ ਵੀ ਲਵੇਂ ਮੇਰੀ ਗੱਲ ਦੀ ਸਮਝ ਲੱਗੀ ਜੇ ਤਾਂ ਮੈਂ ਸਨਮੁੱਖ ਹਾਂ ਗੁਰੂ ਦੇ ਫਿਰ ਤਾਂ ਮੈਂ ਕਹਾਂ ਵੀ ਆਕੀ ਰਹਿਣਾ ਕੋਈ ਜੇ ਮੈਂ ਆਪ ਹੀ ਆਕੀ ਹਾਂ ਤਾਂ ਆਪ ਹੀ ਪੜ੍ਹੀ ਜਾਂਦਾ ਆਕੀ ਰਹਿਣਾ ਕੋਈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਹੀ ਨਹੀਂ ਰਹਾਂਗਾ ਨਾ ਦੂਜੇ ਦੀ ਗੱਲ ਤਾਂ ਬਾਅਦ 'ਚ ਹੋਏਗੀ ਜੇ ਮੈਂ ਹੀ ਗੁਰੂ ਦੇ ਹੁਕਮ ਤੋਂ ਆਕੀ ਹਾਂ ਫਿਰ ਪੜ੍ਹਦੇ ਵਾਹਿਗੁਰੂ ਨਾਮ ਚੜ੍ਹੇ ਨਹੀਂ ਨਹੀਂ ਪਹਿਲਾਂ ਇੰਨਾ ਕੀ ਬੜਾ ਵਾਹਿਗੁਰੂ ਨਾਮ ਅਤੇ ਜਹਾਜ਼ ਆ ਅਤੇ ਚੜ੍ਹੇ ਜਿਹੜਾ ਚੜ੍ਹੇਗਾ ਪਹਿਲਾਂ ਚੜ੍ਹੇ ਹੀ ਨਹੀਂ ਤਾਂ ਪਾਰ ਕਿੱਥੋਂ ਉਤਰਾਂਗੇ ਜਹਾਜ਼ 'ਤੇ ਚੜ੍ਹਨ ਲਈ ਟਿਕਟ ਵੀ ਲੈਣੀ ਪਏਗੀ ਨਾਮ ਜਪਣ ਲਈ ਕਿਤੋਂ ਨਾਮ ਵੀ ਲੈਣਾ ਪਏਗਾ ਆਪਣੇ ਆਪ ਤਾਂ ਨਹੀਂ ਜਪ ਸਕਦੇ ਨਾ ਨਾਮ ਜਪਣਾ ਤਾਂ ਕਿਤੋਂ ਨਾਮ ਮਿਲੇਗਾ ਤਾਂ ਹੀ ਸਤਿਗੁਰ ਪੂਰੇ ਨਾਮ ਦੀ ਆ ਆਨੰਦ ਮੰਗਲ ਕਲਿਆਣ ਸਦਾ ਸੋ ਕਾਰਜ ਸਗਲਾ ਰਾਸਥੀ ਆ ਹੁਕਮ ਹੈ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ ਫਿਰ ਹੋਰ ਕੀ ਕਰੀਏ ਆਠ ਪੈਰ ਹਰ ਉਚਵਲੋ ਆਠ ਪੈਰ ਹਰ ਸਿਮਰਦੇ ਹਾਂ ਅਸੀਂ ਫਿਰ ਕੋਈ ਗੱਪਾਂ ਗੁੱਪਾਂ ਮਾਰਨ ਲਈ ਟਾਈਮ ਹੈਗਾ ਸਾਡੇ ਕੋਈ ਹੱਸਣ ਖੇਡਣ ਲਈ ਕੋਈ ਹੋਰ ਇੱਧਰ ਉੱਧਰ ਟੱਪਣ ਨੱਚਣ ਲਈ ਕੋਈ ਟਾਈਮ ਹੈਗਾ ਵੈਸੇ ਸਿੱਖ ਕੋਲ ਜੇ ਮਾਰੇ ਨੇ ਕਹਿਤਾ ਆਠ ਪੈਰ ਹਰ ਅਤੇ ਫਿਰ ਇੱਕ ਕੰਮ ਹੀ ਕਰ ਸਕਾਂਗੇ ਜਾਂ ਤਾਂ ਗੱਪਾਂ ਮਾਰ ਲਾਂਗੇ ਅਤੇ ਜਾਂ ਫਿਰ ਉਹਦਾ ਸਿਮਰਨ ਕਰਾਂਗੇ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਇਕੱਠੀਆਂ ਲਿਵਤਾ ਦੋਏ ਰਾਹ ਦੋਵੇਂ ਨਵਸਿਆਂ ਇਕੱਠਾਏ ਇੱਕ ਲਿਵਦਾ ਮਾਰ ਗਿਆ ਇੱਕ ਦੁਨੀਆਂ ਦਾ ਮਾਰ ਗਿਆ ਦੋਵੇਂ ਇਕੱਠੇ ਤੁਸੀਂ ਨਹੀਂ ਇਹਨਾਂ ਨੂੰ ਚਲਾ ਸਕਦੇ ਵੀ ਗੱਲਾਂ ਵੀ ਕਰਾਂ ਅਤੇ ਰੱਬ ਦਾ ਨਾਮ ਵੀ ਲਵਾਂ ਤਾਂ ਮਹਾਰਾਜ ਨੇ ਹੁਕਮ ਕਰਤਾ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ ਵਾਜੇ ਤਾਂ ਗਾ ਲਓ ਤੁਸੀਂ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ ਅਤੇ ਜਦੋਂ ਸਵੇਰੇ ਉੱਠੋ ਤਾਂ ਸ਼ਬਦ ਕੋਈ ਯਾਦ ਨਾ ਆਵੇ ਨਿੱਤ ਉੱਠ ਗਾਵੋ ਕੀ ਹੁਕਮ ਹੈ ਨਿੱਤ ਉੱਠ ਵੀ ਸਵੇਰੇ ਰੋਜ਼ ਉੱਠ ਕੇ ਜਦੋਂ ਸੁੱਤਾ ਪਿਆ ਉੱਠਣਾ ਨਾ ਸਵੇਰੇ ਉੱਠ ਕੇ ਇੱਕ ਸ਼ਬਦ ਪੜ੍ਹਿਆ ਕਰ ਗਾਇਆ ਕਰ ਆਪਣੀ ਜੀਵ ਨਾਲ ਇਹੀ ਹੈ ਨਾ ਇਹਦਾ ਅਰਥ ਇਹੀ ਕਰਾਂਗੇ ਕਿ ਹੋਰ ਕੁਛ ਹੋਏਗਾ ਤੁਸੀਂ ਥੋੜ੍ਹਾ ਰਿਸਪੋਂਸ ਦਿਓ ਹੈ ਨਾ ਮੈਂ ਤਾਂ ਮੈਨੂੰ ਇੱਦਾਂ ਨਹੀਂ ਆਉਂਦਾ ਵੀ ਮੈਂ ਬੋਲੀ ਜਾਵਾਂ ਅਤੇ ਤੁਸੀਂ ਚੁੱਪ ਕਰਕੇ ਇੱਦਾਂ ਬੈਠੇ ਰਹੋ ਥੋੜ੍ਹਾ ਥੋੜ੍ਹਾ ਨਾਲ ਸਿਰ ਸੁਰ ਲਾਓ ਮੈਨੂੰ ਪਤਾ ਲੱਗੇ ਸੁੱਤੇ ਨਹੀਂ ਹੈਗੇ ਜਾਗਦੇ ਪਏ ਹੋ ਠੀਕ ਹੈ ਆਪਾਂ ਸਮਝਣਾ ਹੀ ਹੈ ਕੋਈ ਸ਼ਬਦ ਸਮਝ ਲਈਏ ਬਾਣੀ ਤਾਂ ਇੱਕੋ ਹੀ ਗੱਲ ਵਾਰ ਵਾਰ ਕਹਿ ਰਹੀ ਤਾਂ ਇੱਥੇ ਆਪਾਂ ਆਏ ਹਾਂ ਇੱਥੇ ਜੇ ਤਾਂ ਤੁਸੀਂ ਮੈਂ ਤਾਂ ਇੱਕ ਹੀ ਮਹਾਰਾਜ ਨੇ ਇੱਕ ਰੋਜ਼ ਰਾਤ ਨੂੰ ਸਾਨੂੰ ਸੌਣ ਲੰਘਿਆ ਇੱਕ ਪੰਕਤੀ ਹੋਰ ਦਿੰਦੇ ਨੇ ਜਾਂ ਕੋ ਆਏ ਹੁਣ ਕਿੰਨੀ ਕੀਮਤੀ ਪੰਕਤੀ ਹੈ ਇਹ ਤੁਹਾਡੇ ਜੀਵਨ ਦੇ ਹਰ ਪਲ ਤੁਹਾਨੂੰ ਇਹ ਅਗਵਾਈ ਕਰ ਰਹੀ ਹੈ ਤੁਸੀਂ ਹੁਣ ਕੈਂਪ 'ਤੇ ਆਏ ਹੋ ਅਤੇ ਕੀ ਕਰਨ ਆਏ ਹੋ ਕੈਂਪ ਅਟੈਂਡ ਕਰਨ ਕਿ ਮੌਜ ਮਸਤੀ ਕਰਨ ਹਾਂਜੀ ਅਤੇ ਫਿਰ ਜਾਂ ਕੋ ਆਏ ਫਿਰ ਮੌਜ ਮਸਤੀ ਬਰੇ ਕਰਨੀ ਪੈਣੀ ਕਾਲਜ ਜਾਂਦੇ ਹੋ ਕੀ ਕਰਨ ਜਾਂਦੇ ਹੋ ਪੜ੍ਹਨ ਵਾਸਤੇ ਜਾਂ ਕੋ ਆਏ ਫਿਰ ਪੜ੍ਹੋ ਉੱਥੇ ਕੰਟੀਨ 'ਚ ਕੀ ਕਰਦੇ ਹੋ ਬਹਿ ਕੇ ਨਹੀਂ ਸਮਝ ਲੱਗੀ ਮੇਰੀ ਜਾਂ ਕੋ ਆਏ ਕਾਲਜ ਗਏ ਸੀ ਪੜ੍ਹਨ ਵਾਸਤੇ ਅਤੇ ਬਹਿ ਗਏ ਸਹੇਲੀਆਂ ਨਾਲ ਜਾਂ ਫਰੈਂਡਸ ਨਾਲ ਬਹਿ ਕੇ ਇੱਕ ਪਾਸੇ ਗੱਪਾਂ ਮਾਰਨ ਤਾਂ ਜਾਂ ਕੋ ਆਏ ਸੋਈ ਵੀ ਹਾਜੋ ਕਿੱਥੇ ਗਿਆ ਗੁਰਦੁਆਰੇ ਗਏ ਸੀ ਕੀ ਕਰਨ ਕੀਰਤਨ ਸੁਣਨ ਅਤੇ ਕਰਨ ਲੱਗ ਗਏ ਆਪਣੀਆਂ ਗੱਲਾਂ ਅਤੇ ਜਾਂ ਕੋ ਆਏ ਉਹ ਕਿੱਥੇ ਗਿਆ ਜੇ ਤੁਸੀਂ ਅਗਵਾਈ ਲੈਣੀ ਹੋਵੇ ਤਾਂ ਜੀਵਨ ਵਿੱਚ ਇੱਕ ਇੱਕ ਪੰਕਤੀ ਤੁਹਾਨੂੰ ਮੁਕਤ ਕਰ ਦਿੰਦੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ 'ਤੇ ਅਮਲ ਕਰਕੇ ਅਸੀਂ ਜੋ ਮਰਜ਼ੀ ਖੱਟ ਸਕਦੇ ਹਾਂ ਜੋ ਮਰਜ਼ੀ ਕਮਾ ਸਕਦੇ ਹਾਂ ਪੰਕਤੀ ਬੜੀ ਕੀਮਤੀ ਹੈ ਜਾਂ ਕੋ ਆਏ ਰਾਤ ਨੂੰ ਸੌਣ ਲੱਗਿਆ
ਗੁਰੂ ਸਾਹਿਬ ਚੇਤਾ ਕਰਾਉਂਦੇ ਨੇ, ਕਈ ਕਹਿੰਦੇ ਨੇ ਵੀ ਇਹ ਸੌਣ ਦੀ ਬਾਣੀ, ਮੈਂ ਕਿਹਾ ਸੌਣ ਦੀ ਨਹੀਂ ਜਗਾਉਣ ਦੀ ਬਾਣੀ, ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੌਣ ਦੀ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਸਾਰਾ ਜਗਾਉਣ ਵਾਸਤੇ ਆ, ਸਾਡੀ ਸੁਰਤ ਨੂੰ, ਸੁੱਤੀ ਹੋਈ ਸੁਰਤ ਨੂੰ ਜਗਾਉਣ ਵਾਸਤੇ ਆ ਵੀ ਜਾਗ ਜਾਏ। ਕਿਤੇ ਕਿਸੇ ਤਰ੍ਹਾਂ ਸਮਝਾਇਆ, ਕਿਤੇ ਕਿਸੇ ਤਰ੍ਹਾਂ, ਕਿਤੇ ਕਿਤੇ ਚਪੇੜਾ ਮਾਰ ਕੇ, ਕਿਤੇ ਪਿਆਰ ਨਾਲ, ਕਿਤੇ ਕਿਹਾ ਭਾਈ ਰੇ, ਕਿਤੇ ਕਿਹਾ ਵੀ ਹੋਰ ਵਾਜਾਂ ਮਾਰ ਮਾਰ, ਕਿਤੇ ਸੰਤੋ ਕਿਹਾ, ਕਿਤੇ ਕੁਛ, ਕਿਤੇ ਗੁਰਮੁਖ ਕਿਹਾ, ਕਿਤੇ ਤੁਹਾਨੂੰ ਇੰਨੀਆਂ ਨਾਵਾਂ ਨਾਲ ਪੁਕਾਰਿਆ ਵੀ ਕਿਸੇ ਤਰ੍ਹਾਂ ਇਹਨੂੰ ਕੁਛ ਪਤਾ ਲੱਗ ਜਾਵੇ ਅਤੇ ਤੁਰ ਪਏ। ਤਾਂ ਸੁਆਉਣ ਵਾਲੀ ਬਾਣੀ ਕੋਈ ਨਹੀਂ, ਸੋਲਾ ਰਾਤ ਨੂੰ ਸੌਂ ਕੇ ਪੜ੍ਹ ਕੇ ਅਤੇ ਸੌਂ ਜਾਣਾ ਜੀ, ਇੱਦਾਂ ਨਹੀਂ ਹੈਗਾ। ਮਹਾਰਾਜ ਤਾਂ ਸੌਣ ਲੱਗਿਆ ਪੁੱਛਦੇ ਨੇ ਤੁਹਾਨੂੰ ਵੀ ਜਾਂ ਕੋ ਆਏ, ਜਿਹੜੇ ਕੰਮ ਲਈ ਸੰਸਾਰ 'ਤੇ ਆਇਆ ਸੀ ਉਹ ਕੀਤਾ ਹੈ ਸੌਣ ਲੱਗਾ, ਵੀ ਕਦੇ ਲਈ ਆਏ ਸੀ, ਆਇਓ ਸੁਣਨ ਪੜ੍ਹਨ ਕੋ, ਵੀ ਤੂੰ ਸਾਰਾ ਦਿਨ ਕੁਛ ਕੀਤਾ ਵੀ ਇਹ ਹੁਣ ਸੌਣ ਲੱਗਾ, ਵੀ ਸੌਣ ਤੋਂ ਪਹਿਲਾਂ ਵਿਚਾਰ ਕਰ ਆਪਣੇ ਜੀਵਨ ਵਿੱਚ ਵੀ ਤੂੰ ਜਿਸ ਕੰਮ ਲਈ ਸੰਸਾਰ 'ਤੇ ਆਇਆ ਸੀ, ਜਿਸ ਕੰਮ ਲਈ ਤੈਨੂੰ ਜਨਮ ਮਿਲਿਆ ਸੀ, ਅੱਜ ਤੇਰੇ 24 ਘੰਟੇ ਲੰਘ ਗਏ ਨੇ ਉਹਦੇ ਵਿੱਚੋਂ, ਅਤੇ ਇਹਨਾਂ 24 ਘੰਟਿਆਂ 'ਚ ਤੂੰ ਕੋਈ ਕੰਮ ਕੀਤਾ ਵੀ ਭਈ ਪ੍ਰਾਪਤ ਮਾਨੁੱਖ ਦੇਹਰੀ ਆ ਗੋਬਿੰਦ ਮਿਲਣ ਕੀ। ਇਹੀ ਹੈ ਨਾ ਤੁਹਾਡੀ ਅਤੇ ਮੇਰੀ ਇਹੀ ਵਾਰੀ ਹੈ ਨਾ, ਹਾਂਜੀ, ਕਿ ਹੋਰ ਵੀ ਲੈਣੀ ਹੈ ਜੀ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਤ ਨਾ ਭੌਜਲ ਫੇਰਾ। ਰਾਤੀ ਕੁੜੀ ਪੜ੍ਹਦੀ ਸੀ ਵੀ ਅਨਕ ਜਨਮ ਬਹੁਤ ਜੋਨੀ ਭਰਮਿਆ, ਬਹੁੜ ਬਹੁੜ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਦਿਓ ਦਰ ਸਾਰਾ। ਗਾਣੀ ਹੋਰ ਗੱਲ ਆ, ਇਹਨੂੰ ਕਮਾਣੀ ਹੋਰ ਗੱਲ ਆ। ਉਹ ਕੁੜੀ ਤੋਂ ਆਪਣਾ ਆਪਣੇ ਤਾਂ ਨਾ ਰਾਜੀ ਹੈ ਨਾ, ਜਿਹੜੀ ਗੰਦ ਸੀ ਪਈ ਵੀ ਤੁਸੀਂ ਤਾਂ ਕਮਾਇਆ ਹੀ ਹੋਣਾ। ਤੋ ਮਹਾਰਾਜ ਸਾਨੂੰ ਸੌਣ ਲੱਗਿਆ ਸਮਝਾ ਰਹੇ ਨੇ ਵੀ ਕੁਛ ਕੀਤਾ ਵੀ ਆ ਸੌਣ ਲੱਗਾ, ਕਿਤੇ ਇੱਦਾਂ ਤਾਂ ਨਹੀਂ ਲੰਘੀ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋ ਇੱਦਾਂ ਤਾਂ ਨਹੀਂ ਹੋਇਆ ਕਿਤੇ ਵੀ ਚਾਰ ਦਿਨ ਖਾ ਪੀ ਕੇ ਲੰਘ ਗਏ, ਹੁਣ ਚਾਰ ਪੈਰ ਰਾਤ ਨੂੰ ਸੌਂ ਕੇ ਲੰਘੀ ਹੋਵੇ ਤਾਂ ਜ਼ਿੰਦਗੀ ਤਾਂ ਲੰਘ ਰਹੀ ਹੈ, ਤੁਸੀਂ ਵੱਡੇ ਹੋ ਰਹੇ ਕਿ ਛੋਟੇ, ਹੈਂ ਛੋਟੇ, ਬਹੁਤਿਆਂ ਨੂੰ ਤਾਂ ਅਸੀਂ ਵੱਡੇ ਹੋ ਰਹੇ ਹਾਂ, ਛੋਟੇ ਹੋ ਰਹੇ ਤੁਸੀਂ। ਛਿਨ ਛਿਨ ਔਦ ਵਿਹਾਤ ਹੈ ਫੂਟੇ ਘੜ ਜਿਓ ਪਾਣੀ, ਹਰ ਗੁਣ ਕਾਹੇ ਨਾ ਗਾਵੀ, ਹੁਣ ਕੀ ਕਿਹਾ ਮੂਰਖ ਅਗਿਆਨਾ। ਇੱਥੇ ਦੋ ਗੱਲਾਂ ਕਹਿਤੀ, ਮੂਰਖ ਅਗਿਆਨੀ, ਜਿੱਥੇ ਤੁਹਾਨੂੰ ਪਹਿਲਾਂ ਦੱਸਿਆ ਕਿਹਾ ਭਾਈ ਰੇ, ਹੁਣ ਇੱਥੇ ਕੀ ਕਹਾ ਹਰ ਗੁਣ ਕਾਹੇ ਨਾ ਗਾਵੀ ਮੂਰਖ ਅਗਿਆਨਾ। ਝੂਠੇ ਲਾਲਚ ਲੱਗ ਕੇ ਨਾ ਮਨ ਪਛਾਣਾ, ਫਿਰ ਕਿਹਾ ਮਹਾਰਾਜ ਮੈਂ ਤਾਂ ਮੇਰੀ ਤਾਂ ਉਮਰ ਬਹੁਤ ਲੰਘ ਗਈ ਹੈ, ਫਿਰ ਭਰੋਸਾ ਵੀ ਦਿੱਤਾ, ਅਜੋ ਕੁਛ ਵਿਗੜਿਓ ਨਹੀਂ, ਤੇਰਾ ਅਜੇ ਵੀ ਕੁਛ ਨਹੀਂ ਵਿਗੜਿਆ, ਹੁਣ ਸ਼ੁਰੂ ਕਰ ਲੈ। ਤਾਂ ਮੈਂ ਕਹਿ ਰਿਹਾ ਸੀ ਵਾਹਿਗੁਰੂ ਨਾਮ ਚੜ੍ਹੇ ਸੋ, ਜਿਹੜਾ ਚੜ੍ਹੇਗਾ ਉਹ ਹੀ ਪਾਰ ਉਤਰੇਗਾ, ਜਿਹੜਾ ਚੜ੍ਹੇਗਾ ਨਹੀਂ ਉਹ ਇੱਧਰ ਹੀ ਰਹਿ ਜਾਏਗਾ। ਹੁਣ ਚੜ੍ਹੋਗੇ ਕਿਵੇਂ, ਪਹਿਲਾਂ ਤਾਂ ਟਿਕਟ ਲੈਣੀ ਪਏਗੀ, ਪੰਜਾਂ ਪਿਆਰਿਆਂ ਕੋਲ ਜਾਣਾ ਪਏਗਾ, ਜਿਹੜੇ ਗਏ ਨੇ ਉਹ ਤਾਨਿਆ, ਫਿਰ ਜਿਹੜੇ ਪੰਜ ਪਿਆਰੇ ਰਹਿ ਦੱਸਣਗੇ ਉਹ ਕਮਾਉਣੀ ਪਏਗੀ, ਹੈ ਨਾ, ਉਪਦੇਸ਼ ਕਮਾਉਣਾ ਪਏਗਾ, ਹਾਂ ਤਿਸ ਕੋਲ ਕਮਾਇਆ ਸਤਿਗੁਰੂ ਕਾ ਉਪਦੇਸ਼ ਕਮਾਵੈ, ਕਮਾਈ ਕਰਨੀ ਪਏਗੀ ਉਪਦੇਸ਼ ਦੀ। ਵਾਜੇ ਤੱਕ ਤੁਸੀਂ ਹੁਣ ਸਾਰੇ ਯੂਨੀਵਰਸਿਟੀਆਂ 'ਚ ਪੜ੍ਹਦੇ ਹੋਵੋਗੇ, ਕੋਈ ਕਾਲਜਾਂ 'ਚ ਪੜ੍ਹਦਾ ਹੋਏਗਾ, ਤੁਸੀਂ ਕਦੀ ਆਪਣਾ ਜਿਹੜਾ ਲੈਕਚਰ ਦਿੱਤਾ ਹੈ ਟੀਚਰ ਨੇ ਉਹ ਕਦੀ ਲੈਕਚਰ ਆ ਕੇ ਵਾਜੇ 'ਤੇ ਗਾਇਆ ਹੈ, ਨਹੀਂ ਗਾਇਆ। ਅਤੇ ਫਿਰ ਗੁਰੂ ਦੀ ਬਾਣੀ ਇਹ ਉਪਦੇਸ਼ ਹੈ, ਇਹਨੂੰ ਹੀ ਵਾਜੇ 'ਤੇ ਗਾਉਂਦੇ ਰਹਿੰਦੇ ਹੋ। ਮੈਂ ਨਹੀਂ ਕਹਿ ਰਿਹਾ ਵੀ ਗਾਣਾ ਨਹੀਂ, ਕਈ ਇਹਨੂੰ ਉਲਟ ਸਮਝ ਲੈਂਦੇ ਨੇ, ਗਾਉਣਾ ਸੀ ਅਤੇ ਗਾ ਕੇ ਪਾਉਣਾ ਸੀ। ਗੁਰੂ ਨਾਨਕ ਸਾਹਿਬ ਨੇ ਗਾਇਆ ਅਤੇ ਗਾ ਕੇ ਪਾਇਆ, ਜਿਹਨੂੰ ਗਾਇਆ ਉਹਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕੀਤਾ, ਗਾਉਣਾ ਸੀ ਉਹਨੂੰ ਪਾਉਣ ਵਾਸਤੇ, ਗੀਤ ਵਾਂਗ ਨਹੀਂ ਸੀ ਗਾਉਣਾ, ਲੋਕ ਜਾਣੇ ਇਹ ਗੀਤ ਹੈ, ਗੀਤ ਨਹੀਂ ਹੈ ਇਹ, ਤੋਂ ਬ੍ਰਹਮ ਵਿਚਾਰ, ਇਹ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹਦੇ ਵਿੱਚ ਦੱਸਿਆ ਹੋਇਆ ਕਿ ਉਹਦਾ ਚੱਕਰ ਚੇਨ ਹੈ, ਕਿ ਕਿੱਥੇ ਰਹਿੰਦਾ ਕੀ ਕਰਦਾ, ਸਾਰੀ ਉਹਦੀ ਵਿਆਖਿਆ ਕੀਤੀ ਹੋਈ। ਤਾਂ ਵਾਹਿਗੁਰੂ ਨਾਮ ਚੜ੍ਹੇ ਚੜ੍ਹੇ, ਜਿਹੜਾ ਚੜ੍ਹੇਗਾ ਹੁਣ ਆਪਣੇ ਅੰਦਰ ਸਾਰੇ ਦੇਖੋ ਚੜ੍ਹ ਗਏ ਹਾਂ, ਜਹਾਜ਼ 'ਤੇ ਚੜ੍ਹੇ ਹਾਂ ਕਿ ਥੱਲੇ ਹੀ ਬੈਠੇ ਹਾਂ ਜੇ, ਹਾਂਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ, 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 ਇਹੀ ਚੜ੍ਹਨਾ ਹੈ ਵਾਹਿਗੁਰੂ। ਪਹਿਲਾਂ ਪੰਜਾਂ ਪਿਆਰਿਆਂ ਕੋਲ ਜਾਣਾ, ਜਿਹੜੇ ਗਏ ਆ ਠੀਕ ਆ, ਧੰਨ ਆ, ਜਿਹੜੇ ਨਹੀਂ ਗਏ ਉਹਨਾਂ ਨੂੰ ਵੀ ਜਾਣਾ ਪੈਣਾ। ਪੰਜਾਂ ਪਿਆਰਿਆਂ ਨੇ ਨਾਮ ਦੀ ਦਾਤ ਦੇਣੀ ਹੈ। ਹੁਣ ਪੰਜਾਂ ਪਿਆਰਿਆਂ ਕੋਲ ਜਾਣ ਲਈ ਤੁਹਾਨੂੰ ਉੱਦਮ ਕਰਨਾ ਪੈਣਾ। ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਯਤਨ ਹੈ ਉਹ ਉੱਦਮ ਆ। ਮੇਰੇ ਕੋਲ ਆ ਜਾ, ਨਹੀਂ ਨਹੀਂ ਮੇਰੇ ਕੋਲ ਨਹੀਂ ਆ ਜਾ, ਇੱਦਾਂ ਨਹੀਂ, ਅੰਦਰੋਂ ਮੇਰੇ ਕੋਲ ਆ ਜਾ, ਕਿਤੇ ਹੋਰ ਫਿਰਨ ਡਿਆ ਸੀ। ਬੋਲੋ ਵਾਹਿਗੁਰੂ, ਇੱਥੇ ਨਹੀਂ ਸੀ ਹਾਜ਼ਰ, ਹਾਜ਼ਰਾਂ ਨੂੰ ਮਿਲਦਾ ਹੈ, ਗੈਰ ਹਾਜ਼ਰਾਂ ਨੂੰ ਨਹੀਂ ਕੁਛ ਮਿਲਦਾ। ਹਾਜ਼ਰ ਰਹਿਣਾ ਪੈਂਦਾ, ਸਦਾ ਉਹਦੀ ਹਜ਼ੂਰੀ 'ਚ ਰਹਿਣਾ ਪੈਂਦਾ, ਸਦਾ ਹੀ ਆ। ਹਜ਼ੂਰੀਆ ਕਿਉਂ ਪਾਇਆ, ਕਿਉਂ ਪਾਉਂਦੇ ਆ, ਮੈਂ ਸਦਾ ਤੇਰੀ ਹਜ਼ੂਰੀ 'ਚ ਹਾਂ। ਹੁਣ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਪਏ, ਪਰ ਉਹ ਹਾਜ਼ਰ ਆ, ਉਹਦੀ ਹਜ਼ੂਰੀ 'ਚ ਹਾਂ ਸਦਾ। ਅਤੇ ਜਿਹੜੇ ਸਦਾ ਉਹਨੂੰ ਹਾਜ਼ਰ ਨਾਜ਼ਰ ਆਪ ਸਮਝਦੇ ਨੇ, ਉਹਨਾਂ ਨੂੰ ਹੀ ਮਿਲਦੀਆਂ ਨੇ ਦਾਤਾਂ ਵੀ। ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਤਾਂ ਮੈਂ ਤੁਹਾਨੂੰ ਕਹਿਣ ਲੱਗਾ ਸੀ, ਉੱਦਮ ਕਰਨਾ ਆ, ਸਾਡੇ ਹੱਥ ਵਿੱਚ ਸਿਰਫ ਉੱਦਮ ਆ, ਅਸੀਂ ਸਿਰਫ ਉੱਦਮ ਕਰ ਸਕਦੇ ਹਾਂ। ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪਹੁੰਚ, ਅਤੇ ਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੈ ਚਿੰਤ। ਹੁਣ ਤੁਹਾਨੂੰ ਕੋਈ ਸਵੇਰੇ ਕਿਸੇ ਨੇ ਠਾਣ ਨਹੀਂ ਆਉਣਾ ਵੀ ਤੁਸੀਂ ਕਹੋ ਮੈਨੂੰ ਕੋਈ ਠਾਣ ਆਏਗਾ, ਤੁਹਾਨੂੰ ਆਪ ਹੀ ਉੱਦਮ ਕਰਕੇ ਸਵੇਰੇ ਰਜਾਈ ਛੱਡਣੀ ਪੈਣੀ ਹੈ। ਅੰਮ੍ਰਿਤ ਵੇਲੇ ਤੁਹਾਨੂੰ ਕੋਈ ਨਾ ਕੋਈ ਹੀਲਾ ਵਸੀਲਾ, ਕੋਈ ਅਰਦਾਸ ਕਰਕੇ ਸੌਣਾ ਪਏਗਾ, ਕੁਛ ਕੋਈ ਨਾ ਕੋਈ ਯਤਨ ਕਰਨਾ ਪਏਗਾ, ਕੋਈ ਨਾ ਕੋਈ ਅਲਾਰਮ ਲਾਉਣਾ ਪਏਗਾ, ਕੁਛ ਨਾ ਕੁਛ ਕਰਨਾ ਪਏਗਾ ਵੀ ਮੈਂ ਅੰਮ੍ਰਿਤ ਵੇਲੇ ਉੱਠਣਾ ਹੈ। ਤੁਹਾਨੂੰ ਆਪ ਹੀ ਉੱਦਮ ਕਰਕੇ ਪੰਜਾਂ ਪਿਆਰਿਆਂ ਕੋਲ ਗਏ ਸੀ ਕਿ ਪੰਜ ਪਿਆਰੇ ਤੁਹਾਡੇ ਘਰ ਆਏ ਸੀ? ਹਰ ਸਿੱਖ ਨੂੰ ਆਪ ਹੀ ਪੰਜਾਂ ਪਿਆਰਿਆਂ ਕੋਲ ਉੱਦਮ ਕਰਕੇ ਜਾਣਾ ਪੈਣਾ। ਮੈਂ ਇੱਥੇ ਗਿਆ ਸੀ, ਹੁਣੇ ਲਖਨਊ ਜਾ ਕੇ ਆਇਆ, ਤਾਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਬੈਠੇ, ਤਾਂ ਮੈਂ ਕਿਹਾ ਵੀ ਅੰਮ੍ਰਿਤ ਛਕ ਲਾ। ਕਹਿੰਦਾ ਗੁਰੂ ਸਾਹਿਬ ਮਿਹਰ ਕਰਨਗੇ ਤਾਂ ਛਕ ਲਾਂਗੇ। ਮੈਂ ਕਿਹਾ ਤੂੰ ਕਹਿ ਕੀ ਰਿਹਾ, ਤੈਨੂੰ ਪਤਾ ਹੈਗਾ ਤੂੰ ਬੋਲ ਕੀ ਰਿਹਾ? ਪਹਿਲਾਂ ਤਾਂ ਸਾਨੂੰ ਪਤਾ ਨਹੀਂ ਅਸੀਂ ਬੋਲਦੇ ਕੀ ਹਾਂ, ਮੈਂ ਕੀ ਬੋਲਦਾ, ਮੈਨੂੰ ਪਤਾ ਤਾਂ ਹੋਵੇ ਮੈਂ ਤੁਹਾਨੂੰ ਕੀ ਬੋਲਣ ਲੱਗਾ। ਬੋਲੋ ਵਾਹਿਗੁਰੂ। ਮੈਂ ਕਿਹਾ ਤੈਨੂੰ ਪਤਾ ਹੈ ਬੋਲਦਾ ਕੀ ਪਿਆ? ਵੀ ਗੁਰੂ ਗ੍ਰੰਥ ਸਾਹਿਬ ਮਿਹਰ ਕਰਨਗੇ ਗੁਰੂ ਨਾਨਕ ਸਾਹਿਬ, ਅਤੇ ਫਿਰ ਅੰਮ੍ਰਿਤ ਛਕ ਲਾਂਗੇ। ਤੁਸੀਂ ਕੀ ਕਹਿੰਦੇ ਹੋ? ਗੁਰੂ ਮਿਹਰ ਕਰੇਗਾ ਅਤੇ ਅੰਮ੍ਰਿਤ ਵੇਲੇ ਉੱਠ ਪਾਂਗੇ? ਹਾਂਜੀ ਇੱਦਾਂ ਹੀ ਹੈ ਨਾ? ਹਾਂਜੀ ਜੇ ਨਹੀਂ ਤਾਂ ਕਹੋ ਨਹੀਂ, ਜੇ ਹੈ ਤਾਂ ਕਹੋ ਹੈ, ਅੱਗੇ ਚੱਲੀਏ, ਇੱਦਾਂ ਹੀ ਹੈ ਨਾ? ਸਾਰੇ ਇਹੀ ਕਹਿੰਦੇ ਨੇ ਮਿਹਰ ਕਰੇਗਾ, ਇਹਦਾ ਮਤਲਬ ਕੀ ਬਣਦਾ? ਸੋਚਿਆ ਕਦੀ ਵੀ ਗੁਰੂ ਨਹੀਂ ਮਿਹਰ ਕਰਦਾ ਬੜਾ ਭੈੜਾ, ਮੈਂ ਤਾਂ ਮਿਹਰ ਲੈਣ ਲਈ ਤਿਆਰ ਹਾਂ। ਨਹੀਂ ਸਮਝ ਲੱਗੀ ਗੱਲ ਦੀ? ਵੀ ਉਹ ਮਿਹਰ ਕਰੇਗਾ ਅਤੇ ਫਿਰ ਆਪਾਂ, ਤੂੰ ਕਦੀ ਇਵੇਂ ਕਿਹਾ ਵੀ ਮਿਹਰ ਕਰੇਗਾ ਤਾਂ ਰੋਟੀ ਖਾ ਲਾਂਗਾ, ਮਿਹਰ ਕਰੇਗਾ ਤਾਂ ਪਾਣੀ ਪੀ ਲਾਂਗਾ? ਨਹੀਂ, ਪਾਣੀ ਤਾਂ ਆਪੇ ਪੀ ਲਿਆ, ਰੋਟੀ ਤਾਂ ਆਪੇ ਸੱਤ ਵਾਰੀ ਖਾ ਲਈ ਦਿਹਾੜੀ 'ਚ। ਉਦੋਂ ਨਹੀਂ ਪੁੱਛਿਆ ਗੁਰੂ ਨੂੰ ਮਿਹਰ ਕਰੀ ਤਾਂ ਮੈਂ ਰੋਟੀ ਫਿਰ ਖਾਵਾਂਗਾ। ਦੇਖੋ ਧਿਆਨ ਨਾਲ ਸੋਚੋ, ਹੱਸੋ ਨਾ, ਮੈਂ ਕਿਹੜਾ ਤੁਹਾਡੀ ਐਂਟਰਟੇਨਮੈਂਟ ਕਰਨ ਆਇਆ? ਮੈਂ ਤਾਂ ਇੱਕ ਸੀਰੀਅਸ ਗੱਲ ਤੁਹਾਡੇ ਨਾਲ ਕਰਦਾ ਪਿਆ। ਤੁਸੀਂ ਅੱਗੇ ਜਾ ਕੇ ਦੱਸੋ, ਜਿਹੜਾ ਕਹਿੰਦਾ ਮਿਹਰ ਕਰੇਗਾ, ਮਤਲਬ ਗੁਰੂ ਮਿਹਰ ਨਹੀਂ ਕਰਦਾ? ਸੂਰਜ ਚੜ੍ਹਿਆ, ਤੁਸੀਂ ਕਹੋ ਵੀ ਸੂਰਜ ਚੜ੍ਹਿਆ ਨੂੰ ਤਾਂ ਬਾਰੀ ਕਰ ਲਓ, ਬੰਦ ਅੰਦਰ ਬਹਿ ਕੇ ਕਹੋ ਸੂਰਜ ਮਿਹਰ ਕਰੇਗਾ ਅਤੇ ਧੁੱਪ ਮਿਲ ਜਾਏਗੀ। ਤੈਨੂੰ ਉੱਦਮ ਕਰਕੇ ਬਾਰੀ ਖੋਲ੍ਹਣੀ ਪੈਣੀ ਹੈ, ਤੈਨੂੰ ਉੱਦਮ ਕਰਕੇ ਧੁੱਪ 'ਚ ਆਉਣਾ ਪੈਣਾ। ਸੂਰਜ ਤਾਂ ਚੜ੍ਹਿਆ, ਸਭ ਨੂੰ ਧੁੱਪ ਦੇ ਰਿਹਾ, ਗੁਰੂ ਨਾਨਕ ਤਾਂ ਆਏ ਨੇ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੈਠੇ ਨੇ, ਜਿਹੜਾ ਮਰਜ਼ੀ ਮਿਹਰ ਲੈ ਲੈ। ਪੰਜ ਪਿਆਰੇ ਤਾਂ ਹਾਜ਼ਰ ਨਾਜ਼ਰ ਨੇ, ਜਿਹੜਾ ਮਰਜ਼ੀ ਜਾ ਕੇ ਉੱਥੇ ਮਿਹਰ ਲੈ ਲੈ। ਝੋਲੀ ਤਾਂ ਤੁਹਾਨੂੰ ਕਰਨੀ ਪਏਗੀ, ਜਾਣਾ ਤਾਂ ਤੁਹਾਨੂੰ ਕਰਨਾ ਉੱਥੇ ਪਏਗਾ। ਕੋਈ ਵੀ ਤੁਹਾਨੂੰ ਦੁੱਖ ਆ, ਤਕਲੀਫ ਆ, ਕੋਈ ਤੁਹਾਡੇ ਜੀਵਨ ਦੀ ਕੋਈ ਮੁਸੀਬਤ ਆ ਤੁਹਾਡੇ ਕੋਲ, ਕੋਈ ਤੁਹਾਨੂੰ ਵਿਘਨ ਪੈ ਗਿਆ, ਕਿੱਥੇ ਜਾਓਗੇ? ਜੀ ਕੀ ਜੋ ਬਿਰਥਾ ਹੋਏ ਸੋ ਗੁਰ ਪੈ, ਅਤੇ ਗੁਰੂ ਕੌਣ? ਪੰਜਾਂ ਪਿਆਰਿਆਂ ਕੋਲ ਜਾਇਆ ਕਰੋ, ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ, ਜੋ ਤੁਹਾਨੂੰ ਚਾਹੀਦਾ, ਨਾ ਕਿਸੇ ਇਕੱਲੇ ਇਕੱਲੇ ਮਗਰ ਤੁਰੇ ਫਿਰੋ। ਜਦੋਂ ਵੀ ਤੁਹਾਨੂੰ ਕੋਈ ਜੀਵਨ ਦੇ ਵਿੱਚ ਕੋਈ ਲੋੜ ਹੋਵੇ, ਉੱਦਮ ਕਰੋ ਅਤੇ ਪੰਜਾਂ ਪਿਆਰਿਆਂ ਕੋਲ ਜਾ ਕੇ ਉਹਨਾਂ ਨੂੰ ਦੱਸੋ ਆਪਣੇ ਮਨ ਦੀ ਗੱਲ ਵੀ ਮੇਰਾ ਨਹੀਂ ਸਰਿਆ। ਉੱਦਮ ਤੁਹਾਨੂੰ ਕਰਨਾ ਪੈਣਾ। ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਅੱਛਾ, ਤੂੰ ਤਾਂ ਝੋਲੀ ਕਰਕੇ ਖੜਾ, ਪੰਜ ਪਿਆਰੇ ਨਹੀਂ ਤੈਨੂੰ ਦਾਤ ਦਿੰਦੇ ਪਏ,
ਹੈ ਨਾ। ਉਹ ਗੁਰੂ ਮਿਹਰ ਕਰੇਗਾ ਤਾਂ ਅੰਮ੍ਰਿਤ ਛਕ ਲਾਂਗੇ, ਗੁਰੂ ਮਿਹਰ ਕਰੇਗਾ ਤਾਂ ਬਾਣੀ ਪੜ੍ਹ ਲਾਂਗੇ, ਗੁਰੂ ਮਿਹਰ ਕਰੇਗਾ ਤਾਂ ਅੰਮ੍ਰਿਤ ਵੇਲੇ ਉੱਠ ਪਾਂਗੇ, ਬਾਕੀ ਸਾਰੇ ਕੰਮ ਆਪੇ ਕਰ ਲਏ। ਅਤੇ ਜਿੱਥੇ ਹੁਣ ਬਾਣੀ ਦੀ ਗੱਲ ਆਈ, ਨਾਮ ਦੀ ਗੱਲ ਆਈ, ਅਤੇ ਉੱਥੇ ਹੁਣ ਗੁਰੂ ਮਿਹਰ ਕਰੇਗਾ ਤਾਂ ਡੀਕਦਾਰ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਿਹਰ ਨਹੀਂ ਕਰਦੇ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ। ਇੱਕ ਦ੍ਰਿਸ਼ਟ ਕਰ, ਅਗਲੀ ਪੰਕਤੀ ਮੈਨੂੰ ਵਿਸਰਦੀ ਪਈ, ਬੋਲੋ ਵਾਹਿਗੁਰੂ, ਚੇਤਾ ਕੀ ਸੁਣਾ ਦੇਣਾ, ਬੋਲੋ ਵਾਹਿਗੁਰੂ, ਵਾਹਿਗੁਰੂ। ਸਤਿਗੁਰੂ ਸਦਾ ਦਿਆਲ ਹੈ ਭਾਈ, ਪਰ ਤੇਰੇ ਹਿੱਸੇ 'ਚ ਕੀ ਆ, ਤੂੰ ਭਾਗ ਕੀ ਬਣਾਇਆ ਆਪਣਾ, ਭਾਗ ਆਪ ਨੂੰ ਬਣਾਉਣਾ ਪੈਂਦਾ, ਆਪ ਉੱਦਮ ਕਰਕੇ ਗੁਰੂ ਨੂੰ ਯਾਦ ਕਰਨਾ ਪੈਂਦਾ, ਚੇਤਾ ਕਰਨਾ ਪੈਂਦਾ। ਅਗਲੀ ਅੱਧੀ ਪੰਕਤੀ ਕਹਿੰਦੀ ਹੈ, ਜਿਹਾ ਭਾਉ ਤਿਹਾ ਫਲ ਪਾਈਏ, ਜਿਹੋ ਜਿਹੀ ਤੁਹਾਡੀ ਨੀਅਤ ਹੈ, ਜਿਹੋ ਜਿਹਾ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ, ਉਹੋ ਜਿਹਾ ਹੀ ਫਲ ਤੁਹਾਨੂੰ ਪ੍ਰਾਪਤ ਹੋਣਾ। ਕੋਈ ਗੁਰੂ ਨੂੰ ਮਨੁੱਖ ਸਮਝਦਾ ਆ, ਕੋਈ ਗੁਰੂ ਨੂੰ ਗੁਰੂ ਵਰਗਾ ਸਮਝਦਾ, ਅਤੇ ਕੋਈ ਗੁਰੂ ਨੂੰ ਪਰਮ ਪਰਮੇਸ਼ਰ ਸਮਝਦਾ। ਜਿਹੜਾ ਬੰਦੇ ਵਾਂਗ ਸਮਝਦਾ ਉਹ ਕੀ ਕਰਦਾ, ਹੱਥ ਜੋੜ ਕੇ ਅਰਦਾਸ ਕਰਕੇ ਖਲੋ ਜਾਂਦਾ, ਅਤੇ ਉਹਨੂੰ ਦੱਸਣ ਲੱਗ ਜਾਂਦਾ, ਦੱਸਣ ਲੱਗ ਜਾਂਦੇ ਨੇ ਸਾਰੇ, ਮੇਰੀ ਆਹ ਮੰਗ ਹੈ ਜੀ, ਮੇਰੀ ਆਹ ਮੰਗ ਹੈ ਜੀ, ਮੇਰੀ ਆਹ ਮੰਗ ਹੈ ਜੀ, ਮੇਰੀ ਆਹ ਮੰਗ, ਐਡੀ ਐਡੀ ਵੱਡੀਆਂ ਲਿਸਟਾਂ ਪੜ੍ਹਦੇ ਰਹਿੰਦੇ ਨੇ। ਮਤਲਬ ਉਹ ਗੁਰੂ ਨੂੰ ਇੱਕ ਇਨਸਾਨ ਵਾਂਗ, ਇੱਕ ਮਨੁੱਖ ਵਾਂਗ ਸਮਝਦੇ ਨੇ, ਵੀ ਗੁਰੂ ਨੂੰ ਦੱਸਣਾ ਪਏਗਾ ਤਾਂ ਇਹ ਮੇਰੀ ਮੰਗ ਪੂਰੀ ਕਰੇਗਾ। ਬੋਲੋ ਵਾਹਿਗੁਰੂ, ਵਾਹਿਗੁਰੂ। ਇੱਕ ਬੰਦਾ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਲਈ ਤੁਰਿਆ ਘਰੋਂ, ਅਤੇ ਘਰੋਂ ਗਰੀਬ ਸੀ, ਕੁਛ ਨਹੀਂ ਸੀ ਘਰ 'ਚ, ਬਹੁਤਾ ਧਨ ਪਦਾਰਥ ਨਹੀਂ ਸੀ, ਅਤੇ ਕਹਿੰਦਾ ਕੀ ਲੈ ਕੇ ਜਾਵਾਂ। ਅਤੇ ਉਹ ਤੁਰ ਪਿਆ, ਅਤੇ ਕੁਛ ਘਰ 'ਚ ਹੈ ਨਹੀਂ ਸੀ, ਇੱਕ ਛੈਲ ਕੌਡੀ, ਕੌਡੀ ਲੈ ਕੇ ਘਰੋਂ ਤੁਰ ਪਿਆ। ਅੰਗਰੇਜ਼ੀ ਛੈਲ ਕਹਿੰਦੇ ਉਹਨੂੰ, ਤੁਸੀਂ ਸ਼ਾਇਦ ਕੌਡੀ ਦੇਖੀ ਕਿ ਨਹੀਂ ਦੇਖੀ, ਉਹ ਕੌਡੀ ਕਹਿੰਦੇ ਆ, ਬੱਚੇ ਖੇਡਦੇ ਹੁੰਦੇ ਸੀ ਪਹਿਲਾਂ, ਹੁਣ ਨਹੀਂ ਹੈਗੇ, ਘੱਟ ਹੈਗੇ। ਅਤੇ ਉਹ ਆਪਣੀ ਜੇਬ 'ਚ ਕੌਡੀ ਪਾ ਕੇ ਤੁਰ ਪਿਆ, ਦਰਬਾਰ ਚਲਾ ਗਿਆ, ਮੱਥਾ ਟੇਕਿਆ, ਜਾ ਕੇ ਮੱਥਾ ਟੇਕਿਆ, ਅਤੇ ਮਨ ਵਿੱਚ ਆ ਗਿਆ ਵੀ ਮੈਂ ਕੌਡੀ ਰੱਖਾਂ ਗੁਰੂ ਸਾਹਿਬ ਸਾਹਮਣੇ। ਕੋਈ ਵੱਡੀਆਂ ਵੱਡੀਆਂ ਭੇਟਾਂ ਕਰਦਾ ਪਿਆ, ਕੋਈ ਕੁਛ, ਕੋਈ ਕੁਛ, ਕੋਈ ਕੁਛ, ਅਤੇ ਉਹ ਮਨ ਦੇ ਵਿੱਚ ਮਹਿਸੂਸ ਕਰਦਾ ਹੈ ਵੀ ਨਹੀਂ, ਮੈਂ ਨਹੀਂ ਕੌਡੀ ਨਹੀਂ ਰੱਖਣੀ ਗੁਰੂ ਸਾਹਿਬ ਦੇ ਸਾਹਮਣੇ। ਦੀਵਾਨ ਸਜਿਆ ਆ, ਦੀਵਾਨ ਵਿੱਚ ਬਹਿ ਗਿਆ, ਚੌਂਕੜਾ ਲਾ ਕੇ ਕੀਰਤਨ ਸੁਣਦਾ ਪਿਆ, ਸੁਣਦੇ ਪਏ ਜੀ, ਕੀਰਤਨ ਹੋ ਰਿਹਾ, ਅਤੇ ਮਹਾਰਾਜ ਨੇ ਕੀਰਤਨ ਦੀ ਸਮਾਪਤੀ, ਮੰਨ ਲਓ 1 ਵਜੇ ਕਰਨੀ, ਸਮਾਪਤੀ ਨਹੀਂ ਕੀਤੀ, ਕਹਿੰਦੇ ਹੋਰ ਸ਼ਬਦ ਪੜ੍ਹੋ, ਹੋਰ ਸ਼ਬਦ ਪੜ੍ਹੇ, ਘੰਟਾ ਹੋਰ ਲੰਘ ਗਿਆ। ਅਤੇ ਸੇਵਾਦਾਰਾਂ ਨੇ ਪੁੱਛਿਆ, ਮਹਾਰਾਜ ਜੀ ਸਮਾਪਤੀ, ਕਹਿੰਦੇ ਨਹੀਂ ਹੋਰ ਸ਼ਬਦ ਪੜ੍ਹੋ। ਮਹਾਰਾਜ ਇਹ ਸਮਾਪਤੀ ਕਿਉਂ ਨਹੀਂ ਕਰਦੇ, ਕਹਿੰਦੇ ਸਾਡਾ ਇੱਕ ਸਿੱਖ ਬੜੀ ਪ੍ਰੇਮ ਭੇਟਾ ਲੈ ਕੇ ਬੈਠਾ, ਉਹ ਭੇਟਾ ਨਹੀਂ ਦਿੰਦਾ ਪਿਆ, ਮਹਾਰਾਜ ਜੇ ਨਹੀਂ ਦਿੰਦਾ ਤੁਸੀਂ ਆਪ ਮੰਗ ਲਓ। ਉਹਨੂੰ ਖੜਾ ਕੀਤਾ, ਉਹਨੂੰ ਕਿਹਾ ਲਿਆ ਭਾਈ ਤੇਰੀ ਕੌਡੀ ਪ੍ਰਵਾਣੇ। ਅਤੇ ਗੁਰੂ ਗ੍ਰੰਥ ਸਾਹਿਬ ਨਹੀਂ ਜਾਣਦਾ ਤੁਹਾਡੀਆਂ ਲੋੜਾਂ ਕੀ ਨੇ, ਮੇਰੀਆਂ ਲੋੜਾਂ ਕੀ ਨੇ, ਕਿ ਉਹਨੂੰ ਦੱਸਣ ਦੀ ਲੋੜ ਹੈ, ਜੇ ਦੱਸਣ ਦੀ ਲੋੜ ਹੈ ਫਿਰ ਮਨੁੱਖ ਹੈ, ਫਿਰ ਇਸ ਤਰ੍ਹਾਂ ਕਿਉਂ ਪੜ੍ਹਦੇ ਹਾਂ, ਅਤੇ ਰੋਜ਼ ਖੜ੍ਹੇ ਹੋ ਕੇ ਤੂੰ ਅੰਤਰਜਾਮੀ ਹੈ ਜੀ, ਤੂੰ ਲੋਕ ਪ੍ਰਲੋਕ ਦਾ ਸਹਾਇਕ ਹੈ ਜੀ, ਪਤਾ ਨਹੀਂ ਕਿਹੜੇ ਕਿਹੜੇ ਅਲੰਕਾਰ ਵਰਤਦੇ ਨੇ ਸਾਡੇ ਲੋਕ, ਪਰ ਮਨ ਨਹੀਂ ਪ੍ਰਤੀ ਮੁੱਖੋਂ ਗੰਢ ਲਾਭ, ਮਨ ਨਹੀਂ ਪ੍ਰੀਤ ਮੁੱਖੋਂ ਗੰਢ, ਅਸੀਂ ਮੁੱਖੋਂ ਬੜੇ ਵੱਡਾ ਵੱਡਾ ਕੁਛ ਕਹਿ ਰਹੇ ਹਾਂ, ਪਰ ਅੰਦਰ ਦੀ ਪ੍ਰੀਤ ਗੁਰੂ ਕੀ ਦੇਖਦਾ, ਅੰਦਰ ਦੀ ਭਾਵਨਾ ਦੇਖਦਾ। ਗੁਰੂ ਸਾਡੇ ਅੰਦਰ ਦੀ ਜਾਣਦਾ ਹੈ, ਘੱਟ ਘੱਟ ਕੇ ਅੰਤਰ ਕੀ ਜਾਣ ਤਾਂ ਭਲੇ ਬੁਰੇ ਕੀ ਪੀਰ ਪਛਾਣ, ਉਹਨੂੰ ਸਾਡੇ ਅੰਦਰ ਦਾ ਪਤਾ ਹੈ ਵੀ ਇਹ ਅੰਦਰੋਂ ਕਿੰਨਾ ਮੈਲਾ ਅਤੇ ਅੰਦਰੋਂ ਕਿੰਨਾ ਨਿਰਮਲ ਹੈ। ਤੁਸੀਂ ਬਾਹਰੋਂ ਛਪਾ ਲਓਗੇ, ਮੈਂ ਵੀ ਛਪਾ ਲਾਂਗਾ, ਬਾਹਰੋਂ ਮੈਂ ਚਿੱਟੇ ਕੱਪੜੇ ਪਾ ਲਾਂਗਾ, ਬਾਹਰੋਂ ਮੈਂ ਦੁਆਲੇ ਬੰਨ ਲਾਂਗਾ, ਜੋ ਮਰਜ਼ੀ ਕਰ ਲਾਂਗਾ, ਪਰ ਅੰਦਰ ਦੀ ਖੇਡ ਗੁਰੂ ਜਾਣਦਾ। ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਗੱਲ ਕਦੀ ਭੁੱਲ ਕੇ ਵੀ ਨਹੀਂ ਕਹਿਣੀ ਵੀ ਗੁਰੂ ਮਿਹਰ ਕਰੇਗਾ ਅਤੇ ਫਿਰ ਮੈਂ ਆਹ ਕੰਮ ਕਰ ਲਾਂਗਾ, ਨਹੀਂ, ਗੁਰੂ ਮਿਹਰ ਕਰ ਲਿਆ, ਅਸੀਂ ਮਿਹਰ ਨਹੀਂ ਲੈ ਰਹੇ। ਗੁਰੂ ਹੈ ਹੀ ਮਿਹਰ ਦਾ ਬੱਦਲ, ਹਰ ਵੇਲੇ ਵਰਸ ਰਿਹਾ, ਹਰ ਵੇਲੇ ਵਰਸ ਰਿਹਾ। ਤੂੰ ਆਪਣਾ ਭਾਵਨਾ, ਆਪਣੇ ਮਨ ਦੀ ਭਾਵਨਾ, ਆਪਣੀ ਜਿਹੜੀ ਤੇਰੀ ਸ਼ਰਧਾ ਆ ਉਹਨੂੰ ਪੂਰਾ ਕਰ, ਗੁਰੂ 'ਤੇ ਸ਼ਰਧਾ ਲਿਆ, ਮਨ ਭਾਵਨੀ 'ਤੇ ਸਿੱਧ ਹੋਏ। ਜੇ ਤੇਰਾ ਮਨ ਵਿੱਚ ਭਾਵਨਾ ਹੈ, ਤੇਰੇ ਮਨ ਵਿੱਚ ਪਤਾ ਹੈ, ਤੈਨੂੰ ਇਹ ਪ੍ਰਤੀਤ ਹੋਵੇ ਵੀ ਗੁਰੂ ਸਮਰੱਥ ਹੈ, ਗੁਰ ਸਮਰੱਥ, ਗੁਰ ਨੰਕਾਰ, ਗੁਰੂ ਚਾ ਅਗਮ ਅਪਾਰ, ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਤਨਹਾਰ, ਜਿੱਤੜੇ ਫਲ ਮਨ ਬਾਂਛੀ ਹੈ ਤਿੱਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸੱਚ ਨਾਮ
ਦੇਰਾ ਸੁਣ ਪੂੰਜੀ ਹੈ ਨਹੀਂ ਅਤੇ ਸੌਦੇ ਕੋ ਧਾਵੈ ਬਿਨ ਪੂੰਜੀ ਪੱਲੇ ਪੈਸਾ ਹੈ ਨਹੀਂ ਦੁਕਾਨ 'ਤੇ ਤੁਰ ਗਿਆ ਮੈਨੂੰ ਸਮਾਨ ਦੇ ਕਿਸੇ ਨੇ ਨਹੀਂ ਦੇਣਾ ਦਊਗਾ ਪੱਲੇ ਪੈਸੇ ਹੋਣਗੇ ਦੁਕਾਨ ਤੋਂ ਸਮਾਨ ਮਿਲੇਗਾ ਇੱਥੇ ਵੀ ਤੁਹਾਨੂੰ ਨਾਮ ਜਪਣਾ ਪਏਗਾ ਸੱਚੇ ਨਾਮ ਦੀ ਪੂੰਜੀ ਦੇ ਕੇ ਮਿਲਦਾ ਇੱਥੇ ਉੱਦਾਂ ਨਹੀਂ ਕੁਛ ਮਿਲਦਾ ਇੱਥੇ ਵੀ ਨਾਮ ਜਪਣਾ ਪੈਂਦਾ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜਾ ਢਿੱਲਾ ਅਤੇ ਇਹ ਸਿਰਫ ਬੋਲ ਗਾਉਣ ਵਾਸਤੇ ਥੋੜ੍ਹੀ ਨੇ ਬੋਲ ਕਮਾਉਣ ਵਾਸਤੇ ਹੁੰਦੇ ਨੇ ਬੋਲੋ ਵਾਹਿਗੁਰੂ ਵਾਹਿਗੁਰੂ ਸੰਗੋ ਨਾ ਉੱਚੀ ਬੋਲੋ ਵਾਹਿਗੁਰੂ ਵਾਹਿਗੁਰੂ ਆਹ ਧਰਤੀ ਨੇ ਕਿਤੇ ਪੁਕਾਰ ਕੀਤੀ ਹੋਣੀ ਕੋਈ ਇੱਥੇ ਆ ਕੇ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਕਰਨ ਤਾਂ ਤੁਸੀਂ ਇੱਥੇ ਆਏ ਉੱਦਾਂ ਥੋੜ੍ਹੀ ਆਏ ਬੋਲੋ ਵਾਹਿਗੁਰੂ ਸੰਗੋ ਨਾਉਣ ਵਾਹਿਗੁਰੂ 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 ਰਾਤ ਸੁੱਤੇ ਨਹੀਂ ਹੋਣੇ ਜ਼ਿਆਦਾ ਸਿਮਰਨ ਕਰ ਲਿਆ ਬੋਲੋ ਵਾਹਿਗੁਰੂ ਉੱਦਮ ਕਰਿੰਦਿਆਂ ਜੀਓ ਤੂੰ ਉੱਦਮ ਕਰ ਜੇ ਤੇਰੀ ਜ਼ਿੰਦਗੀ 'ਚ ਉੱਦਮ ਨਹੀਂ ਹੈ ਆਲਸੀ ਹੈ ਜ਼ਿੰਦਗੀ ਸਫਲ ਨਹੀਂ ਹੋਏਗੀ ਕੋਈ ਵੀ ਕੰਮ ਕਰੋਗੇ ਉੱਦਮ ਨਾਲ ਹੋਣਾ ਕੋਈ ਦੁਨੀਆਂ ਦਾ ਕੰਮ ਵੀ ਉੱਦਮ ਨਾਲ ਹੀ ਹੋਣਾ ਜੇ ਮਨ ਚਾਹ ਹੈ ਤਾਂ ਹੀ ਪੂਰਾ ਹੋਣਾ ਜੇ ਮਨ ਚਾਹ ਨਹੀਂ ਹੈ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ ਅੰਮ੍ਰਿਤ ਵੇਲਾ ਚਾਹ ਨਾਲ ਹੋਣਾ ਮੈਨੂੰ ਕਈ ਪੁੱਛਦੇ ਤੁਸੀਂ ਚਾਹ ਨਹੀਂ ਪੀਂਦੇ ਮੈਂ ਕਿਹਾ ਪੀਂਦਾ ਵਾਂ ਖੁਸ਼ ਹੋ ਜਾਂਦੇ ਨੇ ਇਹ ਵੀ ਖਰੇ ਸ਼ਾਇਦ ਮੇਰਾ ਸਾਡੇ ਅਗਰ ਕੱਪ ਪੀਂਦਾ ਹੋਵੇਗਾ ਭਰ ਕੇ ਪੂਰਾ ਗਲਾਸ ਚਾਹ ਦਾ ਬੋਲੋ ਵਾਹਿਗੁਰੂ ਤੁਹਾਡੇ ਚਾਹ ਪੀਂਦੇ ਨੇ ਕਿੰਨੇ ਕੁ ਚਾਹ ਪੀਂਦੇ ਨੇ ਸੰਗਦੇ ਆ ਸਾਰੇ ਪੀਆ ਕਰੋ ਪ੍ਰਭ ਮਿਲ ਬੈ ਕੀ ਇਹ ਚਾਹ ਪੀਆ ਕਰੋ ਨਾ ਪ੍ਰਭ ਮਿਲ ਬੈ ਕੀ ਚਾਹ ਰੱਬ ਨੂੰ ਮਿਲਣ ਦੀ ਚਾਹ ਪੀਆ ਕਰੋ ਚਾਹ ਚੜ੍ਹ ਜਾਵੇ ਵੀ ਮਿਲਣਾ ਹੈ ਰੱਬ ਨੂੰ ਜਨਮ ਮਿਲਿਆ ਮਿਲਣ ਲਈ ਚਾਹ ਚੜ੍ਹ ਜਾਵੇ ਵੀ ਗੁਰਸਿੱਖ ਮਿਲੇ ਨੇ ਅੰਮ੍ਰਿਤ ਵੇਲਾ ਕਰਨਾ ਇਹਨਾਂ ਨਾਲ ਬਹਿ ਕੇ ਨਹੀਂ ਗੱਲ ਬਣੀ ਕਿਤੇ ਕੀਰਤਨ ਮਿਲੇ ਅਤੇ ਅੰਦਰ ਚਾਹ ਪੈਦਾ ਹੋ ਜਾਵੇ ਹਾਏ ਕੀਰਤਨ ਆਉਂਦਾ ਚਾਹ ਨਹੀਂ ਕੀਰਤਨ ਉੱਥੇ ਹੁੰਦਾ ਹੁੰਦਾ ਅਤੇ ਬੱਧੇ ਚੱਟੀ ਭਰਦੇ ਹਾਂ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸਿੱਧੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਉਹਨਾਂ ਦੇ ਕਾਰਜ ਪੂਰੇ ਹੁੰਦੇ ਨੇ ਜਿਹੜੇ ਖੁਸ਼ੀ ਨਾਲ ਕਰਦੇ ਨੇ ਜਿਹੜੇ ਬੱਧੇ ਕਰਦੇ ਨੇ ਉਹਨਾਂ ਦੇ ਨਹੀਂ ਹੁੰਦੇ ਬੱਧੇ ਨਿਤਨੇਮ ਹੋ ਗਿਆ ਕੋਈ ਨਹੀਂ ਨਿਤਨੇਮ ਹੋ ਗਿਆ ਪਰ ਨਿਤਨੇਮ ਦਾ ਰਾਸਾ ਲਿਆ ਨਿਤਨੇਮ ਤਾਂ ਅੰਮ੍ਰਿਤ ਆ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਹੀ ਅੰਮ੍ਰਿਤ ਤਿਆਰ ਕੀਤਾ ਸੀ ਨਾ ਹਾਂਜੀ ਅਤੇ ਫਿਰ ਨਿਤਨੇਮ ਕੀ ਹੋਇਆ ਅੰਮ੍ਰਿਤ ਅਤੇ ਰੋਜ਼ ਕੀ ਪੀਣਾ ਸੀ ਅਤੇ ਮੈਂ ਤਾਂ ਸੁੱਤਾ ਰਿਹਾ ਅੱਜ ਅਤੇ ਨਿਤਨੇਮ ਤਾਂ ਹੋ ਗਿਆ ਅਤੇ ਮੈਂ ਤਾਂ ਸੁੱਤਾ ਰਿਹਾ ਇੱਦਾਂ ਦਾ ਨਿਤਨੇਮ ਕਰਨ ਲਈ ਕਿਹਾ ਸੀ ਮਹਾਰਾਜ ਨੇ ਉਹਨੇ ਕਿਹਾ ਸੀ ਤੈਨੂੰ ਪੰਜ ਬਾਣੀਆਂ ਦੇਣ ਲੱਗਾ ਤੂੰ ਰੋਜ਼ ਅੰਮ੍ਰਿਤ ਪੀਵੀਂ ਬੋਲੋ ਵਾਹਿਗੁਰੂ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਅੰਦਰ ਦੇਖਿਆ ਦੋ ਗੱਲਾਂ ਇਹ 'ਚ ਬੜੀਆਂ ਕੀਮਤੀ ਕਹੀਆਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਉਹਦੇ ਦੀਦਾਰ ਕੀਤੇ ਦਰਸ਼ਨ ਕੀਤਾ ਅਤੇ ਪ੍ਰਭੂ ਦਾ ਨਾਮ ਮਿੱਠਾ ਲੱਗਾ ਅਤੇ ਮਿੱਠਾ ਤਾਂ ਖਾਂਦੇ ਹੀ ਹੋ ਤੁਹਾਨੂੰ ਪਤਾ ਮਿੱਠਾ ਹਾਂਜੀ ਨਹੀਂ ਖਾਧਾ ਕਦੀ ਮਿੱਠਾ ਹੈ ਬੋਲਦੇ ਕਿਉਂ ਨਹੀਂ ਫਿਰ ਮੈਂ ਕਿਹੜਾ ਪੈਸੇ ਮੰਗਣ ਲੱਗਾ ਰਸਗੁੱਲਿਆਂ ਦੇ ਤੂੰ ਮਿੱਠਾ ਲੱਗਿਆ ਵਾਹਿਗੁਰੂ ਕਹਿ ਕੇ ਮੂੰਹ ਮਿੱਠਾ ਹੋ ਗਿਆ ਹਾਂ ਹੋ ਜਾਣਾ ਚਾਹੀਦਾ ਸੀ ਨਾ ਨਿਤਨੇਮ ਕਰਕੇ ਮੂੰਹ ਮਿੱਠਾ ਹੋ ਜਾਣਾ ਚਾਹੀਦਾ ਸੀ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਕਿਹੜਾ ਅੰਮ੍ਰਿਤ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ ਅੰਮ੍ਰਿਤ ਕੀ ਹੈ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਜਪ ਜਪ ਕੇ ਜਪ ਜਪ ਕੇ ਪੀਣਾ ਆ ਇਹਨੂੰ ਜਪ ਇੱਕ ਤਾਂ ਹੈ ਨਾ ਜਪਣਾ ਬਾਣੀ 'ਚ ਵੀ ਇੱਦਾਂ ਲਿਖਿਆ ਹੈ ਸਾਚੀ ਬਾਣੀ ਮਿੱਠੀ ਅੰਮ੍ਰਿਤਧਾਰ ਜਿਨ ਪੀਤੀ ਅਤੇ ਸਮੋਖ ਦੁਆਰ ਜਿਨ ਪੀਤੀ ਸਮਝ ਲੱਗੀ ਪੜ੍ਹੀ ਨਹੀਂ
ਇਹਦਾ ਮਤਲਬ ਬਾਣੀ ਪੀਤੀ ਜਾ ਸਕਦੀ ਹੈ ਤੇ ਧਿਆਨ ਨਾਲ ਪੜੋਗੇ ਅੰਮ੍ਰਿਤ ਬਾਣੀ ਮਿੱਠੀ ਜਿਨ ਪੀਤੀ ਤੇ ਸਮੋਖ ਦੁਆਰ ਜਿਹਨੇ ਪੀਤੀ ਉਹਨੂੰ ਮੁਕਤੀ ਦਾ ਦਰਵਾਜ਼ਾ ਮਿਲਿਆ ਜਿਹਨੇ ਪੜ੍ਹੀ ਅਜੇ ਤੱਕ ਉਹ ਅਜੇ ਪਿੱਛੇ ਆ ਪੜ੍ਹਦੇ 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 ਰਸਨਾ ਤੇ ਅੰਮ੍ਰਿਤ ਬਣ ਜਾਵੇ ਬਲੋ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਦੇ ਕੁੱਟ ਇੱਦਾਂ ਵੀ ਲਿਖਿਆ ਮਹਾਰਾਜ ਨੇ ਅੰਮ੍ਰਿਤ ਬਚਨ ਗੁਰ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁੱਖ ਅੰਮ੍ਰਿਤ ਪਾਵੈ ਅੰਮ੍ਰਿਤ ਬਚਨ ਹਾਂਜੀ ਹਾਂਜੀ ਵਾਛੀਆਂ ਨਾ ਮਾਰੋ ਪਿੱਛੇ ਬੈਠੇ ਸਾਵਧਾਨ ਹੋ ਹਾਂ ਤੁਸੀਂ ਸੋਚਦੇ ਹੋ ਇਹ ਕਿਹੜਾ ਮੈਨੂੰ ਵੇਖਦਾ ਪਿਆ ਬੋਲੋ ਵਾਹਿਗੁਰੂ ਇਹ ਬੜਾ ਭੈੜਾ ਆ ਇਕੱਲੇ ਇਕੱਲੇ 'ਤੇ ਨਜ਼ਰ ਰੱਖਦਾ ਕਵਾਂ ਭਾਵੇਂ ਨਾ ਕਵਾਂ ਬੋਲੋ ਵਾਹਿਗੁਰੂ ਇੱਦਾਂ ਹੀ ਉਹ ਰੱਖਦਾ ਆ ਇਕੱਲੇ ਇਕੱਲੇ 'ਤੇ ਨਜ਼ਰ ਰੱਖਦਾ ਕਵੇ ਭਾਵੇਂ ਕਿਸੇ ਨੂੰ ਕੁਛ ਨਾ ਸਾਰਿਆਂ ਦਾ ਦੇਖੋ ਕਿੱਦਾਂ ਉਹਨੇ ਹਿਸਾਬ ਰੱਖਿਆ ਹੋਇਆ ਤੁਸੀਂ ਇਹ ਨਾ ਦੇਖਿਓ ਵੀ ਤੁਹਾਨੂੰ ਉਹ ਦੇਖ ਨਹੀਂ ਰਿਹਾ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਿਹਾ ਭਰਪੂਰੇ ਕਿਹਦੇ ਕੋਲ ਛਪਾਓਗੇ ਕਿਹਦੇ ਕੋਲੋਂ ਅੱਗੋਂ ਦੇਖੇ ਪਿੱਛੋਂ ਦੇਖੇ ਉਹ ਤੁਝ ਤੇ ਕਹਾਂ ਛਪਾਵੈ ਲੋਕਾਂ ਕੋਲੋਂ ਦਿਖਾਉਣਾ ਨਾ ਇੱਧਰ ਦੇਖ ਕੇ ਇੱਧਰ ਦੇਖ ਕੇ ਵੀ ਆਹ ਨਾ ਮੈਨੂੰ ਦੇਖ ਲੇ ਆਹ ਨਾ ਮੈਨੂੰ ਦੇਖ ਲੇ ਤਾਂ ਜਿੰਨਾ ਦੇਖਣਾ ਉਹ ਤਾਂ ਦੇਖ ਹੀ ਰਿਹਾ ਜਦ ਤੱਕ ਭੈ ਨਹੀਂ ਪਿਆ ਨਾ ਭਗਤੀ ਨਹੀਂ ਹੁੰਦੀ ਕਿਸੇ ਕੋਲ ਵੀ ਨਹੀਂ ਹੁੰਦੀ ਮੇਰੇ ਕੋਲ ਵੀ ਨਹੀਂ ਹੁੰਦੀ ਭਗਤੀ ਦੀ ਪਹਿਲੀ ਮੰਜ਼ਿਲ ਹੀ ਭੈ ਭੈ ਪਿਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਤਿਉਂ ਹਰ ਕਾ ਭਾਉ ਦੁਰਮਤ ਮੈਲ ਗੁਆਏ ਜਿੰਨੇ ਚਿਰ ਪਰਮੇਸ਼ਰ ਦਾ ਭੈ ਨਹੀਂ ਪਿਆ ਖੋਟੀ ਮਤ ਦੂਰ ਨਹੀਂ ਹੋਣੀ ਖੋਟੀ ਮਤ ਉਦੋਂ ਹੀ ਦੂਰ ਹੋਣੀ ਹੈ ਜਦੋਂ ਪਰਮੇਸ਼ਰ ਦਾ ਡਰ ਹੋਏਗਾ ਵੀ ਉਹ ਮੈਨੂੰ ਵੇਖਦਾ ਹੋਰ ਕੋਈ ਵੇਖੇ ਜਾਂ ਨਾ ਵੇਖੇ ਪਰ ਪਰਮੇਸ਼ਰ ਮੈਨੂੰ ਵੇਖ ਰਿਹਾ ਬੋਲੋ ਵਾਹਿਗੁਰੂ ਭਗਤੀ ਦੀ ਪਹਿਲੀ ਮੰਜ਼ਿਲ ਹੈ ਭੈ ਇਹ ਨਿਰਮਲ ਭੈ ਆ ਬੋਲੋ ਵਾਹਿਗੁਰੂ 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 ਤਾਂ ਮੈਂ ਤੁਹਾਡੇ ਨਾਲ ਗੱਲ ਉਧਮ ਦੀ ਕਰਨ ਲੱਗਿਆ ਸੀ ਅੱਜ ਉਧਮ ਕਰਿੰਦਿਆਂ ਬੋਲੋ ਹੁਣ ਤਾਂ ਸੁਣ ਦੋ ਤਿੰਨ ਵਾਰੀ ਸਲੋਕ ਪੜ੍ਹ ਕੇ ਸੁਣਾਤਾ ਉਧਮ ਕਰਿੰਦਿਆਂ ਕਿਹਦੀ ਗੱਲ ਹੋ ਰਹੀ ਵਾਲਾ ਹੈਂ ਮੇਰੀ ਗੱਲ ਹੋ ਰਹੀ ਹੈ ਸਾਡੀ ਨਹੀਂ ਮੇਰੀ ਹੋ ਰਹੀ ਹੈ ਨਹੀਂ ਸਮਝ ਲੱਗੀ ਉਧਮ ਕਰਿੰਦਿਆਂ ਜੀਓ ਕੌਣ ਕਹਿ ਰਿਹਾ ਮਹਾਰਾਜ ਕਿਹਨੂੰ ਕਹਿ ਰਹੇ ਨੇ ਪਹਿਲਾਂ ਬਾਣੀ ਪਤਾ ਤਾਂ ਲੱਗੇ ਨਾ ਵੀ ਬਾਣੀ ਕਿਹਨੂੰ ਸੰਬੋਧਨ ਹੋ ਰਹੀ ਹੈ ਜੇ ਮੈਂ ਕਹਿੰਦਾ ਉਧਮ ਕਰਿੰਦਿਆਂ ਜੀਓ ਤੂੰ ਤੂੰ ਜੀ ਉਧਮ ਕਰਕੇ ਮੈਂ ਥੋੜ੍ਹੀ ਉਧਮ ਕਰਨਾ ਇੱਦਾਂ ਨਹੀਂ ਗੱਲ ਬਣੇਗੀ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਏ ਕਿਹਦੀ ਤੇਰੀ ਮੇਰੀ ਥੋੜ੍ਹੀ ਆ ਤਦ ਤਾਂ ਗੱਲ ਨਹੀਂ ਸਮਝ ਲੱਗਣੀ ਗੱਲ ਸਮਝ ਲੱਗਣੀ ਹੈ ਤਾਂ ਵੀ ਬੋਲ ਕਿਤੇ ਨੇ ਗੁਰੂ ਅਰਜਨ ਦੇਵ ਜੀ ਦੇ ਅਤੇ ਗੁਰੂ ਅਰਜਨ ਦੇਵ ਜੀ ਨੂੰ ਬਿਠਾਓ ਇੱਥੇ ਅਤੇ ਆਪ ਬਹਿ ਜਾਓ ਥੱਲੇ ਅਤੇ ਫਿਰ ਸੁਣੋ ਉਹਦੇ ਕੋਲ ਇਹ ਸ਼ਬਦ ਉਹ ਬੋਲ ਰਹੇ ਨੇ ਭਈ ਪ੍ਰਾਪਤ ਮਾਨੁਖ ਦੇਹਰੀਆ ਅਤੇ ਸੁਰਜੀਤ ਸਿਆਂ ਗੋਬਿੰਦ ਮਿਲਣ ਕੀ ਹੁਣ ਗੁਰੂ ਅਰਜਨ ਦੇਵ ਜੀ ਫਿਰ ਕਹਿੰਦੇ ਨੇ ਅੱਗੇ ਅਵਰ ਕਾਜ ਮਿਲ ਸਾਧ ਸੰਗਤ ਹੁਣ ਪਤਾ ਲੱਗੇਗਾ ਵੀ ਇਹ ਤਾਂ ਗੁਰੂ ਸਾਹਿਬ ਕਰਤੇ ਜੇ ਮੈਂ ਪੜ੍ਹੀ ਰਹਿਰਾ ਸਾਹਿਬ ਅਤੇ ਮੈਂ ਕਿਹਾ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਮੇਰੀ ਤਾਂ ਆਈ ਨਹੀਂ ਸੀ ਅਤੇ ਮੈਂ ਰਹਿਰਸ ਪੜ੍ਹਦਾ ਰਿਹਾ ਸਾਰੀ ਉਮਰ ਅਤੇ ਕਹਿੰਦਾ ਰਿਹਾ ਲੋਕਾਂ ਨੂੰ ਗੋਬਿੰਦ ਮਿਲਣ ਕੀ ਅਤੇ ਮੇਰਾ ਮਿਲਾਪ ਹੋਇਆ ਹੀ ਨਹੀਂ ਗੱਲ ਤਾਂ ਮਿਲਾਪ ਦੀ ਹੋ ਰਹੀ ਹੈ ਨਾ ਗੋਬਿੰਦ ਮਿਲਣ ਕੀ ਅਤੇ ਜੇ ਮਿਲਾਪ ਨਾ ਹੋਇਆ ਤਾਂ ਫਿਰ ਬੋਲੋ ਵਾਹਿਗੁਰੂ ਵਾਹਿਗੁਰੂ ਅਤੇ ਜਿਹਦੇ ਨਾਲ ਮਿਲਾਪ ਕਰਨਾ ਉਹਦੇ ਲਈ ਕੋਈ ਪ੍ਰੇਮ ਵੀ ਚਾਹੀਦਾ ਨਾ ਕੋਈ ਤੜਫ ਵੀ ਚਾਹੀਦੀ ਹੈ ਨਾ ਜਿਉਂ ਮਛਲੀ ਬਿਨ ਪਾਣੀ ਰਹੇ ਨਾ ਕਿਤੇ ਉਪਾਏ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਰੱਖ ਦਿਉ ਸੋਨੇ ਦੇ ਘਰ 'ਚ ਜਿੰਦਾ ਰਹਿ ਸਕਦੀ ਹੈ ਹੀਰੇ ਮੋਤਿਆਂ ਦੇ ਘਰ 'ਚ ਜਿੰਦਾ ਰਹਿ ਸਕਦੀ ਹੈ ਕਿਉਂਕਿ ਮੱਛੀ ਦਾ ਪਾਣੀ ਜੀਵਨ ਆ
ਤਿਉਂ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੇ ਮਰ ਜਾਏ। ਹੁਣ ਪੜ੍ਹ ਸਲੋਕ ਤਾਂ ਪੜ੍ਹ ਲਓਗੇ ਠੀਕ ਆ, ਗਾ ਵੀ ਲਵਾਂਗੇ ਠੀਕ ਆ, ਪਰ ਕੀ ਉਹ ਮੱਛੀ ਵਾਲੀ ਤੜਫ ਮੇਰੇ ਜੀਵਨ ਵਿੱਚ ਆਈ? ਸਮਝ ਲੱਗੀ ਕੋਈ? ਹਾਂਜੀ ਗਹਿਰਾ ਜਰ ਸੀ ਨਾ, ਇੱਥੇ ਆ ਜਾ ਕੁਰਸੀ ਖਾਲੀ ਆ ਜਾ, ਸ਼ਾਬਾਸ਼, ਐਡੀ ਦੂਰੋਂ ਇੰਨੇ ਪੈਸੇ ਲਾ ਕੇ ਆਇਆ ਹੋਣਾ, ਇਹਨਾਂ ਨੇ ਕੈਂਪ ਵਾਲਿਆਂ ਛੱਡੇ ਤਾਂ ਨਹੀਂ ਹੋਣੇ ਪੈਸੇ ਤੈਨੂੰ, ਥੋੜ੍ਹੇ ਬਹੁਤੇ ਤਾਂ ਲਏ ਹੀ ਹੋਣੇ ਨੇ। ਬੋਲੋ ਵਾਹਿਗੁਰੂ, ਆਪਣੇ ਪੈਸੇ ਤਾਂ ਪੂਰੇ ਕਰਕੇ ਜਾਓ। ਬੋਲੋ ਵਾਹਿਗੁਰੂ, ਵਾਹਿਗੁਰੂ। ਮੈਂ ਕਹਿ ਰਿਹਾ ਸੀ ਵੀ ਮੱਛੀ ਪਾਣੀ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦੀ, ਅਤੇ ਸਿੱਖ ਬਾਣੀ ਤੋਂ ਬਗੈਰ ਜ਼ਿੰਦਾ। ਮੱਛੀ ਦਾ ਜੀਵਨ ਪਾਣੀ ਏ, ਅਤੇ ਸਿੱਖ ਦਾ ਜੀਵਨ ਬਾਣੀ ਏ, ਅਤੇ ਮੱਛੀ ਪਾਣੀ ਵਿੱਚੋਂ ਨਿਕਲ ਕੇ ਪਾਣੀ ਤੋਂ ਬਗੈਰ ਤੜਫ ਤੜਫ ਕੇ ਮਰ ਜਾਂਦੀ ਹੈ, ਕਿ ਤੁਸੀਂ ਅਤੇ ਮੈਂ ਮਰ ਜਾਂਦੇ ਹਾਂ ਬਾਣੀ ਤੋਂ ਬਗੈਰ। ਬੋਲੋ, ਫਿਰ ਇਹ ਸਲੋਕ ਪੜ੍ਹਨ ਦਾ ਕੀ ਫਾਇਦਾ ਹੋਇਆ? ਜਿਉਂ ਮੱਛਲੀ ਬਿਨ ਪਾਣੀ ਹੈ, ਅਤੇ ਉੱਚੀ ਉੱਚੀ ਗਾ ਲਿਆ, ਅਤੇ ਅੰਦਰ ਦੀ ਤੜਫ ਤਾਂ ਪਈ ਨਹੀਂ, ਅੰਦਰ ਤਾਂ ਕੋਈ ਗੱਲ ਬਣੀ ਨਹੀਂ ਅਜੇ। ਜਦ ਤੱਕ ਤੁਹਾਨੂੰ ਇਹ ਨਹੀਂ ਪਤਾ ਮੈਂ ਵਿਛੜਿਆ ਤਾਂ ਮਿਲੋਗੇ ਕਿਵੇਂ? ਮੈਂ ਸਵੇਰੇ ਕਿਸੇ ਨਾਲ ਗੱਲ ਕਰਦਾ ਸੀ, ਮੈਂ ਆਸਟ੍ਰੇਲੀਆ ਗਿਆ ਅਤੇ ਲੈਕਚਰ ਕੀਤਾ, ਅਤੇ ਮੈਨੂੰ ਬਾਹਰ ਨਿਕਲ ਕੇ ਪੁੱਛਦਾ ਮੁੰਡਾ ਨੌਜਵਾਨ, ਭਾਈ ਸਾਹਿਬ ਤੁਸੀਂ ਨਾ ਮੇਰਾ ਪੁੱਤ ਗੁਰ, ਹਾਂ ਦੇਖੀ ਬਸ ਕਿੱਥੇ ਜਾਂਦੀ, ਗੁਰ ਗੱਡੀ ਚਲਾ ਨਾ। ਬੋਲੋ ਵਾਹਿਗੁਰੂ, ਵਾਹਿਗੁਰੂ। ਤੁਸੀਂ ਸਿੱਧੇ ਹੋ ਕੇ ਬੈਠੋ, ਵਾਹਿਗੁਰ, 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 ਵਾਹਿਗੁਰ। ਥੋੜ੍ਹਾ ਖੁਸ਼ ਹੋ ਕੇ ਆਖੋ, ਵਾਹਿਗੁਰੂ, ਵਾਹਿਗੁਰੂ। ਚਿਹਰੇ 'ਤੇ ਪ੍ਰਸੰਨਤਾ ਲਿਆਓ, ਵਾਹਿਗੁਰੂ। ਅੱਛਾ, ਜਿਵੇਂ ਦਾ ਚਿਹਰਾ ਕਰਕੇ ਤੁਸੀਂ ਵਾਹਿਗੁਰੂ ਕਹੋਗੇ ਨਾ, ਉਵੇਂ ਦਾ ਹੀ ਹੋ ਜਾਣਾ। ਤਾਂ ਮੈਂ ਤੁਹਾਨੂੰ ਕਹਿ ਰਿਹਾ, ਖੁਸ਼ ਹੋ ਕੇ ਆਖੋ ਜਦੋਂ ਵਾਹਿਗੁਰੂ। ਨਹੀਂ ਨਹੀਂ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ, ਮਹਾਂਕਲੋਲ ਬੁੱਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇ ਜਪ ਜੀਵਾਂ ਪੂਰਨ ਹੋਵੇ ਦਾਸ ਕੀ ਕਾਲ, ਸਰਵ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ, ਕੀਰਤਨ ਜਪ ਨਾਮ। ਜੇ ਚਿਹਰੇ 'ਤੇ ਖੁਸ਼ੀ ਨਹੀਂ ਹੈ, ਜੇ ਚਿਹਰੇ 'ਤੇ ਜੇ ਲਾਲੀ ਨਹੀਂ ਹੈ, ਤਾਂ ਅਜੇ ਕਿਤੇ ਕਮੀ ਹੈ ਨਾ ਫਿਰ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ, ਅਤੇ ਤੁਹਾਡੀਆਂ ਲਾਲੀਆਂ ਅਤੇ ਮੇਰੀਆਂ ਲਾਲੀਆਂ ਕਿੱਥੇ ਗਈਆਂ ਨੇ? ਕਿੱਥੇ ਗਈਆਂ ਮੇਰੀ ਕੌਮ ਦੀਆਂ ਲਾਲੀਆਂ? ਮਹਾਰਾਜ ਤਾਂ ਗਰੰਟੀ ਦਿੰਦੇ ਨੇ, ਤੁਸੀਂ ਦਰਖਤ ਧਰਤੀ 'ਚ ਲਾਇਆ, ਜੇ ਉਹਨੂੰ ਪਾਣੀ ਖਾਦ ਦਿੰਦੇ ਹੋ ਤਾਂ ਹਰਾ ਭਰਾ ਹੋਏਗਾ, ਜੇ ਪਾਣੀ ਖਾਦ ਨਹੀਂ ਦਿੰਦੇ ਸੁੱਕ ਜਾਏਗਾ, ਅਤੇ ਦਰਖਤ ਦਾ ਕੀ ਕਸੂਰ ਹੈ? ਪਾਣੀ ਤਾਂ ਤੁਸੀਂ ਨਹੀਂ ਪਾਇਆ, ਗੁਰੂ ਦਾ ਕੀ ਕਸੂਰ ਹੈ? ਖਾਦ ਪਾਣੀ ਤਾਂ ਤੁਸੀਂ ਨਹੀਂ ਪਾਇਆ, ਨਾ ਬਾਣੀ ਤਾਂ ਤੁਸੀਂ ਨਹੀਂ ਜਪਿਆ, ਮੈਂ ਨਹੀਂ ਜਪਿਆ, ਗੁਰੂ ਨਾਨਕ ਸਾਹਿਬ ਤਾਂ ਦੇ ਗਏ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਭ ਕੁਛ ਦੇ ਗਏ। ਹੁਣ ਉਹਨੂੰ ਪੜ੍ਹਨਾ ਸੀ, ਪੂਜਾ ਲਈ ਨਹੀਂ ਸੀ ਦੇ ਗਏ, ਵੀ ਤੁਸੀਂ ਉਹਦੀ ਪੂਜਾ ਕਰਿਓ, ਮੱਥਾ ਟੇਕਿਓ, ਇਹਨੂੰ ਇਹਨੂੰ ਤੁਸੀਂ ਰੁਮਾਲੇ ਚੜਾਇਓ, ਇਹਨੂੰ ਤੁਸੀਂ ਉਹ ਭੋਗ ਲਵਾਇਓ। ਕਈ ਮੇਰੀਆਂ ਇਹਨਾਂ ਗੱਲਾਂ ਦੇ ਵੀ ਉਲਟ ਚੱਲ ਜਾਂਦੇ ਨੇ। ਬੋਲੋ ਵਾਹਿਗੁਰੂ, ਇਹ ਸਤਿਕਾਰ ਨਹੀਂ ਹੈ, ਮੈਨੂੰ ਜਿੱਥੇ ਮਰਜ਼ੀ ਕੋਈ ਗੋਲੀ ਮਾਰ ਦੇ, ਇਹ ਸਤਿਕਾਰ ਨਹੀਂ ਹੈ। ਸਤਿਕਾਰ ਹੈ ਗੁਰੂ ਦੀ ਗੱਲ ਮੰਨਣੀ, ਜੇ ਗੁਰੂ ਦੀ ਕੋਈ ਗੱਲ ਹੀ ਨਹੀਂ ਮੰਨੀ ਤਾਂ ਸਿਰ 'ਤੇ ਚੁੱਕੀ, ਫਿਰ ਹਜ਼ਾਰ ਜਨਮ ਚੁੱਕੀ। ਫਿਰ ਗੁਰੂ ਨੂੰ ਇੱਥੇ ਦੇ ਜਗ੍ਹਾ, ਜੋ ਗੁਰੂ ਕਹਿ ਰਹੇ ਨੇ ਉਸ ਅਨੁਸਾਰ ਆਪਣਾ ਜੀਵਨ ਬਣਾ, ਗੁਰਸਿੱਖ ਮੀਤ ਚੱਲੋ, ਬੋਲਦੇ ਨਹੀਂ, ਗੁਰਸਿੱਖ ਮੀਤ ਚੱਲੋ, ਗੁਰ ਚਾਲੀ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲੋ, ਅਤੇ ਜਿਨ੍ਹਾਂ ਚੜੇ ਚੱਲੇ ਮਾਰਗ ਚੱਲੇ ਤਿੰਨੀ ਸੁੱਖ ਪਾਇਆ, ਜਿਹੜੇ ਰਸਤੇ 'ਤੇ ਚੱਲ ਪਏ ਉਹਨਾਂ ਨੂੰ ਹੀ ਪ੍ਰਾਪਤੀ ਹੋਈ ਹੈ। ਸੁੱਖ ਕਿਹੜਾ ਦੁਨੀਆਂ ਵਾਲਾ ਨਹੀਂ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਜਿਨਸੂ ਗੋਸ਼ਟ ਸੇ ਤਰੇ, ਅੱਗੋਂ ਜਿਨ੍ਹਾਂ ਜਿਨ੍ਹਾਂ ਨਾਲ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ, ਉਹਨਾਂ ਨਾਲ ਜਿਨ੍ਹਾਂ ਜਿਨ੍ਹਾਂ ਨੇ ਉਹਦੇ ਨਾਲ ਵਿਚਾਰ ਕੀਤੀ, ਉਹ ਵੀ ਸਭ ਤਰ ਗਏ। ਬੋਲੋ ਵਾਹਿਗੁਰੂ। ਪੁੱਤਰ ਮੇਰੇ ਵੱਲ ਧਿਆਨ ਦੇ, ਗੱਲਾਂ ਨਾ ਕਰੋ, ਬੋਲੋ ਵਾਹਿਗੁਰੂ। ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਤੁਸੀਂ ਇਹ ਨਾ ਸੋਚੋ ਮੇਰੇ ਵੱਲ ਨਹੀਂ ਵੇਖਦਾ, ਕੋਈ ਇਹ ਸੋਚੇ ਮੇਰੇ ਵੱਲ ਨਹੀਂ ਵੇਖਦਾ, ਉਹ ਸਾਰਿਆਂ ਵੱਲ ਵੇਖ ਰਿਹਾ,
ਮੈਂ ਨਾ ਵੀ ਵੇਖਾਂ ਕੋਈ ਗੱਲ ਨਹੀਂ, ਮੈਂ ਨਾ ਵੀ ਵੇਖਾਂ ਕੋਈ ਗੱਲ ਨਹੀਂ, ਇਹ 6 ਦਿਨ ਮਿਲੇ ਜ਼ਿੰਦਗੀ ਦੇ ਅਤੇ ਜੀਵਨ ਚੇਂਜ ਕਰਕੇ ਜਾਓ। ਸਿੱਖੀ ਨਾ ਹੀ ਤਬਦੀਲੀ ਦਾ, ਜਿਹੜੇ ਜਿਹੜੇ ਵੀ ਗੁਰੂ ਨਾਨਕ ਸਾਹਿਬ ਨੂੰ ਮਿਲੇ, ਮੇਰੀ ਗੱਲ ਦਾ ਧਿਆਨ ਪਹਿਲਾਂ ਸੁਣ ਲਿਓ ਗੱਲ ਨੂੰ, ਜਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਉਹਨਾਂ ਦਾ ਉਧਾਰ ਹੋਇਆ, ਦੇਖਿਆ ਤਾਂ ਬੜਿਆਂ ਨੇ ਹੈ। ਬੋਲੋ ਵਾਹਿਗੁਰੂ। ਗੁਰਦੁਆਰੇ ਤਾਂ ਬੜੇ ਗਏ ਨੇ, ਸਾਰੇ ਨਹੀਂ ਤਰੇ, ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮਿਲੇ ਉਹ ਤਰੇ। ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀਏ, ਸਾਰਿਆਂ ਨੂੰ ਮਿਲਣਾ ਪੈਣਾ ਗੁਰੂ ਨੂੰ, ਅਤੇ ਮਿਲੀ ਤਾਂ ਕਿਵੇਂ ਪਤਾ? ਤੁਸੀਂ ਮੈਨੂੰ ਮਿਲੇ ਹੋ? ਨਹੀਂ ਮਿਲੇ। ਕੌਣ ਮੈਨੂੰ ਮਿਲੇਗਾ? ਜਿਹੜਾ ਆ ਕੇ ਮੇਰੇ ਗਲੇ ਲੱਗੇਗਾ, ਜਿਹੜਾ ਮੇਰੇ ਨਾਲ ਗੱਲਾਂ ਕਰੇਗਾ, ਜਿਹੜਾ ਕੋਈ ਗੱਲਬਾਤ ਮੇਰੇ ਨਾਲ ਕਰੇਗਾ, ਮੇਰੇ ਕੋਲ ਬੈਠੇਗਾ, ਉਹ ਮੈਨੂੰ ਮਿਲਿਆ। ਬਾਕੀਆਂ ਨੇ ਸਿਰਫ ਮੈਨੂੰ ਦੇਖਿਆ। ਗੁਰੂ ਨਾਨਕ ਨੂੰ ਉਹ ਮਿਲਿਆ ਜਿਹੜਾ ਉਹਨੂੰ ਜਾ ਕੇ ਗਲੇ ਮਿਲਿਆ, ਜਿਹੜਾ ਉਹਦੀ ਚਰਨੀ ਪੈ ਗਿਆ, ਜਿਹਨੇ ਕਿਹਾ ਮਹਾਰਾਜ ਜੋ ਤੂੰ ਕਹੇਂਗਾ ਨਾ ਅੱਜ ਤੋਂ ਬਾਅਦ ਮੈਂ ਉਹੀ ਕਰਾਂਗਾ, ਮੈਂ ਸਾਰੀ ਉਮਰ ਆਪਣੀ ਮੱਤ ਛੱਡੀ, ਅੱਜ ਤੋਂ ਬਾਅਦ ਮੈਂ ਤੇਰੀ ਮੱਤ ਗ੍ਰਹਿਣ ਕੀਤੀ, ਅਤੇ ਜੋ ਤੁਸੀਂ ਮੈਨੂੰ ਕਹੋਗੇ ਨਾ ਮੈਂ ਆਪਣੇ ਜੀਵਨ ਵਿੱਚ ਉਹ ਕਮਾਵਾਂਗਾ, ਕੇਵਲ ਉਹ ਤਰੇ। ਬਾਕੀ ਦਿਨ ਤੱਤੀ ਤਵੀ 'ਤੇ ਵੀ ਬਿਠਾ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੂੰ, ਬਿਠਾਇਆ ਹੀ ਕਿ ਨਹੀਂ, ਕਿ ਉਹ ਤਰ ਗਏ? ਦੇਖਿਆ ਤਾਂ ਉਹਨਾਂ ਨੇ ਵੀ ਸੀ, ਇੱਕ ਨੇ ਚਾਂਦਨੀ ਚੌਂਕ 'ਚ ਬਿਠਾ ਦਿੱਤਾ ਸੀ, ਸਿਰ ਕੱਟਤਾ ਸੀ, ਵੇਖਿਆ ਤਾਂ ਉਹਨੇ ਵੀ ਸੀ, ਕਿ ਉਹ ਤਰ ਗਿਆ? ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਉਪਦੇਸ਼ ਗ੍ਰਹਿਣ ਕੀਤਾ, ਉਪਦੇਸ਼ ਦੀ ਕਮਾਈ ਕੀਤੀ, ਫਿਰ ਕਦੋਂ ਬਦਲੇ ਉਹ? ਕਦੋਂ ਬਦਲੇ? ਬੋਲੋ ਵਾਹਿਗੁਰੂ, ਵਾਹਿਗੁਰੂ। ਸੱਜਣ ਦਾ ਨਾਂ ਸੁਣਿਆ? ਭਾਈ ਸੱਜਣ ਦਾ ਨਾਂ ਸੁਣਿਆ? ਹਾਂਜੀ, ਸਾਖੀ ਵੀ ਸੁਣੀ ਹੋਣੀ ਗੁਰਦੁਆਰਿਆਂ 'ਚ। ਚਾਰ ਚੂਰ ਖਾਣ ਦਾ ਬੜਾ ਸਵਾਦ ਹੈ, ਚਟਨੀ ਖਾਣ ਦਾ ਬੜਾ ਸਵਾਦ ਹੈ, ਰੋਟੀ ਖਾਂਦੇ ਹੋ ਨਾਲ ਚਟਨੀ ਰੱਖ ਲੈਂਦੇ ਹੋ ਨਾ? ਹਾਂਜੀ, ਬੋਲਦੇ ਨਹੀਂ, ਨਹੀਂ ਖਾਂਦੇ ਚਟਨੀ? ਕਾਹਦੇ ਲਈ ਖਾਂਦੇ ਹੋ? ਸਵਾਦ ਲਈ। ਅਤੇ ਭੁੱਖ ਕਾਹਦੇ ਨਾਲ ਬੁਝਦੀ? ਰੋਟੀ ਨਾਲ। ਅਤੇ ਆ ਕਥਾ ਕੁਥਾ ਸਵਾਦ ਹੀ ਹੈ, ਇਹ ਚਟਨੀ ਹੈ, ਰੋਟੀ ਭੁੱਖ ਬੁਝਣੀ ਹੈ ਨਾਮ ਅਤੇ ਬਾਣੀ ਨਾਲ। ਤਾਂ ਕਈ ਕਥਾ ਕਰਨ ਵਾਲੇ ਮੈਨੂੰ ਕਹਿੰਦੇ ਭਾਈ ਸੁਰਜੀਤ ਸਿੰਘ ਸਾਡੀ ਕਥਾ ਨੂੰ ਤਾਂ ਚਟਨੀ ਦੱਸਦਾ, ਮੈਂ ਨਹੀਂ ਤੁਹਾਡੀ ਕਥਾ ਨੂੰ ਨਹੀਂ ਦੱਸਦਾ, ਮੇਰਾ ਕਿਸੇ ਨਾਲ ਕੋਈ ਵੈਰ ਨਹੀਂ। ਬੋਲੋ ਵਾਹਿਗੁਰੂ। ਤ੍ਰਿਸ਼ਨਾ ਬੁੱਝੈ ਤ੍ਰਿਪਤ ਭਈ ਸੱਚ, ਭੋਜਨ ਖਾਇਆ, ਅਤੇ ਜੇ ਸੱਚਾ ਭੋਜਨ ਨਹੀਂ ਖਾਧਾ ਤਾਂ ਤ੍ਰਿਸ਼ਨਾ ਕਿਵੇਂ ਬੁੱਝੇਗੀ? ਗੱਲਾਂ ਹੀ ਸੁਣੀਆਂ ਨੇ। ਸਾਖੀ ਮੈਂ ਵੀ ਤੁਹਾਨੂੰ ਸੁਣਾ ਦਾਂਗਾ, ਤੁਸੀਂ ਬੜੇ ਖੁਸ਼ ਹੋਣਾ ਸਾਖੀ ਸੁਣ ਲਈ, ਕਿ ਉਹ ਸਾਖੀ ਮੇਰੇ 'ਤੇ ਆਪਣੇ ਨਾਲ ਲਾਓ ਉਹਨੂੰ, ਕਿਤੇ ਉਹ ਸੱਜਣ ਮੈਂ ਤਾਂ ਹੀ ਨਹੀਂ, ਸਮਝ ਲੱਗੀ? ਕਿ ਉਹ ਗੁਰੂ ਨਾਨਕ ਵਾਲਾ ਉਪਦੇਸ਼ ਮੈਨੂੰ ਤਾਂ ਨਹੀਂ ਹੋ ਰਿਹਾ ਜਿਹੜਾ ਸੱਜਣ ਨੂੰ ਦਿੱਤਾ ਸੀ? ਕਿ ਸੱਜਣ 10 ਸਾਲ ਬਾਅਦ ਬਦਲਿਆ ਸੀ, 20 ਸਾਲ ਬਾਅਦ ਬਦਲਿਆ ਸੀ? ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਸੱਜਣਾ ਚੱਲ ਕੋਈ ਨਹੀਂ ਤੂੰ 10 ਬੰਦੇ ਮਾਰਦਾ, 2-3 ਦੇ ਪੈਸੇ ਮੈਨੂੰ ਦੇ ਦਿਆ ਕਰ, ਬਾਕੀ ਦਿਨ ਤੂੰ ਰੱਖ ਲਿਆ ਕਰ, ਇੱਦਾਂ ਦਾ ਕੋਈ ਸਮਝੌਤਾ ਹੋਇਆ ਸੀ? ਕਿਉਂ? ਉੱਥੇ ਸੱਚੇ ਹੀ, ਉੱਥੇ ਤਾਂ ਗੱਲ ਹੀ ਸੱਚ ਦੀ ਹੈ, ਹੋਰ ਕੋਈ ਗੱਲ ਹੀ ਹੈ ਨਹੀਂ। ਅਤੇ ਜਦ ਤੱਕ ਤੁਹਾਡੀ ਜੀਵਨ ਵਿੱਚ ਅਤੇ ਮੇਰੇ ਜੀਵਨ 'ਚ ਸੱਚ ਨਹੀਂ ਹੈ ਤਾਂ ਸੱਚ 'ਚ ਕਿਵੇਂ ਰਲੋਗੇ? ਰਲਣਾ ਤਾਂ ਸੱਚ 'ਚ ਹੀ ਹੈ ਨਾ, ਸ਼ਬਦ ਸੱਚ ਹੈ ਨਾ, ਸੱਚ 2 ਨਹੀਂ ਹੁੰਦੇ, 4 ਨਹੀਂ ਹੁੰਦੇ, 10 ਨਹੀਂ ਹੁੰਦੇ, ਧਰਮ ਵੀ 10 ਨਹੀਂ ਹੁੰਦੇ, ਧਰਮ ਵੀ ਇੱਕੋ ਹੀ ਹੈ, ਧਰਮ ਹੈ ਸੱਚ, ਬਸ ਬੋਲੀ ਹੈ ਸੱਚ, ਧਰਮ ਝੂਠ ਨਾ ਬੋਲੀ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ, ਜੋ ਗੁਰੂ ਰਸਤਾ ਦੱਸਦਾ, ਗੁਰੂ ਦੇ ਸਿੱਖਾਂ ਨੇ ਗੁਰੂ ਦੇ ਉਪਦੇਸ਼ ਜਿਹਨੇ ਨੇ ਉਪਦੇਸ਼ ਲੈਣਾ ਹੈ ਉਹਨਾਂ ਨੇ ਉਸ ਰਸਤੇ 'ਤੇ ਚੱਲਣਾ ਹੁੰਦਾ, ਨਾ ਕਿ ਉਹਨੂੰ ਵਾਜੇ 'ਤੇ ਗਾਉਣਾ ਹੁੰਦਾ। ਉਪਦੇਸ਼ ਕਦੀ ਗਾਏ ਨਹੀਂ ਜਾਂਦੇ, ਹਾਂ ਗਾਉਣਾ ਸੀ ਅਤੇ ਫਿਰ ਉਹ ਗਾਏ ਹੋਏ ਨੂੰ ਕਮਾਉਣਾ ਸੀ। ਬੋਲੋ ਵਾਹਿਗੁਰੂ। ਜੋ ਗਾਇਆ ਉਹਨੂੰ ਕਮਾਉਣਾ ਹੈ, ਅਬਲ ਤਾਂ ਉਲਟਾ ਹੈਗਾ, ਕਮਾ ਕੇ ਗਾਉਣਾ, ਗਾ ਕੇ ਨਹੀਂ, ਗਾ ਕੇ ਨਹੀਂ ਕਮਾਉਣਾ, ਪਹਿਲਾਂ ਉਸ ਉਪਦੇਸ਼ ਨੂੰ ਕਮਾਉਣਾ ਹੈ ਅਤੇ ਫਿਰ ਗਾਉਣਾ ਹੈ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਤਾਂ ਮੈਂ ਤੁਹਾਡੇ ਨਾਲ ਕਰਨ ਲੱਗਾ ਸੀ ਸੱਜਣ ਦੀ ਗੱਲ, ਅਤੇ ਗੁਰੂ ਨਾਨਕ ਸਾਹਿਬ ਮਿਲੇ ਉਹਨੂੰ,
ਸੱਜਣ ਨੂੰ ਮਿਲੇ ਅਤੇ ਸੱਜਣ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਅਤੇ ਆਪਸ ਵਿੱਚ ਉਹਨਾਂ ਦੀ ਗੱਲਬਾਤ ਹੋਈ ਅਤੇ ਮਹਾਰਾਜ ਪੁੱਛਦੇ ਤੇਰਾ ਨਾਂ ਕੀ ਹੈ ਇੱਧਰ ਪੁੱਤਰ ਪਿਆਸ ਲੱਗੀ ਕਿੰਨੇ ਲੱਗੀ ਪਿਆਸ ਹਾਏ ਮੈਦਾਨੇ ਜੰਗ 'ਚ ਪਿਆਸ ਲੱਗ ਗਈ ਬੋਲੋ ਵਾਹਿਗੁਰੂ 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 ਪਿਆਸ ਤਾਂ ਕੋਈ ਹੋਰ ਲੱਗਣੀ ਚਾਹੀਦੀ ਸੀ ਹਾਂ ਥੱਲੇ ਸੁੱਟ ਦੇ ਅੱਖਾਂ ਬੰਦ ਕਰ ਅੰਦਰ ਦੇਖ ਸਮੁੰਦਰ ਆ ਪਾਣੀ ਦਾ ਅੰਦਰ ਬਹੁਤ ਹੈ ਜਿਸ ਜਲ ਨਿੱਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਪੇਕ ਚੁਤਰਾਈ ਦੁਬਦਾ ਇਹ ਫਲ ਨਾਹੀਂ ਜਿਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਬਾਹਰ ਟੁੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਕਟ ਮਾਹੀ ਜਿਓ ਖਜ਼ਾਨਾ ਦੇ ਅੰਦਰ ਬੋਲੋ ਵਾਹਿਗੁਰੂ ਖਜ਼ਾਨਾ ਸਾਡੇ ਅੰਦਰ ਏ ਅੰਮ੍ਰਿਤ ਸਾਡੇ ਅੰਦਰ ਏ ਭਾਵੇਂ ਤਿਸੇ ਪਿਆਈ ਜਿਹੜਾ ਉਹਨੂੰ ਚੰਗਾ ਲੱਗ ਗਿਆ ਉਹਨੂੰ ਪਿਆ ਦਿੰਦਾ ਅੰਦਰੂ ਬਾਹਰੋਂ ਥੋੜ੍ਹਾ ਪਿਆਉਂਦਾ ਬੰਦ ਪੰਜ ਬੂੰਦਾਂ ਦਿੱਤੀਆਂ ਉਹਨਾਂ ਨੇ ਪੰਜ ਚੂਲੇ ਦਿੱਤੇ ਪੰਜਾਂ ਪਿਆਰਿਆਂ ਨੇ ਉਹ ਤਾਂ ਦੇ ਦਿੱਤੇ ਬਸ ਹੁਣ ਤਾਂ ਅੰਦਰ ਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਅੰਤਰ ਖੂਟਾ ਅੰਮ੍ਰਿਤ ਭਰਿਆ ਭਰਿਆ ਪਿਆ ਨੱਕੋ ਨੱਕ ਸ਼ਬਦੇ ਕਾਢ ਪੀਆ ਪਣਹਾਰੀ ਪੀਣ ਵਾਲੇ ਪੀਂਦੇ ਨੇ ਸ਼ਬਦ ਨਾਲ ਕੱਢ ਕੇ ਸ਼ਬਦ ਦੇ ਜਾਪ ਕਰਕੇ ਸ਼ਬਦ ਦਾ ਜਾਪ ਕਰਕੇ ਪੀਣਾ ਹੈ ਅੰਦਰ ਹੀ ਅੰਮ੍ਰਿਤ ਹੈ ਅੰਦਰ ਹੀ ਸਭ ਕੁਛ ਰੱਖਿਆ ਹੋਇਆ ਪਰ ਅਸੀਂ ਸਾਡੀ ਖੋਜ ਬਾਹਰ ਆ ਅਸੀਂ ਬਾਹਰ ਮੁਖੀ ਜ਼ਿਆਦਾ ਹਾਂ ਅੰਤਰਮੁਖੀ ਘੱਟ ਆ ਸਿੱਖ ਨੇ ਆਪਣੇ ਅੰਦਰ ਜਾਣਾ ਸੀ ਅੰਦਰ ਖੋਜੇ ਤੱਤ ਲਹੇ ਹਮ ਘਰ ਨਾਮ ਖਜ਼ਾਨਾ ਸਦਾ ਹੈ ਅੰਦਰ ਭਰਿਆ ਪਿਆ ਹਰ ਵੇਲੇ ਇਹ ਨਹੀਂ ਵੀ ਕਿਸੇ ਵੇਲੇ ਖਾਲੀ ਹੈ ਨਾ ਕਿਸੇ ਵੇਲੇ ਵੀ ਖਾਲੀ ਨਹੀਂ ਤੂੰ ਵੀ ਬਾਹਰ ਚਲਾ ਗਿਆ ਉਹ ਹਰ ਵੇਲੇ ਭਰਿਆ ਪਿਆ ਨੱਕੋ ਨੱਕ ਭਰਿਆ ਪਿਆ ਕਦੀ ਖਾਲੀ ਵੀ ਨਹੀਂ ਹੁੰਦਾ ਉਨਾ ਹੀ ਰਹਿੰਦਾ ਘੱਟਦਾ ਨਹੀਂ ਤੁਸੀਂ ਜਿੰਨਾ ਮਰਜ਼ੀ ਪੀਓ ਘਟੇਗਾ ਨਹੀਂ ਵਧੇਗਾ ਤੋਟ ਨਾ ਆਵੇ ਵੱਧ ਹੋ ਜਾਈ ਫਿਕਰ ਛੱਡ ਦਿਓ ਵੀ ਘੱਟ ਜਾਏਗਾ ਨਾ 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 ਘਟਣਾ ਨਹੀਂ ਜਿਉਂ ਜਿਉਂ ਪੀਓਗੇ ਤਿਉਂ ਤਿਉਂ ਵਧੇਗਾ ਜਿਉਂ ਜਿਉਂ ਵਧਾਈਏ ਤਿਉਂ ਤਿਉਂ ਗੂੜਾ ਰੰਗ ਜਿਵੇਂ ਜਿਵੇਂ ਸਤਸੰਗਤ ਕਰੋਗੇ ਜਿਵੇਂ ਜਿਵੇਂ ਨਾਮ ਜਪਦੇ ਜਾਓਗੇ
ਨਾਮ ਦੇ ਰੰਗ ਚੜ੍ਹਦੇ ਜਾਣਗੇ, ਨਾਮ ਦੇ ਰੰਗ ਚੜ੍ਹਦੇ ਜਾਣਗੇ, ਪਰ ਨਾਲ ਪਰਹੇਜ਼ ਵੀ ਕਰਨਾ ਪਏਗਾ। ਤਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ, ਗੱਲ ਹੋਰ ਪਾਸੇ ਲੈ ਗਈ, ਮਹਾਰਾਜ ਸੱਚੇ ਪਾਤਸ਼ਾਹ ਦਾ ਖੇਲ ਆ। ਬੋਲੋ ਵਾਹਿਗੁਰੂ। ਮੈਂ ਕੋਈ ਵਿਦਵਾਨ ਨਹੀਂ ਹਾਂ, ਮੂਰਖ ਹਾਂ, ਬਿਲਕੁਲ ਟੋਟਲ ਮੂਰਖ ਹਾਂ। ਪਤਾ ਨਹੀਂ ਕਿਉਂ ਖੁਸ਼ ਹੋ ਜਾਂਦਾ, ਮੂਰਖਾਂ 'ਤੇ ਵੀ ਖੁਸ਼ ਹੋ ਜਾਂਦਾ, ਉਹ ਕਿਹੜੀ ਮੂਰਖਤਾ ਹੀ 'ਤੇ ਖੁਸ਼ ਹੋ ਗਿਆ ਮੇਰੀ 'ਤੇ ਉਹ। ਬਸ ਉੱਥੋਂ ਪੱਟ ਕੇ ਇੱਧਰ ਲਾ ਤਾ, ਉਹਦੇ ਖੇਲ ਹੋਈ ਜਾਣੇ। ਤੋ ਸੱਜਣ ਨੂੰ ਮਿਲਿਆ, ਮਿਲੇ ਗੁਰੂ ਨਾਨਕ 'ਤੇ, ਸੱਜਣ ਗੁਰੂ ਨਾਨਕ ਨੂੰ ਮਿਲੇ, ਗੱਲਬਾਤ ਹੋਈ, ਇੱਕ ਸ਼ਬਦ ਪੜ੍ਹਿਆ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨਾਂ ਕੀ ਹੈ ਤੇਰਾ? ਉਹਨੂੰ ਪੁੱਛਦੇ ਤੇਰਾ ਨਾਂ ਕੀ ਹੈ, ਕਹਿੰਦਾ ਮੇਰਾ ਨਾਂ ਹੈ ਸੱਜਣ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੱਜਣ ਦਾ ਮਤਲਬ ਇਹ ਥੋੜ੍ਹੀ ਹੈ ਵੀ ਘਰ ਕੋਈ ਆਵੇ ਅਤੇ ਉਹਨੂੰ ਮਾਰ ਕੇ ਅਤੇ ਖੂਹ ਸੁੱਟ ਦਿਉ ਅਤੇ ਉਹਦਾ ਸਮਾਨ ਲੁੱਟ ਲਓ। ਜੇ ਤੇਰਾ ਨਾਂ ਸੱਜਣ ਹੈ ਤਾਂ ਫਿਰ ਕੰਮ ਵੀ ਸੱਜਣਾਂ ਵਾਲੇ ਘਰ। ਮਿਲਿਆ ਨਾ, ਗੱਲਬਾਤ ਹੋਈ, ਆਪਸ ਵਿੱਚ ਮਿਲ ਪਏ, ਬੈਠ ਗਏ ਆਪਸ ਵਿੱਚ, ਪਰਸਪਰ ਬੈਠੇ, ਗੱਲਬਾਤ ਹੋਈ, ਵਿਚਾਰ ਚੱਲੀ। ਕਹਿੰਦੇ ਨਾ ਸੱਜਣ ਹੈ ਅਤੇ ਕੰਮ ਵੀ। ਮੈਂ ਵੀ ਪੜ੍ਹਦਾ ਪੜ੍ਹਦਾ ਕਿਸੇ ਹੋਰ ਵਿਚਾਰਾਂ ਚਲਾ ਗਿਆ, ਅਤੇ ਮੈਂ ਕਿਹਾ ਮੈਨੂੰ ਕੋਈ ਪੁੱਛੇ ਵੀ ਤੂੰ ਕੌਣ ਹੈ, ਅਤੇ ਮੈਂ ਕਹਿੰਦਾ ਵਾ ਮੈਂ ਸਿੱਖ ਹਾਂ, ਇਹੀ ਕਹਿੰਦਾ ਨਾ। ਤੁਸੀਂ ਕੀ ਕਹਿੰਦੇ? ਮੈਂ ਸਿੱਖ ਹਾਂ। ਜੇ ਤੁਹਾਨੂੰ ਪੁੱਛੇ ਤੁਸੀਂ ਕਿਹੜੇ ਧਰਮ ਦੇ ਹੋ, ਕੀ ਆਖੋਗੇ? ਮੈਂ ਅਤੇ ਗੁਰੂ ਨਾਨਕ ਨਾਲ ਜੇ ਤੁਹਾਡੀ ਗੱਲ ਹੁੰਦੀ ਹੋਵੇ ਅਤੇ ਗੁਰੂ ਨਾਨਕ ਸਾਹਿਬ ਤੁਹਾਨੂੰ ਤਾਂ ਮੈਨੂੰ ਪੁੱਛਦੇ ਹੋਣ ਤੂੰ ਕੌਣ ਹੈ, ਅਤੇ ਮੈਂ ਕਹਾਂ ਮੈਂ ਸਿੱਖ ਹਾਂ, ਅਤੇ ਗੁਰੂ ਨਾਨਕ ਫਿਰ ਕੀ ਕਹਿਣਗੇ? ਜੇ ਸੁਰਜੀਤ ਸਿੰਘ ਸਿੱਖ ਹੈ ਤਾਂ ਫਿਰ ਕੰਮ ਵੀ ਸਿੱਖਾਂ ਵਾਲੇ ਕਰ। ਨਹੀਂ ਗੱਲ ਲੱਗੀ ਸਮਝ? ਗੱਲ ਤਾਂ ਇੰਨੀ ਹੈ, ਬਾਲੀਆਂ ਕਥਾ ਕਹਾਣੀਆਂ ਦਾ ਕੋਈ ਫਾਇਦਾ ਨਹੀਂ ਹੈਗਾ। ਤਾਂ ਮੈਂ ਕਹਿੰਦਾ ਵਿਚਾਰ ਖਾਣ ਦਾ ਕੋਈ ਬਹੁਤਾ ਫਾਇਦਾ ਨਹੀਂ। ਭੋਜਨ ਖਾਓ। ਹੁਣ ਤੁਹਾਨੂੰ ਗੱਲ ਸਮਝ ਲੱਗ ਗਈ ਅਤੇ ਤੁਸੀਂ ਜ਼ਿੰਦਗੀ ਜਿੱਥੇ ਮਰਜ਼ੀ ਜਾਓ ਅਤੇ ਇੱਕ ਗੱਲ ਯਾਦ ਰੱਖ ਲਓ, ਮੈਂ ਗੁਰੂ ਦਾ ਅਤੇ ਹੋਰ ਕਿਹੜੀ ਕਥਾ ਸੁਣਨੀ? ਹੁਣ ਤੁਸੀਂ ਕੋਈ ਕੰਮ ਕਰਨ ਲੱਗੋ ਤੁਹਾਨੂੰ ਯਾਦ ਆ ਜੇ ਮੈਂ ਇਹ ਕੰਮ ਕਰਨਾ ਕਿ ਨਹੀਂ ਕਰਨਾ, ਡਿਸਾਈਡ ਕਰ ਲਓ, ਫੈਸਲਾ ਕਰ ਲਓ, ਗੁਰੂ ਤੁਹਾਡੇ ਨਾਲ। ਜੇ ਤੁਹਾਨੂੰ ਅਤੇ ਮੈਨੂੰ ਇਹ ਗੱਲ ਯਾਦ ਆ ਰਹੀ ਹੈ ਮੈਂ ਗੁਰੂ ਦਾ, ਅਤੇ ਫਿਰ ਹੋਰ ਕੀ ਚਾਹੀਦਾ? ਹੋਰ ਕਿਹੜੀ ਕਥਾ ਚਾਹੀਦੀ ਤੁਹਾਨੂੰ? ਅਤੇ ਜੇ ਇਹ ਗੱਲ ਭੁੱਲ ਗਈ ਹੈ ਤਾਂ ਲੱਖਾਂ ਘੰਟੇ ਕਥਾ ਸੁਣਦੇ ਰਹੋ, ਬਾਣੀ ਪੜ੍ਹਦੇ। ਉਹਨੇ ਕਿਹਾ ਸੱਜਣਾ ਨਾ ਸੱਜਣ ਰਖਾਇਆ ਨਾ ਅਤੇ ਕੰਮ ਵੀ, ਅਤੇ ਸੱਜਣ ਉਹ ਹੁੰਦੇ ਨੇ ਸੱਜਣ ਸਹੀ, ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਸੱਜਣਾ, ਕੋਠੇ ਮੰਡਪ ਮਾੜੀਆਂ ਬਾਹਰੋਂ ਚਿੱਟਵੀਆਂ, ਬਾਹਰੋਂ ਚਿੱਤਰ ਕੀਤੇ ਨੇ, ਟੱਠੀਆਂ ਕੰਮ ਨਾ ਆਉਣੀ ਵਿੱਚੋਂ ਸੱਖਣੀਆਂ। ਸੱਜਣਾ ਬੜਾ ਸੋਹਣਾ ਬਾਣਾ ਪਾਇਆ ਈ ਗੁਰਸਿੱਖਾਂ ਵਾਲਾ, ਕੰਡੇ ਲਾਏ, ਦੁਮਾਲੇ ਪਾਏ, ਬਾਹਰੋਂ ਚਿੱਤਰਕਾਰੀ ਕੀਤੀ ਹੋਵੇ ਬਿਲਡਿੰਗ ਨੂੰ ਅਤੇ ਉੱਤੇ ਛੱਤ ਹੋਵੇ ਹੀ ਨਾ, ਕਿਸੇ ਕੰਮ ਆਏਗੀ? ਹੈਂ, ਪੜ੍ਹਿਆ ਹੀ ਸ਼ਬਦ ਹੈ ਸ੍ਰੀ ਰਾਗ ਇੱਛੀ ਹੈ, ਕੋਠੇ ਮੰਡ ਵਾੜੀਆਂ ਬਾਹਰੋਂ ਚਿੱਟੀਆਂ, ਟੱਠੀਆਂ ਕੰਮ ਨਾ ਆਉਣੀ ਵਿੱਚੋਂ ਸੱਖਣੀਆਂ। ਸਿੱਖਾ, ਜੇ ਤੇਰਾ ਜੀਵਨ ਵਿੱਚ ਗੁਰੂ ਨਹੀਂ ਹੈਗਾ ਤਾਂ ਤੇਰਾ ਬਾਹਰੋਂ ਸ਼ਿੰਗਾਰ ਕੀਤਾ ਕੀ ਕਰੇਗਾ? ਬੋਲੋ ਵਾਹਿਗੁਰੂ। ਮੈਨੂੰ ਕਹਿ ਰਿਹਾ, ਤੁਹਾਨੂੰ ਨਹੀਂ, ਮੇਰੀ ਗੱਲ ਹੋ ਰਹੀ, ਤੁਹਾਡੀ ਪਤਾ ਨਹੀਂ ਹੋ ਰਹੀ ਕਿ ਨਹੀਂ ਹੋ ਰਹੀ, ਤੁਸੀਂ ਆਪੇ ਸਮਝ ਆਇਓ। ਇਹ ਗੱਲ ਮੇਰੀ ਹੋ ਰਹੀ ਹੈ, ਮੈਨੂੰ ਗੁਰੂ ਨਾਨਕ ਮਿਲੇ ਨੇ ਅਤੇ ਮੈਨੂੰ ਪੁੱਛਦੇ ਨੇ ਪਿਆ ਵੀ ਤੂੰ ਕੌਣ ਹੈ, ਅਤੇ ਮੈਂ ਕਿਹਾ ਜੀ ਮੈਂ ਤੁਹਾਡਾ ਸਿੱਖ ਹਾਂ। ਤੂੰ ਕਹਿੰਦਾ ਤੂੰ ਬਾਹਰੋਂ ਤਾਂ ਬੜਾ ਸ਼ਿੰਗਾਰਿਆ ਹੋਇਆ ਪਰ ਅੰਦਰ ਤਾਂ ਤੇਰੇ ਕੱਖ ਵੀ ਨਹੀਂ। ਬਾਹਰੋਂ ਹੋਵੇ ਮਕਾਨ ਬੜਾ ਸੁੰਦਰ, ਚਿੱਤਰਕਾਰੀ ਕੀਤੀ ਹੋਵੇ, ਛਾਤੋਂ ਦੀ ਹੋਵੇ ਹੀ ਨਾ, ਅਤੇ ਕਿਸੇ ਨੂੰ ਆਸਰਾ ਮਿਲੇਗਾ? ਬਾਹਰਲਾ ਜੀਵਨ ਬੜਾ ਚੰਗਾ ਦਿਸਦਾ ਹੋਵੇ ਅਤੇ ਅੰਦਰੋਂ ਪੂਰਾ ਹੀ ਖਰਾਬ ਹੋਵੇ ਤਾਂ ਫਿਰ ਕੁਛ ਹੋਏਗਾ? ਗੁਰੂ ਮਿਲੇਗਾ? ਬੋਲੋ ਵਾਹਿਗੁਰੂ, 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 ਵਾਹਿਗੁਰੂ। ਹੁਣ ਮਿਲਿਆ ਨਾ, ਮਿਲਿਆ, ਇਹ ਗੱਲਾਂ ਹੋਈਆਂ, ਹੋਰ ਵੀ ਗੱਲਾਂ ਤਿੰਨ ਚਾਰ ਹੋਈਆਂ ਇਸ ਸ਼ਬਦ 'ਚ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ, ਸੇ ਫਲ ਕੰਮ ਨਾ ਆਵਣੀ, ਸੇ ਗੁਣ ਮੈਂ ਤਨਹਨ। ਸਿਮਲ ਦਾ ਰੁੱਖ ਬੜਾ ਵੱਡਾ ਆ, ਫੁੱਲ ਲੱਗੇ ਨੇ, ਪਰ ਦੂਰੋਂ ਤੋਤੇ ਦੇਖ ਕੇ ਭੱਜੇ ਆਏ ਵੀ ਚਲੋ ਫਲ ਖਾਵਾਂਗੇ,
ਪਰ ਜਦੋਂ ਆ ਕੇ ਚੱਕ ਮਾਰਿਆ ਉਹ ਫਿੱਕੇ ਸੀ, ਫੁੱਲ ਫਿੱਕੇ, ਫਲ ਬਕ ਬਕੇ, ਕੰਮ ਨਾ ਆਵੇ। ਕਿਤੇ ਮੇਰੀ ਗੱਲ ਤਾਂ ਨਹੀਂ ਹੋ ਰਹੀ ਹੈ, ਕਿਤੇ ਮੈਂ ਤਾਂ ਨਹੀਂ ਸਿਮਲ, ਮੇਰੇ ਜੀਵਨ ਵਿੱਚ ਕੋਈ ਸੱਚਾਈ ਹੈਗੀ ਹੈ, ਮੇਰਾ ਜੀਵਨ ਕਿਸੇ ਦੇ ਕੰਮ ਆ ਸਕਦਾ? ਮੈਂ ਕਦੀ ਕਿਸੇ ਦੇ ਕੰਮ ਆਇਆ? ਕੋਈ ਮੈਨੂੰ ਵੇਖ ਕੇ ਦੂਰੋਂ ਅਤੇ ਮੇਰੇ ਕੋਲ ਆ ਜਾਵੇ, ਵਾਹ ਗੁਰੂ ਦਾ ਸਿੱਖ ਆ, ਮੇਰੀ ਮਦਦ ਕਰੇਗਾ, ਅਤੇ ਮੈਂ ਉਹਨੂੰ ਆਉਂਦੇ ਨੂੰ ਨਿਵਾਜਿਆ? ਹਾਂਜੀ, ਮੈਂ ਤਾਂ ਨਹੀਂ, ਗੱਲ ਤਾਂ ਮੇਰੀ ਹੋ ਰਹੀ, ਹੋਰ ਕਿਸੇ ਦੀ ਤਾਂ ਹੋ ਹੀ ਨਹੀਂ ਰਹੀ। ਮੈਂ ਹੀ ਤਾਂ ਨਹੀਂ ਉਹ ਸਿਮਲ, ਮੇਰੇ ਹੀ ਤਾਂ ਪੱਤੇ, ਮੇਰੇ ਹੀ ਤਾਂ ਕਰਮ ਕਿਤੇ ਫਿੱਕੇ ਨਹੀਂ, ਮੇਰੇ ਤਾਂ ਬੋਲ ਕਿਤੇ ਫਿੱਕੇ ਨਹੀਂ, ਕਿਤੇ ਮੈਂ ਹੀ ਤਾਂ ਆਪਣੇ ਫਿੱਕੇ ਬੋਲਾਂ ਨਾਲ ਦੂਸਰਿਆਂ ਦਾ ਮਨ ਤਾਂ ਨਹੀਂ ਢਾ ਰਿਹਾ ਸਾਰਿਆਂ ਦਾ? ਮੇਰੇ ਜੀਵਨ ਵਿੱਚ ਕੋਈ ਸੱਚਾਈ ਹੈਗੀ ਹੈ? ਜੋ ਮੈਂ ਕਰਮ ਕਰ ਰਿਹਾ, ਜੋ ਮੇਰੇ ਜੀਵਨ ਨੂੰ ਫਲ ਲੱਗ ਰਹੇ ਨੇ, ਇਹਨਾਂ ਕਰਮਾਂ ਰੂਪੀ ਫਲਾਂ ਨਾਲ ਕੀ ਦੂਸਰਿਆਂ ਦਾ ਕੋਈ ਭਲਾ ਹੋ ਰਿਹਾ? ਬੋਲੋ ਵਾਹਿਗੁਰੂ, ਵਾਹਿਗੁਰੂ। ਬਾਣੀ 'ਚ ਇੱਦਾਂ ਹੀ ਲਿਖਿਆ ਨਾ, ਆਪ ਸਹੰਦੇ ਦੁੱਖ ਜਗ ਵਰਸਾਇਆ। ਸਿੱਖ ਨੇ ਆਪ ਦੁੱਖ ਸਹਿਣਾ ਸੀ ਅਤੇ ਸੰਸਾਰ ਨੂੰ ਸੁੱਖ ਦੇਣਾ ਹੈ। ਬੋਲੋ ਵਾਹਿਗੁਰੂ, ਵਾਹਿਗੁਰੂ। ਜਿਹੜਾ ਸੁੱਖ ਮੰਗਣਾ ਆਇਆ ਨਾ ਗੁਰੂ ਕੋਲੋਂ, ਉਹ ਸਿੱਖ ਨਾ ਬਣੇ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਸਿੱਖੀ ਮੰਗਣ ਦਾ ਨਾਂ ਨਹੀਂ ਹੈ, ਸਿੱਖੀ ਦੇਣ ਦਾ ਨਾਂ ਆ। ਸਿੱਖ ਨੂੰ ਦਾਤਾ ਬਣਾਇਆ, ਮੰਗਤਾ ਨਹੀਂ ਬਣਾਇਆ। ਜਿਹੜਾ ਮੰਗਤਾ ਆ ਉਹ ਸਿੱਖ ਨਹੀਂ ਹੈਗਾ। ਅਣਹੋਂਦ ਦਾ ਆਪ ਵੰਡਾਏ, ਕੋ ਐਸਾ ਪਗ ਸਦਾਏ। ਕੋਲ ਕੁਛ ਨਹੀਂ ਫਿਰ ਵੀ ਵੰਡ ਦੇਵੇ, ਅਤੇ ਕੋਲ ਕੁਛ ਨਹੀਂ ਤਾਂ ਕੀ ਵੰਡੇਗਾ ਫਿਰ? ਹਾਂਜੀ, ਤੁਹਾਡੇ ਕੋਲ ਕੁਛ ਨਹੀਂ ਤਾਂ ਫਿਰ ਕੀ ਵੰਡੋਗੇ? ਪਿਆਰ, ਕਿਸੇ ਨੂੰ ਗੁਲਵੱਟੀ 'ਚ ਲੈ ਲਓ, ਕਿਸੇ ਦੁਖੀ ਦਾ ਦੁੱਖ ਦੂਰ ਕਰ ਦਿਓ, ਕਿਸੇ ਲੋੜਵੰਦ ਦੀ ਕੋਈ ਮਦਦ ਕਰ ਦਿਓ। ਕਰਦੇ ਆ ਦਾ ਨਹੀਂ ਕਰਦੇ ਨਾ, ਤਾਂ ਹੀ ਤਾਂ ਕੰਮ ਇਹ ਖਰਾਬ ਹੈ ਸਾਰਾ। ਬੋਲੋ ਵਾਹਿਗੁਰੂ। ਫਿਰ ਮੇਰੀ ਗੱਲ ਹੀ ਤਾਂ ਹੋ ਰਹੀ ਹੈ, ਸਿਮਲ ਤਾਂ ਮੈਂ ਹੀ ਹਾਂ, ਹੋਰ ਕਿਹੜਾ ਸਿਮਲ ਹੈ? ਉਹ ਦਰਖਤ ਥੋੜ੍ਹੀ, ਉਹਦੀ ਤਾਂ ਇੱਕ ਉਦਾਹਰਨ ਦੇ ਰਹੇ ਨੇ ਮਹਾਰਾਜ, ਉਸ ਦਰਖਤ ਦੀ ਉਦਾਹਰਨ ਦੇ ਰਹੇ ਨੇ ਵੀ ਆਪਣੇ ਸਰੀਰ ਵੱਲ ਝਾਤੀ ਮਾਰ, ਤੂੰ ਕਿਤੇ ਸਿਮਲ ਤਾਂ ਨਹੀਂ? ਤੇਰਾ ਕੋਈ ਜੀਵਨ ਕਿਸੇ ਦੇ ਕੰਮ ਆ ਰਿਹਾ? ਤੇਰੇ ਬੋਲ ਕਿਸੇ ਦੇ ਕੰਮ ਆ ਰਹੇ ਨੇ? ਤੇਰੇ ਬੋਲ ਕਿਸੇ ਦਾ ਦਿਲ ਤੋੜ ਰਹੇ ਨੇ? ਕਿ ਤੇਰੇ ਬੋਲ ਕਿਸੇ ਨੂੰ ਧੀਰਜ ਬੰਧਾ ਰਹੇ ਨੇ? ਕਿਸੇ ਨੂੰ ਹੌਸਲਾ ਦੇ ਰਹੇ ਨੇ? ਤੇਰੇ ਬੋਲਣ ਨਾਲ ਕਿਸੇ ਦਾ ਜੀਵਨ ਸੁਧਰ ਰਿਹਾ ਕਿ ਤੇਰੇ ਬੋਲ ਬੋਲਣ ਨਾਲ ਲੋਕਾਂ ਦਾ ਜੀਵਨ ਵਿਗੜ ਰਿਹਾ? ਕੁਛ ਤੁਹਾਨੂੰ ਗੁਆਂਢੀ ਬੁਲਾ ਕੇ ਖੁਸ਼ ਹੈਗਾ ਕਿ ਨਹੀਂ? ਪਹਿਲਾਂ ਲੋਕ ਕਿਉਂ ਸਿੱਖੀ ਵੱਲ ਖਿੱਚੇ ਆਉਂਦੇ ਸੀ? ਕਿਉਂ ਕਹਿੰਦੇ ਸੀ ਆ ਗਏ ਨਿਹੰਗ, ਬੂਹੇ ਖੋਲ੍ਹ ਦਿਓ ਨਿਸ਼ੰਗ? ਕਿਉਂਕਿ ਉਹਨਾਂ ਨੂੰ ਪਤਾ ਸੀ ਨਿਹੰਗ ਆ ਗਏ ਆ, ਹੁਣ ਸਾਡੇ ਘਰ ਕੋਈ ਚੋਰੀ ਨਹੀਂ ਕਰ ਸਕਦਾ, ਹੁਣ ਸਾਡੀ ਇੱਜ਼ਤ ਨੂੰ ਕੋਈ ਹੱਥ ਨਹੀਂ ਪਾ ਸਕਦਾ, ਜਦ ਤੱਕ ਇਹ ਨਿਹੰਗ ਜਿਉਂਦੇ ਨੇ ਸਾਡੀ ਕੋਈ ਵਾਹਵਾਲ ਨਹੀਂ ਵੇਖ ਸਕਦਾ। ਸਾਡੇ ਭਾਈ ਸਾਹਿਬ ਆ ਅਤੇ ਉਹ ਇੱਕ ਦਿਨ ਗੱਲ ਸੁਣਾਉਂਦੇ ਸੀ, ਕਹਿੰਦੇ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਭਾਈ ਸਾਹਿਬ ਨਿਹੰਗ ਵੀ ਚੋਰੀ ਕਰ ਲੈਂਦੇ ਨੇ? ਉਹਨਾਂ ਕੋਈ ਦੇਖਿਆ ਹੋਣਾ? ਅਤੇ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਨਹੀਂ, ਨਿਹੰਗ ਚੋਰੀ ਨਹੀਂ ਕਰਦੇ, ਕਈ ਚੋਰ ਨਿਹੰਗ ਬਣ ਗਏ ਨੇ। ਸਮਝ ਲੱਗੀ? ਸਿੱਖ ਨਹੀਂ ਕੁਛ ਵੀ ਕਰਦਾ, ਗੁਰੂ ਦਾ ਸਿੱਖ ਕੁਛ ਨਹੀਂ ਕਰਦਾ, ਪਰ ਕਈ ਮੇਰੇ ਵਰਗੇ ਚੋਰ ਸਿੱਖ ਬਣ ਗਏ ਨੇ। ਉਹਨਾਂ ਨੇ ਸਿੱਖੀ ਦਾ ਬਾਣਾ ਪਾ ਲਿਆ, ਪਰ ਉਹਨਾਂ ਦੇ ਪੱਲੇ ਬਾਣੀ ਹੈ ਨਹੀਂ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਗੁਰਸਿੱਖ ਮੀਤ ਚੱਲੋ, ਜਿਹੜਾ ਗੁਰੂ ਦੀ ਚਾਲੀ 'ਤੇ ਚੱਲੇਗਾ ਕੇਵਲ ਉਹੀ ਸਿੱਖ ਹੈ, ਜਿਹੜਾ ਉਹਦੀ ਚਾਲੀ 'ਤੇ ਨਹੀਂ ਚੱਲ ਰਿਹਾ ਮੈਨੂੰ ਕਹਿਣ ਦੇਣਾ ਉਹ ਸਿੱਖ ਨਹੀਂ ਹੈ। ਉਹ ਲੱਖ ਵਾਰੀ ਆਪਣੇ ਆਪ ਨੂੰ ਸਿੱਖ ਕਹੀ ਜਾਵੇ। ਸਤਿਗੁਰ ਬਚਨ ਕਮਾਵਣੇ, ਸੱਚਾ ਇਹ ਵਿਚਾਰ, ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਹੈ ਸਿੱਖ ਨੇ। ਉਹਦੇ ਜੀਵਨ ਵਿੱਚੋਂ ਜੋ ਗੁਰਬਾਣੀ ਪੜ੍ਹੀ ਹੈ ਉਹਦੇ ਜੀਵਨ ਵਿੱਚੋਂ ਬਾਹਰ ਆਉਣੀ ਚਾਹੀਦੀ ਹੈ, ਜੋ ਅੰਮ੍ਰਿਤ ਵੇਲਾ ਕੀਤਾ ਉਹਦੇ ਜੀਵਨ ਵਿੱਚੋਂ ਦਿਸਣਾ ਚਾਹੀਦਾ, ਜੋ ਉਹਨੇ ਅੰਮ੍ਰਿਤ ਵੇਲੇ ਪੜ੍ਹਿਆ ਉਹਦੇ ਜੀਵਨ ਵਿੱਚੋਂ ਪ੍ਰਗਟ ਹੋਣਾ ਚਾਹੀਦਾ। ਜੇ ਬਾਣੀ ਸਾਡੇ ਜੀਵਨ ਵਿੱਚੋਂ ਪ੍ਰਗਟ ਨਹੀਂ ਹੋ ਰਹੀ
ते अजे कमी है बोलो वाहेगुरु वाहेगुरु दूर करनी है ये नहीं भी सिक्की छड़ देनी है ये नहीं करना बड़ा औखा है जन नानक ये खेल कठिन है पर हुण तुसी तुरे हो तुरे ही पए हो ते जदों उन्हें कहता भी हुण तुर पए हो ते सिर दीजे ते हुण कान का तू करनी फिर हुण तुर पए हो ते सीधे होके तुरो नहीं गल समझी जद सिक्खी लै ही ली पंजां प्यारां को तुर ही गए अमृत की दात लै ही ली तो हुण फिर सीधे होके तुरो हुण पिछे नूं क्यों साडी हालत की है दो पैर पिछे दो पैर अगे वो बेड़ी तो रात को कुछ बंदे मदहोश जे होके शराब शरूब पी के बेड़ी ते चढ़ गए तो बेड़ी नू सारी रात चप्पू लाते रहे सारी रात चप्पू लाते रहे सवेरे दिन चढ़ गया तो कहते वेखो कितने क पहुँचे हाँ तो वेख्या तो उस कंडे ते खड़े तो कहते इतने उत्थे ही खड़े हाँ तो वेखन लगे भी उत्थे क्यों खड़े हैं सारी रात तो चप्पू लाते रहे सारी रात के बेड़ी चलाते रहे हैं तो कहते रस्सा तो खोलिया ही नहीं सारी रात चप्पू लाते रहो जे माया का रस्सा नहीं खोलिया ना कितने नहीं पहुँचोगे माया के संगलों नाल तो जकड़े पे हैं नितनेम तो सिर्फ नितनेम ही है ना भी चलो पांच बाणियां पढ़निया जुर्माना लगा है कोई जुर्माना देना तुसी बोलो वाहेगुरु पांच बाणियां पीनिया ने स्वाद ला लेके रसक रसक गुण गावे हरजन अपने गुरुदेव निवाजा एक एक पंक्ति एक एक अखर अंदर तसे रोम रोम विच जाएगा तो फिर गल बनेगी एक ओंकार फिर अगे कितने जाना हुण सत नाम करता पुरख निर्भव निर्वैर नहीं नहीं गल पढ़न दी थोड़ी मैं कर लग्या महसूस भी करो ना जिन्हों मैं कह रहा वो कौन है कोई वो जान पहचान भी हैगी है बाणी वो जान पहचान कराती है आद सच जुगाद सच है पी सच नानक कौन है वो तू ही है तेनू ही कह रहा है तू ही आदि सच सी तू ही जुगाद सच तू ही है तो जे तुसी किसी होर नू कह रहे हो ए नहीं किव सचारा किव कूड़ा किदी गल हो रही है हाँ जी नहीं इदां पढ़ के तो लंघ गए आप किन्नी बारी पढ़ लिया किव सचारा हुई है किव कूड़ा तो टब्बा हुकम रजाई चलना नानक लिखा ना हुकमी आउण का रुकना कह जाए जपजी साहब तो पढ़िया गया पर सचार कदों आवांगे अंदर कूट की पाल कदू टुटेगी बेसिक सवाल तो यही है सारे गुरु ग्रंथ साहब होर की है पहला सवाल ही यो है जब सचार हाँ परमात्मा सचार है आदि सच जुगाद सच है पी सच नानको सी पी सच तो वो किमें रलोगे जो सचार ना हो मैं झूठ बोलदा मैं कूड़ा वा सचार च रल जाँगा सचार च रलने सचार बनना पेगा यही तो एक सवाल है जरा गुरु ग्रंथ साहब चल किया जरा गुरु जपजी साहब ने मोढ़ च ही लिखता किव सचारा हो किव कूड़ा तुट्टै पाल तो वह हुक्म भी वो नाल उत्तर भी देता हुक्म रजाई चलना नानक लिखिया उदी रजा विच चल उदे भाणे विच चल जो कहिंदा उह कर चलना पेगा ना फिर तुरना पेगा ना करना पेगा ना जो गुरु दसदे ने उह करना पेगा कि गाना पेगा की गल बई की हो गया सावधान कागर चीत है राती सुत्ता नहीं गप्पा मार रहा होना बोलो वाहेगुरु दूजा का ध्यान भी उधर चल गया बोलो वाहेगुरु 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 आए ने रब न मिलन बोलो वाहेगुरु गुस्सा ना करी बंदा सूली ते चढ़िया वे वासियां नहीं है तो सिख तो हर वेले सूली ते चढ़िया कबीर चतराई अत घनी हर जप हिरदे माहे सूरी उपर खेलना गिरे तां ठार नाहे जे जीवन दी जड़ी चाली आ ओ तू किते खुंझ गया गुरु दे दसे हुए रस्ते तू किते पटक गया ते रस्ता नहीं मिलना मेरे मित्र गिरे तां की
ਗੁਰੂ ਦੇ ਦੱਸੇ ਹੋਏ ਰਸਤੇ 'ਤੇ ਤੁਰਿਆ ਜਾਂਦਾ ਤੁਰਿਆ ਜਾਂਦਾ। ਸਾਵਧਾਨਤਾ ਕਹਿੰਦੇ ਨੇ ਸੜਕ 'ਤੇ ਲਿਖਿਆ, ਸਾਵਧਾਨਤਾ ਹਟੀ ਅਤੇ ਦੁਰਘਟਨਾ, ਅਤੇ ਸਾਡੇ ਵਾਸਤੇ ਲਿਖਿਆ ਗੁਰੂ ਦੇ ਦੱਸੇ ਮਾਰਗ 'ਤੇ ਚੱਲਦਾ ਪਿਆ, ਜੇ ਜਰਾ ਕੁ ਵੀ ਸਾਵਧਾਨਤਾ ਹਟੀ ਤਾਂ ਜੀਵਨ ਖਤਮ। ਬਾਹਰੋਂ ਤਾਂ ਸਿੱਖ ਹੀ ਦਿਸੇਗਾ, ਲੋਕ ਤਾਂ ਬਾਹਰੋਂ ਮੈਨੂੰ ਸਿੱਖ ਹੀ ਕਹਿਣਗੇ, ਪਰ ਅੰਦਰ ਤਾਂ ਕੱਖ ਨਹੀਂ, ਕਿਉਂਕਿ ਦੁਰਘਟਨਾ ਹੋ ਗਈ ਹੈ। ਤੋ ਹਰ ਵੇਲੇ ਸਾਵਧਾਨ ਰਹਿ ਕੇ, ਹਰ ਵੇਲੇ ਪੈਰਾਂ ਦੇ ਕੇ, ਇੱਕ ਅੱਖਰ ਲਿਖ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਸ਼ੁਰੂ ਕਰਨ ਤੋਂ ਪਹਿਲਾਂ ਕੀ ਲਿਖਿਆ? ਹਾਂਜੀ, ਨਹੀਂ ਨਹੀਂ, ਇੱਕ ਇੱਕ ਓਂਕਾਰ, ਇੱਕ ਉਹ ਇੱਕ ਦੀ ਗੱਲ ਕੀਤੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ, ਅਤੇ ਤੁਹਾਨੂੰ ਉਸ ਇੱਕ ਨਾਲ ਜੋੜ ਕੇ ਗਏ। ਇਹ ਕਿਤੇ ਭਟਕ ਨਾ ਜਾਣ, ਕੱਲ੍ਹ ਨੂੰ ਕੋਈ ਦੂਜਾ ਨਾ ਬਣਾ ਲੈਣਾ ਆਪਣੇ ਮਨ 'ਚ, ਪਰ ਆਪਾਂ ਤਾਂ ਬੜੇ ਬਣਾ ਲਏ ਨੇ, ਪੰਜਾਬ 'ਚ ਕਿੰਨੇ ਡੇਰੇ ਨੇ, ਕਿੰਨੇ ਬਣਾਏ ਨੇ, ਕਿੰਨੀਆਂ ਕਬਰਾਂ ਨੇ, ਕਿੰਨੇ ਮੇਲੇ ਲੱਗਦੇ ਨੇ, ਉੱਥੇ ਕੌਣ ਜਾਂਦਾ? ਇਹ ਕਦੇ ਆਸ਼ਕ ਰਹਿ ਗਿਆ ਸੀ? ਇਹ ਤਾਂ ਸੱਚੀ ਆਸ਼ਕੀ ਸੀ, ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈਏ ਰਾਤੀ ਅਤੇ ਡਿਉਂ, ਨਾਨਕ ਪ੍ਰੇਮ ਸਮਾਈਏ, ਦਿਨ ਰਾਤ ਪ੍ਰੇਮ ਵਿੱਚ ਸਮਾਇਆ ਹੋਇਆ। ਵਾਹਿਗੁਰੂ ਵਾਹਿਗੁਰੂ, ਦਿਨ ਰਾਤ ਵਾਹਿਗੁਰੂ, ਸਮਾ ਜਾਣਾ ਸਮਾ ਜਾਣਾ, ਇੱਕੋ ਜਾਣਾ ਇੱਕੋ ਜਾਣਾ, ਲੀਨ ਹੋ ਜਾਣਾ ਆਪਾ ਭਾ ਮਿਟ ਜਾਣਾ, ਇੱਕ ਹੋ ਗਿਆ ਇੱਕ ਹੋ ਗਿਆ। ਸਮਝ ਲੱਗੀ ਕੋਈ ਗੱਲ ਦੀ? ਮੈਂ ਜੋ ਕਹਿ ਰਿਹਾ ਸਮਝ ਲੱਗਦੀ ਪਈ ਹੈ? ਇੱਕ ਹੋ ਗਿਆ, ਮੈਂ ਨਹੀਂ ਰਿਹਾ ਹੁਣ, ਤੂੰ ਹੀ ਰਹਿ ਗਿਆ। ਥੋੜ੍ਹੀ ਅੱਗੇ ਦੀ ਪੜ੍ਹਾਈ ਹੋ, ਜਿੰਨੇ ਚਿਰ ਤੂੰ ਹੈ ਮੈਂ ਹਾਂ ਨਾ। ਹੁਣ ਮੈਨੂੰ ਵੀ ਕਈ ਕਹਿੰਦੇ ਆ ਕੇ ਸੁਣਾਉਂਦੇ ਨੇ, ਕਹਿੰਦੇ ਤੈਨੂੰ ਗਾਲਾਂ ਕੱਢਦੇ ਨੇ, ਮੈਂ ਕਿਹਾ ਮੈਂ ਤਾਂ ਹੈ ਹੀ ਨਹੀਂ, ਗਾਲਾਂ ਕਿਹਨੂੰ ਕੱਢਦੇ ਨੇ, ਨਹੀਂ ਸਮਝ ਲੱਗੇ? ਅਤੇ ਜੇ ਮੈਂ ਹੈਗਾ ਤਾਂ ਫਿਰ ਤੂੰ ਕਿੱਥੇ ਹੈ? ਤੁਹਾਡੀ ਜੀ ਬੇਇੱਜ਼ਤੀ ਕੀਤੀ, ਮੈਂ ਕਿਹਾ ਮੇਰੀ ਬੇਇੱਜ਼ਤੀ ਕੀਤੀ? ਮੈਂ ਤਾਂ ਆਈ ਨਹੀਂ, ਤਾਂ ਬੇਇੱਜ਼ਤੀ ਕਿਤੇ ਕੀਤੀ? ਜੇ ਮੈਂ ਹੈਗਾ ਤਾਂ ਫਿਰ ਮੇਰੀ ਬੇਇੱਜ਼ਤੀ ਵੀ ਆ ਗਈ, ਅਤੇ ਮੈਂ ਹੈਗਾ ਤਾਂ ਫਿਰ ਤੂੰ ਕਿੱਥੇ ਆ? ਜਿਹਦੇ ਕੋਲ ਮੈਂ ਹੈਗੀ ਹੈ ਨਾ, ਉਹਦੇ ਕੋਲ ਪਰਮੇਸ਼ਰ ਨਹੀਂ ਹੈਗਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਇਹਨੂੰ ਕਹਿੰਦੇ ਲੀਨ ਹੋ ਗਿਆ, ਇਹਨੂੰ ਕਹਿੰਦੇ ਇੱਕ ਹੋ ਗਿਆ। ਇਸ ਇੱਕ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਵਿੱਚ ਹੀ, ਵੀ ਸਿੱਖਾ ਇੱਕ ਹੋ ਜਾ, ਫਿਰ ਤੈਨੂੰ ਕੋਈ ਡਰ ਨਹੀਂ। ਇਸ ਇੱਕ ਨੂੰ ਕੋਈ ਡਰ ਨਹੀਂ, ਕਿਉਂਕਿ ਇਹ ਇੱਕ ਨਿਰਭਉ ਹੈ, ਇਹ ਇੱਕ ਨਿਰਵੈਰ ਹੈ, ਇਹ ਇੱਕ ਸਮਾਇਆ ਹੋਇਆ, ਸਭ ਇਹੋ ਹੀ ਹੈ, ਨਿਰਭਉ ਨਿਰਵੈਰ ਇਹੀ ਹੈ। ਜਦੋਂ ਤੂੰ ਇੱਕ ਹੋ ਜਾਏਗਾ, ਤੈਨੂੰ ਕਿਸੇ ਦਾ ਕੋਈ ਡਰ ਨਹੀਂ ਰਹੇਗਾ, ਤੈਨੂੰ ਕਿਸੇ ਨਾਲ ਨਾ ਵੈਰ ਹੋਏਗਾ, ਨਾ ਤੇਰਾ ਕੋਈ ਵੈਰੀ ਹੋਏਗਾ, ਨਾ ਕੋਈ ਵੈਰੀ, ਨਾ ਹੀ ਬੇਗਾਨਾ, ਸਗਲ ਸੰਗ ਹਮ। ਜਦ ਤੱਕ ਤੂੰ ਹੈਗਾ, ਤੇਰੇ ਵੈਰੀ ਵੀ ਹੈਗੇ ਨੇ, ਤੈਨੂੰ ਵੀ ਦੂਜਿਆਂ ਨਾਲ ਵੈਰ ਹੈਗਾ। ਤੋ ਪਹਿਲਾਂ ਇਸ ਇੱਕ ਨੂੰ ਸਮਝੋ, ਇਸ ਇੱਕ ਕਾ ਜਾਣੇ ਭੇਉ, ਇਸ ਇੱਕ ਦਾ ਭੇਦ ਲੱਭੋ, ਵੀ ਉਹ ਇੱਕ ਕੌਣ ਹੈ, ਕਿੱਥੇ ਰਹਿੰਦਾ? ਅਤੇ ਗੁਰੂ ਸਾਹਿਬ ਨੇ ਬਾਣੀ 'ਚ ਦੱਸਿਆ, ਕਿਧਰੇ ਨਹੀਂ ਰਹਿੰਦਾ, ਤੂੰ ਹੀ ਹੈ। ਸੋ ਪ੍ਰਭ ਦੂਰ ਨਾਹੀਂ, ਪ੍ਰਭ ਤੂੰ ਹੈ। ਸਮਝ ਲੱਗੀ ਜੀ? ਅਸੀਂ ਰੱਬ ਨੂੰ ਲੱਭਦੇ ਹਾਂ ਨਾ, ਲੱਭਦੇ ਲੱਭਦੇ ਕਿ ਨਹੀਂ ਜੀ? ਹਾਂਜੀ, ਲੱਭਦੇ ਵੀ ਨਹੀਂ, ਪਰ ਉਹ ਕਹਿੰਦਾ ਲੱਭੋ ਨਾ ਮੈਨੂੰ, ਬਣ ਜਾਓ, ਲੱਭੋ ਨਾ ਪਰਮੇਸ਼ਰ, ਬਣ ਜਾਓ। ਅਤੇ ਅਸੀਂ ਬਣਨਾ ਕਿਉਂ ਨਹੀਂ ਚਾਹੁੰਦੇ ਪਰਮੇਸ਼ਰ? ਹਾਂਜੀ, ਕਿਸੇ ਨੂੰ ਪਤਾ ਵੀ ਅਸੀਂ ਬਣਨਾ ਨਹੀਂ ਚਾਹੁੰਦੇ, ਲੱਭਣਾ ਚਾਹੁੰਦੇ ਹਾਂ? ਲੱਭਣ 'ਚ ਮਜ਼ਾ ਆ, ਬਣਨ ਵਿੱਚ ਜਿਹੜੀ ਥੋੜ੍ਹੀ ਔਖ ਹੈ। ਜੇ ਰੱਬ ਬਣ ਗਏ ਤਾਂ ਰੱਬ ਵਾਲੇ ਕੰਮ ਕਰਨੇ ਪੈਣੇ ਨੇ, ਨਹੀਂ ਸਮਝ ਲੱਗੀ? ਜੇ ਗੁਰੂ ਵਰਗੇ ਬਣ ਗਏ ਤਾਂ ਗੁਰੂ ਗੋਬਿੰਦ ਸਿੰਘ ਵਰਗੇ ਕੰਮ ਕਰਨੇ ਪੈਣੇ ਨੇ, ਪੁੱਤਰ ਵਾਰਨੇ ਪੈਣੇ ਨੇ, ਪਰਿਵਾਰ ਵਾਰਨਾ ਪੈਣਾ, ਆਨੰਦਪੁਰ ਵਾਰਨਾ ਪੈਣਾ, ਕਿਹੜਾ ਵਾਰੇ? ਲੱਭ ਲਓ ਉਹਨੂੰ ਗੁਰਦੁਆਰਿਆਂ ਵਿੱਚੋਂ, ਲੱਭ ਲਓ ਉਹਨੂੰ ਮਸਜਿਦਾਂ ਮੰਦਰਾਂ ਵਿੱਚੋਂ, ਲੋੜ ਨਹੀਂ ਕੁਛ ਵਾਰਨ ਦੀ। ਉਹਨੇ ਕਿਹਾ ਸੀ ਤੂੰ ਬਣ ਜਾ ਮੇਰੇ ਵਰਗਾ, ਖਾਲਸਾ ਮੇਰੋ ਰੂਪ ਹੈ। ਪਰ ਇਹ ਪੜ੍ਹਨ ਦੀ ਗੱਲ ਨਹੀਂ ਹੈ, ਇਹ ਬਣਨ ਦੀ ਗੱਲ ਆ, ਵੀ ਤੂੰ ਮੇਰੇ ਵਰਗਾ ਬਣ ਜਾ। ਬੋਲੋ ਵਾਹਿਗੁਰੂ 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 ਵਾਹਿਗੁਰੂ। ਜਿਹਨੂੰ ਲੱਭਦੇ ਹੋ ਨਾ, ਉਹਦੇ ਵਰਗੇ ਬਣ ਜਾਓ,
ਪ੍ਰੋਫੈਸਰ ਪੂਰਨ ਸਿੰਘ ਨੇ ਲਿਖੀ ਕਹਾਣੀ ਇੱਕ, ਉਹ ਕਹਿੰਦਾ ਮੈਂ ਸੋਚਿਆ ਵੀ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਾਵਾਂ, ਚਿੱਤਰ ਬਣਾਵਾਂ। ਅਤੇ ਕਹਿੰਦਾ ਮੈਂ ਨਾ ਅਨੰਦਪੁਰ ਸਾਹਿਬ ਚਲਾ ਗਿਆ, ਮੈਂ ਉੱਥੇ ਦਰਿਆਵਾਂ ਨੂੰ ਪੁੱਛਿਆ, ਦਰੱਖਤਾਂ ਨੂੰ ਪੁੱਛਿਆ, ਪਹਾੜਾਂ ਨੂੰ ਪੁੱਛਿਆ, ਜਿਹੜੇ ਪੁਰਾਣੇ ਬਜ਼ੁਰਗ ਮਿਲੇ ਉਹਨਾਂ ਨੂੰ ਪੁੱਛਿਆ ਕਿ ਇਹੋ ਜਿਹਾ ਸੀ ਮੇਰਾ ਗੁਰੂ। ਕਹਿੰਦੇ ਕੀ ਕਰਨਾ ਤੂੰ? ਕਹਿੰਦਾ ਮੈਂ ਚਿੱਤਰ ਬਣਾਉਣਾ। ਕਹਿੰਦਾ ਤੂੰ ਨਹੀਂ ਬਣਾ ਸਕਦਾ ਉਹਦਾ ਚਿੱਤਰ, ਉਹਦਾ ਚਿੱਤਰ ਕੋਈ ਵੀ ਨਹੀਂ ਬਣਾ ਸਕਦਾ। ਕਹਿੰਦੇ ਕਿਉਂ ਨਹੀਂ ਬਣਾ ਸਕਦਾ? ਕਹਿੰਦਾ ਇੱਕ ਗੁਣ ਪਾਏਗਾ ਦੂਜਾ ਰਹਿ ਜਾਏਗਾ, ਵੀਰ ਰਸ ਪਾਏਗਾ ਤਾਂ ਸ਼ਾਂਤ ਰਸ ਰਹਿ ਜਾਏਗਾ, ਸ਼ਾਂਤ ਰਸ ਪਾਏਗਾ ਉਹਦੇ 'ਚ ਤਾਂ ਵੀਰ ਰਸ ਰਹਿ ਜਾਏਗਾ। ਹੋਰ ਕਈ ਰਸ ਨੇ, ਕਿਹੜੇ ਕਿਹੜੇ ਗੁਣ ਤੂੰ ਉਹਦੇ ਚਿੱਤਰ 'ਚ ਪਾਏਗਾ? ਤੂੰ ਸਾਰੇ ਚਿੱਤਰ ਉਹਦੇ ਚਿੱਤਰ ਬਣਾ ਕੇ ਸਾਰੇ ਗੁਣ ਉਹਦੇ ਨਹੀਂ ਪਾ ਸਕਦਾ, ਕਿਉਂਕਿ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਬੇਅੰਤਾ ਬੇਅੰਤ ਗੁਣ, ਅਤੇ ਤੂੰ ਉਹਦਾ ਚਿੱਤਰ ਕਿਵੇਂ ਬਣਾ ਲਏਗਾ? ਕਹਿੰਦਾ ਫਿਰ ਮੈਂ ਕੀ ਕਰਾਂ? ਕਹਿੰਦਾ ਤੂੰ ਉਹਦੇ ਵਰਗਾ ਬਣ ਜਾ। ਨਹੀਂ ਸਮਝ ਲੱਗੀ? ਤੁਹਾਨੂੰ ਉਹਨੇ ਆਪਣੇ ਵਰਗੇ ਬਣਾਇਆ ਆ। ਉਹ ਕਹਿੰਦੇ ਆ ਸਿੱਖਾ ਤੈਨੂੰ ਮੈਂ ਆਪਣੇ ਵਰਗਾ ਬਣਾਉਂਦਾ ਵਾਂ। ਖਾਲਸਾ ਮੇਰੇ ਰੂਪ ਹੈ, ਖਾਲਸੇ ਮੈਂ ਕਰੂੰ, ਤੁਹਾਡੇ ਅੰਦਰ ਗੁਰੂ ਗੋਬਿੰਦ ਸਿੰਘ ਨੇ ਨਿਵਾਸ ਕਰਨਾ ਏ। ਇਸ ਬੋਲਾਂ ਦਾ ਇਹੀ ਮਤਲਬ ਬਣਦਾ, ਹੋਰ ਕੋਈ ਨਹੀਂ ਬਣਦਾ। ਹੁਣ ਤੁਸੀਂ ਦੇਖ ਲਓ ਅਤੇ ਮੈਂ ਵੀ ਵੇਖ ਲਾਂ ਕਿ ਮੇਰੇ ਅੰਦਰ ਗੁਰੂ ਗੋਬਿੰਦ ਸਿੰਘ ਦਾ ਨਿਵਾਸ ਹੋ ਸਕਦਾ ਇਹੋ ਜਿਹੇ ਗੰਦੇ ਬੰਦੇ ਦੇ ਅੰਦਰ? ਮੇਰੇ 'ਚ ਤਾਂ ਨਹੀਂ ਹੋ ਸਕਦਾ, ਤੁਹਾਡਾ ਮੈਨੂੰ ਪਤਾ ਨਹੀਂ, ਮੈਂ ਕਿਹੜਾ ਅੰਤਰਜਾਮੀ ਹਾਂ। ਤੁਸੀਂ ਵੀ ਆਪਣਾ ਆਪਣਾ ਹਿਸਾਬ ਲਾਓ ਵੀ ਜੇ ਮੈਂ ਤਾਂ ਇਹ ਤੋਂ ਘੱਟ ਸਰਨਾ ਨਹੀਂ। ਬੋਲੋ ਵਾਹਿਗੁਰੂ। ਇਸ ਤੋਂ ਘੱਟ ਨਹੀਂ ਜੇ ਸਰਨਾ, ਸਚਾਰ ਬਣੇ ਬਗੈਰ ਜਾਨ ਨਹੀਂ ਛੁੱਟਣੀ। ਜਦ ਤੱਕ ਪਰਮਾਤਮਾ ਸੱਚ ਆ ਅਤੇ ਸੱਚ ਦੇ ਵਿੱਚ ਕੇਵਲ ਸੱਚ ਰਲ ਸਕਦਾ, ਝੂਠ ਨਹੀਂ ਰਲ ਸਕਦਾ, ਰਾਈ ਮਾਤਰ ਵੀ ਝੂਠ ਨਹੀਂ ਰਲ ਸਕਦਾ। ਭਾਈ ਗੁਰਦਾਸ ਨੂੰ ਪੜ੍ਹ ਲਿਓ, ਉਹ ਕਹਿੰਦਾ ਅੱਖ ਦੇ ਵਿੱਚ ਕੱਖ ਪੈ ਜੇ ਅਤੇ ਜਦ ਤੱਕ ਅੱਖ ਵਿੱਚੋਂ ਕੱਖ ਨਹੀਂ ਨਿਕਲੇ ਅੱਖ ਨੂੰ ਆਰਾਮ ਨਹੀਂ ਆਉਂਦਾ, ਅਤੇ ਸੱਚ ਦੇ ਵਿੱਚ ਰਤੀ ਮਾਤਰ ਵੀ ਝੂਠ ਰਲ ਜੇ, ਜਦ ਤੱਕ ਉਹ ਝੂਠ ਨਿਕਲੇ ਨਾ ਸੱਚ ਸੱਚ ਨਹੀਂ ਬਣਦਾ। ਸੱਚ ਦੇ ਵਿੱਚ ਰਾਈ ਮਾਤਰ ਵੀ ਝੂਠ ਨਹੀਂ ਸਮਾ ਸਕਦਾ। ਅਤੇ ਸਾਡੀ ਜ਼ਿੰਦਗੀ ਵਿੱਚ ਸਿੱਖ ਬਣਨਾ ਅਤੇ ਸਾਡੀ ਜ਼ਿੰਦਗੀ ਵਿੱਚ ਵੀ ਰਾਈ ਮਾਤਰ ਝੂਠ ਨਹੀਂ ਰਹਿ ਸਕਦਾ। ਜਦ ਤੱਕ ਰਾਈ ਮਾਤਰ ਵੀ ਝੂਠ ਹੈ ਸਾਡੀ ਜ਼ਿੰਦਗੀ 'ਚ, ਅਸੀਂ ਸਚਿਆਰ ਵਿੱਚ ਨਹੀਂ ਰਲ ਸਕਦੇ, ਪਰਮੇਸ਼ੁਰ ਵਿੱਚ ਇੱਕ ਨਹੀਂ ਹੋ ਸਕਦੇ। ਪਰਮੇਸ਼ੁਰ ਵਿੱਚ ਇੱਕ ਹੋਣ ਲਈ ਸਾਨੂੰ ਇਹ ਜੀਵਨ ਮਿਲਿਆ, ਅਤੇ ਇਹ ਜੀਵਨ ਮਿਲਿਆ ਸਚਿਆਰ ਬਣਨ ਲਈ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਜੇ ਤੁਸੀਂ ਸੁਸਤ ਬੰਦੇ ਵੇਖਣੇ ਹੋਣ, ਸੁੱਤੇ ਹੋਏ ਦੇਖਣੇ ਹੋਣ, ਤਾਂ ਗੁਰਦੁਆਰੇ ਚਲੇ ਜਾਇਓ, ਤੁਹਾਨੂੰ ਉੱਥੇ ਸੁੱਤੇ ਪਏ ਮੇਰੇ ਵਰਗੇ ਮਰੇ ਬੈਠੇ ਦਿਸਣਗੇ। ਉਹ ਦੀਵਾਰਾਂ ਦੇ ਨਾਲ ਅਲੱਗ ਅਲੱਗ ਕੇ ਆ ਕੇ ਅਤੇ ਇੱਦਾਂ ਬੈਠੇ ਹੋਣਗੇ ਅਤੇ ਵਾਸੀਆਂ ਮਾਰਦੇ ਹੋਣਗੇ। ਬੋਲੋ ਵਾਹਿਗੁਰੂ। ਅਤੇ ਜੇ ਤੁਸੀਂ ਸਾਵਧਾਨ ਵੇਖਣੇ ਹੋਣ ਤਾਂ ਕਿਸੇ ਸਿਨਮੇ ਵਾਲੇ ਚਲ ਜਾਇਓ ਜਾਂ ਕਿਸੇ ਟੈਲੀਵਿਜ਼ਨ ਅੱਗੇ ਬੈਠੇ ਵੇਖ ਲਿਓ, ਸਾਵਧਾਨ ਬੈਠੇ ਹੋਣਗੇ। ਹੁਣ ਕੋਈ ਵਾਸੀ ਨਹੀਂ, ਹੁਣ ਕੋਈ ਕੁਛ ਨਹੀਂ। ਗਲਤ ਕਹਿ ਰਿਹਾ ਮੈਂ ਜੀ? ਠੀਕ ਕਹਿ ਰਿਹਾ ਨਾ? ਉਦੋਂ ਤਾਂ ਵਾਸੀ ਨਹੀਂ ਆਉਂਦੀ, ਉਹ ਤਾਂ ਬੱਚੇ ਦੇ ਚਪੇੜ ਮਾਰਦੇ ਨੇ, ਸਰ ਮੇਰਾ ਸੀਨ ਲੰਘ ਜਾਣਾ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਕਾਰਨ ਕੀ ਹੈ? ਉੱਥੇ ਕਿਉਂ ਸੁਸਤ ਨੇ ਅਤੇ ਟੈਲੀਵਿਜ਼ਨ ਅੱਗੇ ਕਿਉਂ ਚੁਸਤ ਨੇ? ਉੱਥੇ ਸੱਚ ਆ ਜੋ ਬੋਲਿਆ ਜਾ ਰਿਹਾ, ਕੀ ਸੱਚ ਆ, ਇੱਧਰ ਝੂਠ ਆ, ਤਾਲਮੇਲ ਨਹੀਂ ਬਣਦਾ ਦੋਨਾਂ ਦਾ। ਸੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀ ਨਿਕਲਿਆ? ਬੋਲ ਕੀ ਨਿਕਲੇ ਨੇ? ਸੱਚ, ਅਤੇ ਇੱਧਰ ਮੇਰੇ ਵਰਗਾ ਝੂਠਾ ਬੈਠਾ ਹੈ, ਉਹਦਾ ਤਾਲਮੇਲ ਨਹੀਂ ਬੈਠਾ, ਉਹ ਫਿਰ ਸੁਸਤੀ 'ਤੇ ਵਾਸੀਆਂ ਮਾਰਦਾ। ਅਤੇ ਟੈਲੀਵਿਜ਼ਨ ਉਦੋਂ ਕੀ ਆ ਰਿਹਾ? ਝੂਠ, ਅਤੇ ਇੱਧਰ ਵੀ ਝੂਠ, ਅਤੇ ਦੋਵਾਂ ਦਾ ਬਣ ਗਿਆ ਤਾਲਮੇਲ, ਅਤੇ ਹੁਣ ਫਿਰ ਸੁਸਤੀ ਕਿੱਥੇ? ਨਹੀਂ ਸਮਝ ਲੱਗੀ? ਜੇ ਗੁਰੂ ਗ੍ਰੰਥ ਸਾਹਿਬ ਨਾਲ ਤਾਲਮੇਲ ਬਣਾਉਣਾ, ਜੇ ਗੁਰੂ ਦੀ ਬਾਣੀ ਨਾਲ ਤਾਲਮੇਲ ਬਣਾਉਣਾ, ਤਾਂ ਫਿਰ ਸਚਿਆਰ ਬਣਨਾ ਪੈਣਾ। ਹੱਥ ਜੋੜ ਕੇ ਬੇਨਤੀ ਹੈ। ਬੋਲੋ ਵਾਹਿਗੁਰੂ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਦਾ ਕੁੜਿਆਰਾਂ ਚਿੱਤ ਉਦਾਸ। ਓਏ ਵਲ ਛਲ ਕਰ ਝੱਤ ਕੱਢ ਦੇ। ਚਲੋ ਕੋਈ ਨਹੀਂ, ਜੇ ਨਾ ਹੁਣ ਸੀਟੀ ਮਾਰ ਹੀ ਦਿੱਤੀ ਹੈ ਤਾਂ ਜਾਣਾ ਹੀ ਪੈਣਾ ਉੱਥੇ। ਚਲੋ 10 ਮਿੰਟ 15 ਮਿੰਟ ਬੈਠਾਂਗੇ, ਫਿਰ ਉੱਠ ਕੇ ਆ ਜਾਵਾਂਗੇ। ਇਹ ਕੀ ਆ? ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਹੱਥ ਜੋੜਦਾ ਕਹਿੰਦਾ ਬਸ ਕਰੋ, ਤੂੰ ਤਾਂ ਅੱਠ ਨਹੀਂ ਕਹਿੰਦਾ।
ਚਲੋ ਛੱਡਦਾ ਹਟ ਦੇਣਾ ਆਹ ਪੂਰਾ ਕਰਨਾ ਹੈ ਲੋ ਵਾਹਿਗੁਰੂ ਉੱਦਾਂ ਹੀ ਹੁਕਮ ਕਰ ਤੂੰ ਤੇਰਾ ਤਾਂ ਹੁਕਮ ਚੱਲਦਾ ਮੈਂ ਪ੍ਰਬੰਧਕ ਹੈਗਾ ਤੂੰ ਆਪਾਂ ਤੇਰੇ ਨੌਕਰ ਹਾਂ ਇੱਥੇ ਲੋ ਵਾਹਿਗੁਰੂ 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 ਜਿਹੜਾ ਬੰਦਾ ਕੀਰਤਨ ਹੁੰਦਾ ਉੱਠ ਕੇ ਛੱਡ ਕੇ ਅਤੇ ਬਾਹਰ ਆ ਕੇ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਹੈ ਉਹ ਵਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਬਹੇ ਦੇਖ ਲਿਓ ਹੁਣ ਤੁਸੀਂ ਉੱਧਰ ਕੀਰਤਨ ਚਲੋ ਚੱਲੀਏ ਯਾਰ ਅਤੇ ਬਾਹਰ ਇੱਦਾਂ ਹੀ ਕਈ ਕਹਿੰਦੇ ਜੀ ਨਕਲਾਂ ਲਾਉਂਦਾ ਜੀ ਜੀਵਨ ਹੈ ਹੀ ਨਕਲ ਸਾਰਾ ਜੀਵਨ ਅਸੀਂ ਨਕਲ ਕਰਦੇ ਕਰਦੇ ਪਾਸ ਕਰ ਜਾਂਦੇ ਹਾਂ ਸਾਰਾ ਜੀਵਨ ਸਾਡਾ ਇੱਦਾਂ ਹੀ ਭੇਕ ਕਰਦੇ ਕਰਦੇ ਲੰਘ ਜਾਂਦਾ ਅਸਲੀਅਤ ਤਾਂ ਸਾਡੇ ਜੀਵਨ ਵਿੱਚ ਬੋਲੋ ਵਾਹਿਗੁਰੂ ਅਸਲ ਕਦੋਂ ਬਣਾਂਗੇ ਅਸੀਂ ਅਤੇ ਜਦ ਤੱਕ ਅਸਲ ਨਹੀਂ ਬਣਦੇ ਅਸਲ ਵਿੱਚ ਕਿਵੇਂ ਰਲੋਗੇ ਤੁਸੀਂ ਅਤੇ ਮੈਂ ਚੇਤਾ ਰੱਖੋ ਮੈਂ ਮਿਲਣ ਆਇਆ ਵਾਂ ਚੇਤਾ ਰੱਖੋ ਮੈਂ ਖਰਾ ਬਣਨ ਆਇਆ ਵਾਂ ਕਿਉਂਕਿ ਉੱਥੇ ਖਰੇ ਅਤੇ ਖੋਟੇ ਦੀ ਪਹਿਚਾਣ ਹੋਣੀ ਹੈ ਖੋਟੇ ਖਰੇ ਪਰਖੇ ਹਨ ਅਤੇ ਸੱਚੇ ਕੇ ਦਰਬਾਰ ਆਰਾਮ ਖਰੇ ਖਜ਼ਾਨੇ ਪਾਏ ਖੋਟੇ ਸੱਟੇ ਹਨ ਵਾਰ ਵਾਰ ਉੱਥੇ ਖਰੇ ਖਜ਼ਾਨੇ ਪੈਣੇ ਨੇ ਮੇਰੇ ਵਰਗੇ ਖੋਟੇ ਨਹੀਂ ਪੈਣੇ ਤੁਸੀਂ ਤਾਂ ਨਾ ਮਾਰੋ ਬਾਕੀ ਮਾਨ ਵਾਸੀਆਂ ਤੁਸੀਂ ਕਿਉਂ ਮਾਰੋ ਬੋਲੋ ਵਾਹਿਗੁਰੂ ਨਾ ਇੱਦਾਂ ਨਹੀਂ ਕਰਨਾ ਸਚਾਰ ਬਣਨਾ ਬਹਿ ਗਿਆ ਕੀਰਤਨ 'ਚ ਅਤੇ ਕੋਸ਼ਿਸ਼ ਕਰੋ ਜੇ ਸੁਸਤੀ ਅਸਲੀ ਪੈਂਦੀ ਵੀ ਹੈ ਤਾਂ ਵੀ ਗੁਰੂ ਕੇ ਅਰਦਾਸ ਕਰੀਏ ਮਹਾਰਾਜ ਕਿਰਪਾ ਕਰ ਹੈ ਨਾ ਅੰਦਰ ਦਾ ਖੋਟਾਪਣ ਕੱਢ ਕੇ ਮੇਰੇ ਅੰਦਰ ਕੋਈ ਚੰਗੀ ਚੀਜ਼ ਵਸਾ ਮੈਨੂੰ ਕੀਰਤਨ ਮਿੱਠਾ ਲੱਗੇ ਹੈ ਨਾ ਕੀਰਤਨ ਛੱਡ ਕੇ ਨਹੀਂ ਭੱਜਣਾ ਕੁਛ ਕਰਨੀ ਹੈ ਕੋਈ ਕੰਮ ਆ ਤਾਂ ਚੱਲ ਜਾਓ ਕੋਈ ਤੁਹਾਨੂੰ ਕੰਮ ਆ ਖਾਸ ਤੁਸੀਂ ਕੋਈ ਤੁਹਾਡਾ ਆਪਣਾ ਘਰੇਲੂ ਕੰਮ ਆ ਇੱਥੇ ਚਲੋ ਕੈਂਪ 'ਤੇ ਆਏ ਤੁਸੀਂ ਕੀਰਤਨ ਸੁਣ ਲਓ ਇੱਥੇ 'ਤੇ ਆਏ ਤੁਸੀਂ ਰੱਬ ਦੀ ਗੱਲ ਕਰਨ ਨੂੰ ਅਤੇ ਇਹ ਜੇ ਇੱਥੇ ਪਹਾੜੀਆਂ ਵੇਖਣ ਆਏ ਹੋ ਨਾ ਇਹ ਨਹੀਂ ਜੇ ਕੱਖ ਲੱਭਣਾ ਹਾਂ ਇਹ ਪਹਾੜੀਆਂ ਤੁਹਾਡੇ ਅੰਦਰ ਵੀ ਬੜੀਆਂ ਜੀ ਬੜੇ ਟੋਏ ਟਿੱਬੇ ਨੇ ਇੰਨੇ ਟੋਏ ਟਿੱਬੇ ਨੇ ਅੰਦਰ ਸਾਰੀ ਜੀਵਨ ਬੰਦਾ ਮਰ ਜਾਂਦਾ ਟੋਏ ਟਿੱਬੇ ਨਹੀਂ ਉਹਦੇ ਖਤਮ ਹੁੰਦੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ ਅੱਗੇ ਮੂਲ ਨਾ ਆਵੀ ਦੋਜਕ ਸੰਧੀ ਪਾ ਜੇ ਦੋਜਕ ਵਿੱਚ ਸੜਨਾ ਦੋਜਕ ਦੀ ਅੱਗ ਵਿੱਚ ਸੜਨਾ ਅਤੇ ਫਿਰ ਟੋਏ ਟਿੱਬੇ ਅੰਦਰ ਬਣੇ ਰਹਿਣ ਦੇ ਵਿਕਾਰਾਂ ਦੇ ਪਹਾੜ ਬਣੇ ਨੇ ਅੰਦਰ ਇੱਕ ਆ ਕਿਹੜੇ ਪਹਾੜ ਨੇ ਅੰਦਰ ਕਾਮ ਦੇ ਕ੍ਰੋਧ ਦੇ ਲੋਭ ਦੇ ਅਹੰਕਾਰ ਦੇ ਈਰਖਾ ਚੁਗਲੀ ਨਿੰਦਿਆ ਅਤੇ ਸਿੱਖ ਸਿੱਖ ਨੂੰ ਗੋਲੀ ਮਾਰਨ ਨੂੰ ਫਿਰਦਾ ਪਿਆ ਇੱਕ ਜਥੇ ਰਾਜ ਲੈਣਾ ਮੈਂ ਕਿਹਾ ਰਾਜ ਤੁਸੀਂ ਸਵਾਹ ਲੈਣਾ ਇੱਕ ਜਥੇਬੰਦੀ ਦੂਜੀ ਜਥੇਬੰਦੀ ਨੂੰ ਵੇਖਣਾ ਨਹੀਂ ਮੰਗਦੀ ਉਹ ਕਹਿੰਦਾ ਜਹਾਂ ਖਿਮਾ ਤੈ ਆਪ ਅਤੇ ਕਿੱਥੇ ਖਿਮਾ ਤੁਹਾਡੇ 'ਚ ਰਹਿ ਗਈ ਆ ਕਿੱਥੇ ਸਾਡੇ ਜੀਵਨ 'ਚ ਖਿਮਾ ਰਹਿ ਗਈ ਹੈ ਇੱਕ ਜਥੇਬੰਦੀ ਦੂਜੀ ਨੂੰ ਖਿਮਾ ਕਰਦੀ ਹੈ ਇੱਕ ਸਿੱਖ ਦੂਜੇ ਨੂੰ ਖਿਮਾ ਕਰਦਾ ਕੋਈ ਗੁਣਾਂ ਦੀ ਸਾਂਝ ਕਰਦਾ ਅੱਜ ਸਾਂਝ ਕਰੀ ਜਾ ਗੁਣਾਂ ਕਰੀ ਛੋਟ ਅਵਗਣ ਚੱਲੀਏ ਸਾਡੇ ਕੋਲ ਤਾਂ ਰਹਿ ਹੀ ਅਵਗਣਾਂ ਦੀ ਸਾਂਝ ਰਹਿ ਗਈ ਗੁਣਾਂ ਦੀ ਸਾਂਝ ਤਾਂ ਰਹਿ ਹੀ ਨਹੀਂ ਗਈ ਕਿਹੜਾ ਰਾਜ ਮੰਗੋਗੇ ਤੁਸੀਂ ਕਿਹਨੂੰ ਰਾਜ ਦਿਓਗੇ ਲੈ ਕੇ ਪਹਿਲਾਂ ਸਿੱਖੀ ਤਾਂ ਸਿੱਖੋ ਗੱਲ ਤਾਂ ਇਹ ਸੀ ਇੱਕ ਦੂਜੇ ਲਈ ਮਰਨਾ ਸੀ ਉਹਨੂੰ ਕਹਿਣਾ ਸੀ ਤੂੰ ਪਰੇ ਹਟ ਮੈਂ ਤੇਰੀ ਥਾਂ 'ਤੇ ਮਰਦਾ ਤੇਰੀ ਜ਼ਿਆਦਾ ਲੋੜ ਹੈ ਹੁਣ ਕੀ ਆ ਇਹਨੂੰ ਮਰਨ ਦੇ ਤੂੰ ਆਪਾਂ ਥੋੜ੍ਹਾ ਜਿਹਾ ਸੋਚੀਏ ਇੱਥੇ ਆਏ ਹਾਂ ਉਹ ਜਥੇਬੰਦੀਆਂ ਹੋਣਗੀਆਂ ਆਪਣੀ ਥਾਂ 'ਤੇ ਹੋਣ ਪਈਆਂ ਠੀਕ ਆ ਪਰ ਆਪਾਂ ਸਿੱਖ ਕਿਤੇ ਹਾਂ ਗੁਰੂ ਦੇ ਗੁਰੂ ਨੇ ਕੀ ਬਣਾਇਆ ਸੀ ਖਾਲਸਾ ਇਹ ਜਥੇਬੰਦੀਆਂ ਗੁਰੂ ਨੇ ਬਣਾਈਆਂ ਨੇ ਗੁਰੂ ਨੇ ਤਾਂ ਬਣਾਇਆ ਖਾਲਸਾ ਮੇਰੋ ਰੂਪ ਅਤੇ ਫਿਰ ਆਪਾਂ ਖਾਲਸੇ ਕਿਉਂ ਨਹੀਂ ਬਣਦੇ ਪਹਿਲਾਂ ਜਥੇਬੰਦੀਆਂ ਬਣਾਈ ਰੱਖੋ ਕੋਈ ਗੱਲ ਨਹੀਂ ਮੈਂ ਕਿਹੜਾ ਕਿੰਨਾ ਨਾ ਬਣਾਓ ਅਤੇ ਨਾਲੇ ਮੇਰੇ ਕਹਿਣ 'ਤੇ ਕਿੰਨੇ ਅੜ ਜਾਣਾ ਪਹਿਲਾਂ ਖਾਲਸੇ ਤਾਂ ਬਣੋ ਭਾਈ ਤਾਂ ਬਣੋ ਭਾਈ ਸੁਰਜੀਤ ਸਿੰਘ ਭਾਈ ਮਲਕੀਤ ਸਿੰਘ ਅਤੇ ਉੱਦਾਂ ਮਾਰਨ ਨੂੰ ਫਿਰਦਾ ਪਿਆ ਭਾਈ ਕਿੱਥੇ ਫਿਰ ਭਾਈ ਕਾ ਤੂੰ ਕਹਿ ਰਿਹਾ ਦੁਸ਼ਮਣ ਕਾ ਦੁਸ਼ਮਣ ਸੁਰਜੀਤ ਸਿੰਘ ਨਹੀਂ ਸਮਝ ਲੱਗੀ ਜੇ ਭਾਈ ਕਹਿ ਲਿਆ ਤਾਂ ਫਿਰ ਭਾਈਆਂ ਵਾਲਾ ਕੰਮ ਵੀ ਕਰਨਾ ਭਾਈ ਦਾ ਮਤਲਬ ਭਰਾ ਗੁਰਦੁਆਰੇ ਦਾ ਭਾਈ ਨਹੀਂ ਸਾਨੂੰ ਆਪਸ ਵਿੱਚ ਭਰਾ ਬਣਾਇਆ ਸੀ ਇੱਕ ਪਿਤਾ ਅਤੇ ਜਿਹਨੇ ਕੰਮ ਕਰਨਾ ਉਹਦੇ ਕੋਲ ਗਲਤੀਆਂ ਵੀ ਹੋਣੀਆਂ ਨੇ ਜਿਹਨੇ ਕਰਨਾ ਹੀ ਕੱਖ ਨਹੀਂ ਉਹਨੇ ਕੀ ਕਰਨਾ ਉਹ
ਅਸੀਂ ਆਏ ਹਾਂ, ਬੋਲੇ ਹਾਂ, ਘੰਟਾ ਦੋ ਘੰਟੇ ਬੋਲੇ ਹਾਂ, ਬੋਲਦੇ ਬੋਲਦੇ ਕੋਈ ਆਪਣੀ ਮੱਤ ਵਿੱਚ ਆ ਗਈ, ਤੁਸੀਂ ਉਹਨੂੰ ਫੜ ਕੇ ਬਹਿ ਜਾਓ ਅਤੇ 99 ਛੱਡ ਦਿਓ। ਤੁਸੀਂ ਤਾਂ ਲੈਣਾ ਸੀ ਚੰਗਾ ਚੰਗਾ, ਸੰਤਾਂ ਮੱਖਣ ਖਾਇਆ ਛਾਛ ਪੀਏ ਸੰਸਾਰ, ਤੁਸੀਂ ਤਾਂ ਮੱਖਣ ਖਾਣ ਆਏ ਸੀ ਅਤੇ ਪੀਣ ਲੱਗ ਗਏ ਲੱਸੀ, ਪੀਣ ਲੱਗ ਗਏ ਖਾਣ ਲੱਗ ਗਏ ਸਵਾਹ ਅਤੇ ਮਿੱਟੀ। ਅਰੇ ਗੁਣ ਦੇਖੋ, ਇੱਕ ਦੂਜੇ ਨਾਲ ਪਿਆਰ ਕਰੋ, ਗੁਰੂ ਦੀ ਸਿੱਖੀ ਨੂੰ ਸਮਝੀਏ, ਫਿਰ ਕਿਤੇ ਸੁਪਨਾ ਲਿਓ ਰਾਜ ਦਾ, ਅਜੇ ਨਹੀਂ ਇਸ ਵੇਲੇ ਕੁਛ ਨਹੀਂ ਹੈਗਾ। ਮੈਂ ਸਾਰੇ ਸੰਸਾਰ ਦਾ ਮੈਨੂੰ ਗੁਰੂ ਨੇ ਚੱਕਰ ਲਵਾ ਤਾ, ਚੰਗੇ ਬੰਦੇ ਨੂੰ ਜਿਹੋ ਜਿਹਾ ਵੀ ਹੈਗਾ ਸੀ ਸਭ ਕੁਝ ਦਿਖਾਤਾ ਉਹਨੇ। ਮੈਂ ਕਿਹਾ ਅਜੇ ਦੂਰ ਦੀ ਗੱਲ ਹੈ, ਪਹਿਲਾਂ ਤਿਆਰ ਹੋਵੋ, ਬੇਸਿਕ ਤਿਆਰ ਕਰੋ, ਆਪਣੀ ਸਿੱਖੀ ਕਾਇਮ ਕਰੋ। ਉਹ ਤਾਂ ਬੈਠਾ ਸਭ ਰਾਜ ਸ੍ਰਿਸ਼ਟਕਾ ਲਏ, ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਕੇ ਬੈਠਾ ਤੁਹਾਡੇ ਲਈ। ਤੋ ਪਹਿਲਾਂ ਆਪਣਾ ਜੀਵਨ ਬਣਾਈਏ। ਸੋ ਅਗਲੇ ਲੈਕਚਰ ਬਾਕੀ ਦੀ ਗੱਲ ਆਪਾਂ ਫਿਰ ਕਰਾਂਗੇ। ਗੱਲ ਸ਼ੁਰੂ ਕੀਤੀ ਸੀ ਉਦਮ ਕਰਿੰਦਿਆਂ, ਜੀਓ ਤੂੰ ਕਮਾਉਂਦਿਆਂ ਸੁੱਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੈ ਚਿੰਤਾ। ਅਜੇ ਅਸੀਂ ਸਾਰੇ ਚਿੰਤਾ ਦੇ ਵਿੱਚ ਭਰੇ ਹੋਏ ਹਾਂ, ਕਿਸੇ ਨੂੰ ਕੋਈ ਚਿੰਤਾ, ਕੋਈ ਚਿੰਤਾ ਮੁਕਤ ਅਜੇ ਨਹੀਂ ਹੈ, ਚਿੰਤਤ ਹੀ ਦਿਸੈ ਸਭ ਕੋਈ। ਤੋ ਆਪਾਂ ਆਉਣ ਵਾਲੇ ਸਮੇਂ 'ਚ ਜੇ ਮੇਰਾ ਫਿਰ ਵੀ ਕੋਈ ਤੁਹਾਡੇ ਨਾਲ ਸੰਬੰਧ ਹੋਇਆ, ਕੋਈ ਲੱਕਚ ਲੁਕਚੇ ਨਾ ਰੱਖਿਆ ਹੋਇਆ, ਤਾਂ ਚਟਨੀ ਚੁਟਨੀ ਖਵਾਵਾਂਗੇ ਤੁਹਾਨੂੰ ਹੋਰ ਅਜੇ, ਕਿਉਂਕਿ ਤੁਸੀਂ ਚਟਨੀ ਖਾਣ ਨਹੀਂ ਚੰਗਾ ਸਮਝਦੇ ਹੋ ਨਾ। ਮੈਂ ਤਾਂ ਸੋਚਦਾ ਸੀ ਵੀ ਚਲੋ ਵਾਹਿਗੁਰੂ ਵਾਹਿਗੁਰੂ ਕਰਾਂਗੇ, ਠੀਕ ਆ ਭੋਜਨ ਹੀ ਖਾ ਲਾਂਗੇ। ਤੋ ਆਉਣ ਵਾਲੇ ਸਮੇਂ ਜੇ ਤੁਸੀਂ ਕਹੋਗੇ ਭੋਜਨ ਖਾਣਾ, ਫਿਰ ਭੋਜਨ ਖਾਵਾਂਗੇ। ਜੇ ਤੁਸੀਂ ਕਹਾ ਜੀ ਚਟਨੀ ਖਵਾਓ, ਫਿਰ ਆਪਾਂ ਤੁਹਾਨੂੰ ਚਟਨੀ ਖਵਾ ਦਾਂਗੇ, ਠੀਕ ਆ ਜੀ। ਭੁੱਲਾਂ ਮੇਰੀਆਂ, ਜਿਹੜਾ ਚੰਗਾ ਚੰਗਾ ਉਹ ਸਭ ਤੁਹਾਡਾ। ਆਪਣੀ ਝੋਲੀ ਪਵਾਓ, ਹੀਰੇ ਮੋਤੀ ਡਿੱਗੇ ਜਿਹਨੇ ਝੋਲੀ, ਜਿਹਦੀ ਝੋਲੀ ਪੂਰੀ ਆ, ਇੱਕ ਵੀ ਹੀਰਾ ਮੋਤੀ ਲੈ ਗਿਆ ਉਹਦਾ ਜੀਵਨ ਬਦਲ ਜਾਣਾ। ਜਿਹਦੀ ਝੋਲੀ ਭਾਵਨਾ ਦੀ ਝੋਲੀ ਫਟੀ ਹੋਈ ਹੈ, ਉਹਦੇ ਵਿੱਚੋਂ ਥੱਲੇ ਵਗ ਜਾਣਾ, ਉਹਦੇ ਕੋਲ ਕੁਛ ਨਹੀਂ ਬਚਣਾ। ਉਹਨੇ ਇੱਦਾਂ ਹੀ ਕਹਿ ਰਹਿਣਾ, ਪਤਾ ਨਹੀਂ ਬੁੱਢਾ ਕੀ ਬੋਲਦਾ ਸੀ, ਮੈਨੂੰ ਤਾਂ ਸਮਝ ਹੀ ਨਹੀਂ ਲੱਗੀ। ਹਾਂਜੀ ਭੈਣ ਜੀ, ਮੈਨੂੰ ਮਾਫ਼ ਕਰ ਦਿਓ ਜੇ ਕੋਈ ਮੇਰੇ ਕੋਲ ਭੁੱਲ ਹੋ ਗਈ ਹੋਵੇ। ਤਾਂ ਦੋਵੇਂ ਹੱਥ ਜੋੜ ਕੇ ਤੁਹਾਡੇ ਕੋਲ ਖਿਮਾ ਦਾ ਮੰਗਦਾ ਵਾਂ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪਰਵਾਰ ਭਾਈ ਜੀਵੋ, ਸਿੱਖ ਪਰਵਾਰ ਭਾਈ ਜੀਵੋ, ਸਿੱਖ ਪਰਵਾਰ।